ਇਹ ਲੋਕ ਹੈਗੇ ਆ ਜਿਹੜੇ ਕਹਿੰਦੇ ਆ ਵੀ ਇਹਨੂੰ ਤਾਂ ਕੱਖ ਆਉਂਦਾ ਹੀ ਨਹੀਂ ਹੈਗਾ ਤਾਂ ਇਹਨੇ ਇੱਥੇ ਹੀ ਰਹਿ ਜਾਣਾ ਇਹਦੇ ਪੱਲੇ ਹੈ ਹੀ ਨਹੀਂ ਕੱਖ ਇਹ ਜ਼ੀਰੋ ਬੰਦਾ ਗਰੀਬ ਜਿਹਾ ਬੰਦਾ ਨਾ ਇਹਦੇ ਅੱਲੇ ਕੱਖ ਨਾ ਇਹਦੇ ਪੱਲੇ ਕੱਖ ਤੇ ਉਹ ਕਿਹੜਾ ਪੋਸਟਰ ਸੀ ਜਿਹੜੂ ਦੇਖ ਕੇ ਮੰਮੀ ਪਾਪਾ ਦੋਨੋਂ ਭਾਵੁਕ ਹੋ ਗਏ ਮੇਰਾ ਉਹ ਗਾਣਾ 2022 ਚ ਰਿਲੀਜ਼ ਹੋਇਆ ਸੀ ਜੀ ਉਹ ਗਾਣਾ ਅੱਜ ਜੀਖਣ ਦਾ ਪੋਸਟਰ ਆ ਰਿਲੀਜ਼ ਹੋਇਆ ਜੀਖਣ ਨੇ ਪੋਸਟਰ ਰਿਲੀਜ਼ ਕੀਤਾ ਨੇ ਮੇਰਾ ਮਾਂ ਮੇਰਾ ਬਾਪ ਮੈਨੂੰ ਐਦਾਂ ਰੋਇਆ ਵੀ ਪੁੱਤ ਤੇਰਾ ਤੇਰੀ ਮਿਹਨਤ ਸੀ ਉਹ ਤੇਰੀ ਕੰਪੋਜੀਸ਼ਨ ਸੀ ਉਹ ਤੇਰਾ ਗਾਣਾ ਸੀ ਉਹ ਬੰਦੇ ਹਰੇਕ ਬੰਦੇ ਨੂੰ ਥੱਲੋਂ ਚੁੱਕਦੇ ਤਾਂ ਲਿਆਉਂਦੇ ਆ ਜੀ ਖਾਨ ਨੂੰ ਵੀ ਉਹੀ ਲੈ ਕੇ ਆਏ ਸੀ ਪਰ ਬੰਦਾ ਜਦੋਂ ਕੁਝ ਬਣ ਜਾਂਦਾ ਨਾ ਜੀ ਉਹਨੂੰ ਆਪਣਾ ਵਕਤ ਨਹੀਂ ਭੁੱਲਣਾ ਚਾਹੀਦਾ ਵੀ ਮੈਂ ਕਿੱਥੋਂ ਆਇਆ ਸੀ ਆਪਣੇ ਕੋਲੇ ਸਾਰੇ ਰਾਈਟਸ ਪਾਇਆ ਗਾਣੇ ਦੇ ਮੇਰਾ 2022 ਚ ਗਾਣਾ ਰਿਲੀਜ਼ ਹੋਇਆ ਤਾਂ ਫਿਰ ਉਹ ਗਾਣੇ ਦਾ ਪੋਸਟਰ ਜੀ ਖਾਨ ਦਾ ਕਿਵੇਂ ਆ ਗਿਆ ਮੈਨੂੰ ਦੋ ਤਿੰਨ ਬੰਦਿਆਂ ਨੂੰ ਫੋਨ ਵੀ ਕਰਾਏ ਉਹਨੇ ਵੀ ਉਹਨੂੰ ਕਹਿ ਗਾਣਾ ਡਿਲੀਟ ਕਰ ਦੇ ਫਲਾਨਾ ਕਰ ਦੇ ਢਮਕਾ ਕਰ ਦੇ ਉਹਨੇ ਕੋਈ ਕੁਸ਼ਕ ਮੇਰੇ ਅਜ਼ੀਜ਼ ਬੰਦਿਆਂ ਨੂੰ ਵੀ ਇਹ ਗੱਲ ਕਹੀ ਪਿਓ ਦਾ ਤੇ ਅਸੀਂ ਲੀਗਲੀ ਐਕਸ਼ਨ ਕਰਾਂਗੇ ਫਲਾਨਾ ਕਰਾਂਗੇ ਟੱਪਾ ਕਰਾਂਗੇ ਮੇਰੇ ਤੇ ਕਾਹਦਾ ਲੀਗਲੀ ਐਕਸ਼ਨ ਕਰਨਗੇ ਉਹ ਮੈਂ ਗਾਣਾ ਕੰਪੋਜ਼ ਕੀਤਾ ਮੈਂ ਗਾਇਆ ਮੇਰੇ ਮਾਂ ਬਾਪ ਦੇ ਯਾਰ ਖੂਨ ਪਸੀਨੇ ਦੀ ਕਮਾਈ ਉਸ ਗਾਣੇ ਦੇ ਉੱਤੇ ਲੱਗੀ ਵੀ ਆ ਮੇਰੀ ਮਾਂ ਕੈਂਸਰ ਦੀ ਮਰੀਜ਼ ਸੀ ਜਦੋਂ ਉਸ ਬੈੱਡ ਤੇ ਪਈ ਨੇ ਮੈਨੂੰ ਆਪਦੇ ਕਾਂਢੇ ਦਿੱਤੇ ਵੀ ਪੁੱਤ ਇਹਨਾਂ ਨੂੰ ਵੇਚ ਕੇ ਤੂੰ ਆਪਦਾ ਗਾਣੇ ਦਾ ਮਿਊਜ਼ਿਕ ਕਰਾ ਮੇਰਾ ਪਿਓ ਦਾ ਢਿਹਾੜੀ ਢਿਹਾੜੀ ਕਰਕੇ ਮੇਰੇ ਪਿਓ ਨੇ ਮੈਨੂੰ ਪੈਸੇ ਦਿੱਤਾ ਸੀ ਵੀ ਪੁੱਤ ਤੂੰ ਇਸ ਗਾਣੇ ਦਾ ਮਿਊਜ਼ਿਕ ਕਰਾ ਇਹ ਗਾਣਾ ਸਾਡਾ ਫੇਵਰੇਟ ਗਾਣਾ ਇਸ ਗਾਣੇ ਤੋਂ ਤੇ ਜ਼ਿੰਦਗੀ ਬਣ ਜੂ ਸਾਰੀ ਦੁਨੀਆ ਇੱਕ ਪਾਸੇ ਜਿਹੜੀ ਮਾੜਾ ਕਹਿੰਦੀ ਸੀ ਉਹ ਮਾਂ ਦਾ ਯਕੀਨ ਇੱਕ ਪਾਸੇ ਉਹ ਸਮਾਦਾ ਜ਼ਿਕਰ ਕਰੋ 16 ਸਾਲ ਦਾ ਸੀ ਮੇਰੀ ਮੰਮਾ ਨੂੰ ਡਾਕਟਰ ਨੇ ਕੈਂਸਰ ਦੀ ਸ਼ਿਕਾਇਤ ਦੱਸਦੀ ਉਸ ਟਾਈਮ ਜੀ ਸਟਰਗਲ ਕਰਿਆ ਬਹੁਤ ਕੀਤਾ ਮੈਂ ਢਾਬੇ ਤੇ ਭਾਂਡੇ ਮਾਹਿੰਦਾ ਰਿਹਾ ਜਿਹੜੇ ਕਾਲਜ ਚ ਮੇਰੇ ਪਾਪਾ ਨੇ ਸੁਪਨਾ ਲਿਆ ਸੀ ਵੀ ਮੇਰਾ ਪੁੱਤ ਕਾਲਜ ਚ ਜਾਇਆ ਕਰੂਗਾ ਹਨ ਉਹ ਕਾਲਜ ਪੜ੍ਹਿਆ ਕਰੂ ਉਹ ਉਹੀ ਕਾਲਜ ਚ ਮੈਂ ਕੰਟੀਨ ਚ ਕੰਮ ਕਰਦਾ ਸੀ ਹਨ ਜਿੰਨੀ ਦਿਹਾੜੀ ਬੰਦੀ ਸੀ ਮੈਂ ਉਸ ਦਿਹਾੜੀ ਨਾਲ ਆਪਦੀ ਮੰਮਾ ਨੂੰ ਲੈਡ ਲਾਰਜ ਕਰਾਉਂਦਾ ਸੀਗਾ ਮੇਰੇ ਪਾਪਾ ਮੇਰੇ ਨਾਲ ਕੰਮ ਕਰਦੇ ਸੀਗੇ ਨਾ ਮੈਂ ਆਟੋ ਰਿਕਸ਼ਾ ਚਲਾਉਣਾ ਸਵਾਰੀਆਂ ਢੋਣੀਆਂ ਹਨ ਜਿਹੜੇ ਬੱਚੇ ਮੇਰੇ ਨਾਲ ਪੜ੍ਹਦੇ ਸੀ ਉਹੀ ਬੱਚੇ ਮੈਨੂੰ ਟੱਚਣਾ ਕਰਨੀਆਂ ਉਹਨਾਂ ਨੇ ਮੈਨੂੰ ਮਜ਼ਾਕ ਡਾਉਣਾ ਜ਼ਿਕਰ ਅੱਜ ਇੱਥੇ ਬੈਠੇ ਹਾਂ ਤੁਸੀਂ ਹੈਨਾ ਕੰਮ ਚੱਲ ਰਿਹਾ ਵਾਹਿਗੁਰੂ ਦੀ ਮਿਹਰ ਹੋਈ ਆ ਫਾਈਨਲੀ ਤੇ ਕੀ ਚੱਲ ਰਿਹਾ ਤੁਹਾਡੇ ਦਿਲ ਦੇ ਮਾਰਗ ਦੇ ਵਿੱਚ ਮੈਂ ਮਿਡਲ ਕਲਾਸ ਫੈਮਿਲੀ ਦਾ ਬੱਚਾ ਨਹੀਂ ਅਸੀਂ ਲੋਕਾਂ ਦੇ ਘਰਾਂ 'ਚ ਟੀਵੀਾਂ ਤੇ ਜਾ ਜਾ ਕੇ ਜਾਂ ਕਿਸੇ ਕੋਲੇ ਵੱਡਾ ਫੋਨ ਹੁੰਦਾ ਸੀ ਉਸ ਫੋਨ ਤੇ ਦੇਖਣਾ ਵੱਡੇ ਵੱਡੇ ਸਟਾਰਾਂ ਨੂੰ ਦੇਖਣਾ ਹਨਾ ਤੁਹਾਨੂੰ ਦੇਖਣਾ ਹਨਾ ਵਧੀਆ ਤੁਹਾਨੂੰ ਦੇਖ ਦੇ ਕੇ ਉਹ ਚੀਜ਼ਾਂ ਕਰਨੀਆਂ ਵੀ ਯਾਰ ਅਸੀਂ ਵੀ ਕਿਸੇ ਵੇਲੇ ਇਹਨਾਂ ਨਾਲ ਬੈਠਾਂਗੇ ਇਹਨਾਂ ਚ ਵਿਚਰਾਂਗੇ ਵੱਡੇ ਕੋਲ ਤਿੰਨ ਗੱਡੀਆਂ ਅਸੀਂ ਸਕੋਰਪਿਓ ਤਿੰਨੇ ਸਟੈਂਡ ਚ ਸੀਗੀਆਂ ਬਟ ਫਿਰ ਇੱਕੋ ਦਮ ਕਿਸ ਤਰ੍ਹਾਂ ਫਿਰ ਚੇਂਜ ਆਇਆ ਮੇਰੇ ਪਾਪਾ ਦੀ ਮੇਰੇ ਮੰਮਾ ਦੀ ਨਾ ਇੱਕ ਆਦਤ ਸੀ ਉਹ ਨਾ ਸਾਡੇ ਜਿੰਨੇ ਸਾਡੇ ਸਾਰੇ ਰਿਸ਼ਤੇਦਾਰਾਂ ਜਿੰਨਾਂ ਉਹਨਾਂ ਦੀਆਂ ਕੁੜੀਆਂ ਸੀ ਮੇਰੇ ਭੈਣ ਨਹੀਂ ਹੈਗੇ ਮੇਰੇ ਭਰਾ ਹੀ ਆ ਉਹਨਾਂ ਦੀਆਂ ਜਿੰਨੀਆਂ ਸਾਡੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਸੀ ਨਾ ਅਸੀਂ ਉਹਨਾਂ ਦਾ ਇਦਾਂ ਵਿਆਹ ਕੀਤਾ ਵੀ ਜਿੱਦਾਂ ਉਹ ਮੇਰੇ ਨਾਲ ਦੀਆਂ ਜੰਮੀਆਂ ਪਰ ਵਕਤ ਐਸੀ ਚੀਜ਼ ਆ ਜੀ ਇੱਕ ਸ਼ਾਇਰ ਆ ਸ਼ੇਰ ਆ ਕਹਿੰਦਾ ਵਕਤਾਂ ਦੇ ਮਾਨ ਨਾ ਕਿਤੇ ਕਰੀ ਇਹ ਵਕਤ ਪੁਰਾਣੇ ਹੁੰਦੇ ਜਿਹੜੇ ਮਹਿਲ ਮੋਨਾਰੇ ਉਸਾਰ ਲਿਏ ਉਹ ਆਖਰ ਢਾਣੀ ਪੈਂਦੇ ਮੈਂ ਐਸੇ ਬੰਦੇ ਨਾਲ ਵੀ ਬੌਂਡ ਹੋ ਸਾਈਨ ਹੋ ਗਿਆ ਸੀ ਜੀ ਵਿੱਚ ਦੀ ਗੈਂਗਸਟਰ ਬੰਦੇ ਸੀਗੇ ਇੱਕ ਸਾਲ 7 ਮਹੀਨੇ ਜੀ ਆਪਣੀ ਨੌਕਰਾਂ ਦੀ ਜ਼ਿੰਦਗੀ ਬਤੀਤ ਕੀਤੀ ਹੈ ਮੈਂ ਜਾਨਸਰ ਪਹਿਲੇ ਦਿਨ ਜਿੱਦਣ ਉਹਨਾਂ ਦੇ ਘਰੇ ਗਿਆ ਜੀ ਜਾਨਸਰ ਮੈਂ ਉਹਨਾਂ ਦੀ ਸੱਤ ਬੰਦਿਆਂ ਦੀਆਂ ਰੋਟੀਆਂ ਬਣਾਈਆਂ ਉਹਨਾਂ ਦੇ ਭਾਂਡੇ ਮਾਂਜਦਾ ਰਿਹਾ ਉਸ ਚ ਨਾ ਉਹਦਾ ਭਰਾ ਸਾਡੇ ਫਲੈਟ ਚ ਜਣੀ ਫਾਹਾ ਲੈ ਕੇ ਮਰ ਗਿਆ ਕਿਉਂਕਿ ਉਹ ਥੋੜਾ ਨਸ਼ਾ ਪਤਾ ਕਰਦਾ ਸੀ ਉਹ ਬਾਈ ਤੋਂ ਸਾਰੇ ਡਰਦੇ ਸੀਗੇ ਉਸ ਤੋਂ ਬਾਅਦ ਚ ਉਹ ਕੀ ਹੋਇਆ ਵੀ ਸਾਡੇ ਤੇ ਸਾਰਿਆਂ ਤੇ ਕੇਸ ਪੈ ਗਿਆ ਵੀ ਇਹਨਾਂ ਨੇ ਮਾਰਿਆ ਕਿਉਂਕਿ ਮੰਢੀਰ ਮੱਤਾਂ ਵਾਲਾ ਫਲੈਟ ਸੀਗਾ ਜੀ ਤਾਂ ਤੁਸੀਂ ਮਤਲਬ ਆਲਮੋਸਟ ਆਲਮੋਸਟ ਪੌਣੇ 2 ਸਾਲ ਹੋ ਗਏ ਹੈ ਨਾ ਤੁਸੀਂ ਕਿੱਦਾਂ ਸਰਵਾਈਵ ਕੀਤਾ ਫਿਰ ਮੈਨੂੰ ਐਂ ਜੀ ਵੀ ਜੇ ਮੈਂ ਵਾਪਸ ਮੁੜ ਗਿਆ ਮੇਰੀ ਮਾਂ ਦੇ ਸੁਪਨੇ ਟੁੱਟ ਜਾਣਗੇ ਵੀ ਮੇਰਾ ਪੁੱਤ ਚੰਡੀਗੜ੍ਹੋਂ ਵਾਪਸ ਮੁੜਿਆ ਹੈ ਬਟ ਤੁਸੀਂ ਆਪਦੇ ਮੰਮਾ ਨਾਲ ਫੋਨ ਤੇ ਗੱਲ ਤਾਂ ਕਰਦੇ ਹੋ ਮੈਂ ਤੁਹਾਨੂੰ ਕਦੇ ਕੁਝ ਨਹੀਂ ਸੀ ਦੱਸਦਾ ਮੈਂ ਅੱਜ ਤੱਕ ਮੇਰੀ ਮਾਂ ਨੂੰ ਸੱਚ ਨਹੀਂ ਦੱਸਿਆ ਸ਼ਾਇਦ ਉਹ ਮੇਰੀ ਇੰਟਰਵਿਊ ਸੁਣ ਕੇ ਬਹੁਤ ਰੋਣਗੇ ਵੀ ਮੇਰੇ ਪੁੱਤ ਦਾ ਸਟਰਗਲ ਇਹ ਸੀ ਅਮੀਰ ਹੋ ਕੇ ਗਰੀਬ ਹੋਣਾ ਗਰੀਬੀ ਦੇ ਵਿੱਚ ਹੈਨਾ ਆਪਣੇ ਆਪ ਨੂੰ ਲੋਕਾਂ ਤੋਂ ਯੂਜ਼ ਕਰਵਾਉਣਾ ਉਸ ਤੋਂ ਬਾਅਦ ਫਿਰ ਪੈਰਾਂ ਤੇ ਆਉਂਦੇ-ਉਂਦੇ ਸਦੀਆਂ ਲੱਗਣੀਆਂ ਤੇ ਇਹ ਬਹੁਤ ਔਖਾ ਹੈ ਅਸੀਂ ਆਪਦੇ ਘਰ ਦੇ ਥਾਂ ਤੇ ਇਦਾਂ ਲਿਖਤਾ ਸੀ ਮੇਰੀ ਮਾਂ ਬੀਕਾ ਨੇ ਰਦਾਕਲ ਸੀ ਤੇ ਮੇਰੀ ਮਾਂ ਦੀ ਅਗਲੀ ਕੀਮੋ ਲਵਾਉਣ ਨੂੰ ਮੇਰੇ ਸਾਡੇ ਕੋਲ ਪੈਸੇ ਹੈ ਨਹੀਂ ਸੀ ਮੇਰੇ ਪਾਪਾ 15 ਕਿਲੋਮੀਟਰ ਵਾਟ ਤੁਰ ਕੇ ਹਸਪਤਾਲ ਚ ਗਏ ਵੀ ਜਿਵੇਂ 10 ਰੁਪਏ ਦਾ ਜਾਂ 20 ਰੁਪਏ ਦਾ ਆਟੋ ਕਰਾ ਲੈਣਾ ਤੇ ਉਹ ਲਾਚੋਂ ਪੈਸੇ ਘਟ ਜਾਣਗੇ ਸ਼ਾਇਦ ਜੀ ਅੱਜ ਮੇਰੀ ਮਾਂ ਚੌਥੀ ਸਟੇਜ ਤੋਂ ਵਾਪਸ ਮੁੜੀ ਆ ਜਦ ਅਸੀਂ ਜਿਹੜੇ ਥਾਂ ਤੇ ਲਿਖਿਆ ਸੀ ਇਹ ਥਾਂ ਬਕਾਉ ਹੈ ਅੱਜ ਅਸੀਂ ਉਸ ਥਾਂ ਤੇ ਕੋਠੀ ਪਾਈ ਆ ਆਪਣੀ ਤਾਂ ਸ਼ਾਇਦ ਬੀ ਇਹ ਸਾਡਾ ਸਬਰ ਸੀ ਮੇਰੇ ਪਾਪਾ ਦਾ ਸਬਰ ਸੀ ਤੇ ਮੇਰਾ ਸਬਰ ਸੀ ਸਾਡੇ ਸਾਰੇ ਪਰਿਵਾਰ ਦਾ ਸਬਰ ਸੀ ਵੀ ਇੱਕ ਦਿਨ ਅਸੀਂ ਸਟਿਲ ਅਫੇਅਰ ਉਸੇ ਤਾਂ ਤੇ ਆਵਾਂਗੇ ਜਿਸ ਥਾਂ ਤੋਂ ਸਾਨੂੰ ਰੱਬ ਨੇ ਐਦਾਂ ਚੁੱਕ ਕੇ ਸੱਟਿਆ ਸੀ ਉਹ ਵਾਦੇ ਫੋਕੇ ਨਿਕਲੇ ਤੇ ਸੋਹਾਂ ਵੀ ਸੀ ਫਰਜ਼ੀ ਉਹ ਗੱਲਾਂ ਕਿੱਥੇ ਰਹਿ ਗਈਆਂ ਨੀ ਜਿਹੜੀਆਂ ਸੀ ਕਰਦੀ ਉਹ ਸਸ਼ਟੇ ਕਾਲੇ ਜੀ ਸਾਰਿਆਂ ਨੂੰ ਕਿਵੇਂ ਉਹ ਸਾਰੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਵੀ ਮੈਂ ਕੁਝ ਨਵੇਂ ਇੰਟਰਵਿਊ ਦੇ ਦੌਰਾਨ ਕਿਸੇ ਨਵੇਂ ਇਨਸਾਨ ਨੂੰ ਮਿਲਦੀਆਂ ਤੇ ਉਹਨਾਂ ਦੀ ਜਰਨੀ ਹੁੰਦੀ ਹੈ ਮੈਨੂੰ ਤੁਹਾਨੂੰ ਕਿ ਬਹੁਤ ਮਜ਼ਾ ਆਉਂਦਾ ਹੈ ਔਰ ਮੇਰਾ ਦਿਲ ਕਰਦਾ ਹੁੰਦਾ ਹੈ ਕਿ ਕਿਉਂ ਨਾ ਅਸੀਂ ਉਹਨਾਂ ਗੱਲਾਂ ਬਾਤਾਂ ਨੂੰ ਜੋ ਸ਼ਾਇਦ ਹਜੇ ਤੱਕ ਦਿਲ ਦੇ ਵਿੱਚ ਹੀ ਦੱਬੀਆਂ ਹੋਈਆਂ ਨੇ ਉਹਨਾਂ ਦੇ ਦਿਲ ਤੋਂ ਤੁਹਾਡੇ ਦਿਲ ਤੱਕ ਪਹੁੰਚਾਈਆਂ ਜਾਣ ਸੋ ਬਿਲਕੁਲ ਐਸੇ ਤੇ ਚੱਲਦੇ ਅੱਜ ਜਿਹੜੇ ਕਲਾਕਾਰ ਨੂੰ ਮੈਂ ਲੈ ਕੇ ਆਈਆਂ ਤੁਹਾਡੇ ਨਾਲ ਮਿਲਵਾਨ ਲਈ ਉਹਨਾਂ ਦਾ ਜ਼ਿਕਰ ਮੈਂ ਨਹੀਂ ਕਰਨਾ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਜ਼ਿਕਰ ਦੀ ਤੁਰਦੀ ਫਿਰਦੀ ਮਿਸਾਲ ਨੇ ਖੁਦ ਹੀ ਜ਼ਿਕਰ ਨੇ ਸੋ ਕਿਨਾ ਕਿਨਾ ਗੱਲਾਂ ਦਾ ਜ਼ਿਕਰ ਅੱਜ ਦਿਲ ਤੋਂ ਤੁਹਾਡੇ ਦਿਲ ਤੱਕ ਪਹੁੰਚੇਗਾ اے ایسੀ ਇੰਟਰਵਿਊ ਦੌਰਾਨ ਜਾਣਾਗੇ ਸੋ ਉਸ ਦੇ ਲਈ ਸਵਾਗਤ ਕਰਦੇ ਆ ਸਾਡੇ ਵੀਰ ਦਾ ਜ਼ਿਕਰ ਦਾ ਸਸ਼ੀਕਲ ਜਿਕਰ ਕਿਵੇਂ ਹੋ ਸਸ਼ੀਕਲ ਜੀ ਵਧੀਆ ਜੀ ਤੁਹਾਡਾ ਸ਼ੁਕਰੀਆ ਜੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਇੱਥੇ ਬੁਲਾਇਆ ਮੇਰੀ ਇੰਨੀ ਵਧੀਆ ਇੰਟਰਵਿਊ ਲਈ ਜੇ ਤੁਸੀਂ ਕਰ ਰਹੇ ਹੋ ਜਾਂ ਮੇਰੇ ਦਿਲ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਰਹੇ ਹੋ ਤੁਹਾਡਾ ਥੈਂਕ ਯੂ ਸੋ ਮੱਚ ਜੀ ਬਰੇ ਤੁਹਾਡਾ ਥੈਂਕ ਯੂ ਹੈ ਕਿ ਵੈਸੇ ਤਾਂ ਤੁਸੀਂ ਬਲੇਸਡ ਹੋ ਅੱਛੀ ਆਵਾਜ਼ ਦੇ ਨਾਲ ਅੱਛੀ ਕਲਮ ਦੇ ਨਾਲ ਹੈਨਾ ਬਟ ਐਨੇ ਸੰਘਰਸ਼ ਜੋ ਨਿਕਲ ਕੇ ਡਿੱਗਣਾ ਉੱਠਣਾ ਕਿੰਨਾ ਕੁਝ ਫੇਸ ਕਰਨਾ ਇਹਨਾਂ ਦੀ ਉਮਰ ਬਹੁਤ ਛੋਟੀ ਹੈ ਲੇਕਿਨ ਇਹਨਾਂ ਦੀ ਜਰਨੀ ਦਾ ਜੋ ਸੰਘਰਸ਼ ਹੈ ਉਹ ਬਹੁਤ ਵੱਡਾ ਹੈ ਐਂਡ ਸੱਚੇ ਜਦੋਂ ਮੈਂ ਸੁਣ ਰਹੀ ਸੀਗੀ ਤੇ ਮੈਂ ਇਹ ਸੋਚ ਰਹੀ ਸੀ ਵੀ ਅਈ ਨਿੱਕੀ ਜੇ ਜਦੋਂ ਅਸੀਂ ਸਮਝਦੇ ਵੀ ਨਹੀਂਗੇ ਉਮਰਾਂ ਨੂੰ ਹੈਨਾ ਉਦੋਂ ਤੋਂ ਹੀ ਸੰਘਰਸ਼ ਸ਼ੁਰੂ ਹੋ ਗਿਆ ਸੀਗਾ ਜ਼ਿਕਰਾ ਜਿ ਇੱਥੇ ਬੈਠੇ ਹੋ ਤੁਸੀਂ ਹੈਨਾ ਕੰਮ ਚੱਲ ਰਿਹਾ ਵਾਹਿਗੁਰੂ ਦੀ ਮਿਹਰ ਹੋਈ ਆ ਫਾਈਨਲੀ ਤੇ ਕੀ ਚੱਲ ਰਿਹਾ ਤੁਹਾਡੇ ਦਿਲ ਦੇ ਮਾਕ ਦੇ ਵਿੱਚ ਕੋਈ ਵੇਲਾ ਸੀ ਜੀ ਅਸੀਂ ਮਿਡਲ ਕਲਾਸ ਫੈਮਲੀ ਦੇ ਬੱਚੇ ਆ ਜੀ ਮੈਂ ਮਿਡਲ ਕਲਾਸ ਫੈਮਲੀ ਦਾ ਬੱਚਾ ਜੀ ਅਸੀਂ ਲੋਕਾਂ ਦੇ ਘਰਾਂ 'ਚ ਟੀਵੀਆਂ ਤੇ ਜਾ ਜਾ ਕੇ ਜਾਂ ਕਿਸੇ ਕੋਲੇ ਵੱਡਾ ਫੋਨ ਹੁੰਦਾ ਸੀ ਉਸ ਫੋਨ ਤੇ ਦੇਖਣਾ ਵੱਡੇ ਵੱਡੇ ਸਟਾਰਾਂ ਨੂੰ ਦੇਖਣਾ ਹੈਨਾ ਤਾਨੂੰ ਦੇਖਣਾ ਹਨਾ ਵਧੀਆ ਤੁਹਾਨੂੰ ਦੇਖ ਦੇ ਕੇ ਉਹ ਚੀਜ਼ਾਂ ਕਰਨੀਆਂ ਵੀ ਯਾਰ ਅਸੀਂ ਵੀ ਕਿਸੇ ਵੇਲੇ ਇਹਨਾਂ ਨਾਲ ਬੈਠਾਂਗੇ ਇਹਨਾਂ ਚ ਵਿਚਰਾਂਗੇ ਹਨਾ ਤੇ ਮੈਂ ਤਕਰੀਬਨ 13 ਸਾਲ ਦਾ ਸੀਗਾ ਮੈਂ ਜਦੋਂ ਆਪਣੀ ਸਟਰਗਲ ਲਾਈਫ 'ਚ ਪੈ ਗਿਆ ਸੀਗਾ ਜੀ ਤੇ ਜ਼ਿੰਦਗੀ ਦੇ ਬਹੁਤ ਐਸੇ-ਐਸੇ ਪੜਾਅ ਨੇ ਜਿਨ੍ਹਾਂ ਨੂੰ ਮੈਂ ਫੇਸ ਕੀਤਾ ਗੁਜ਼ਰਿਆ ਜਿਨ੍ਹਾਂ ਦੇ ਵਿੱਚ ਤੇ ਮੈਂ ਡਿੱਗਿਆ ਚੜ੍ਹਿਆ ਕਦੇ-ਕਦੇ ਇਦਾਂ ਵੀ ਹੋਇਆ ਵੀ ਮੈਂ ਮੈਨੂੰ ਇਹ ਲੱਗਦਾ ਸੀ ਵੀ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਵੀ ਹੁਣ ਮੈਂ ਸੈਟੀਸਫਾਈਡ ਹਾਂ ਬਟ ਨਾਥਿੰਗ ਉਥੋਂ ਹੀ ਮੈਨੂੰ ਇੱਕ ੱਤਕਾ ਵੱਜਦਾ ਸੀ ਮੈਂ ਜਿੱਥੋਂ ਸਟਾਰਟ ਕੀਤਾ ਸੀ ਉਦੋਂ ਵੀ ਪਿੱਛੇ ਆ ਜਾਂਦਾ ਹੁੰਦਾ ਸੀ ਹਾਂ ਤਾਂ ਇਦਾਂ ਹੀ ਆਪਾਂ ਹੌਲੀ-ਹੌਲੀ ਗੱਲਾਂ ਕਰਾਂਗੇ ਕੀ ਲੱਗਦਾ ਹੈ ਜ਼ਿਕਰ ਆ ਮਾ ਪਿੱਛੋਂ ਫਾਈਨੈਂਸ਼ੀਅਲੀ ਇਨਸਟ੍ਰੌਂਗ ਨਹੀਂ ਸੀ ਇਸ ਕਰਕੇ ਧੋਖੇ ਮਿਲੇ ਨੇ ਜਾਂ ਇਸ ਕਰਕੇ ਫਾਇਦਾ ਚੁੱਕਿਆ ਗਿਆ ਹੈ ਜਾਂ ਤੁਹਾਡੀ ਛੋਟੀ ਉਮਰ ਤੇ ਅਲੜਪੁਨੇ ਦਾ ਫਾਇਦਾ ਚੁੱਕਿਆ ਗਿਆ ਹੈ ਵਾਟ ਡੂ ਯੂ ਥਿੰਕ ਆਪਾਂ ਜਿਹੜੇ ਤੁਸੀਂ ਮੈਨੂੰ ਪੁਆਇੰਟ ਦੱਸਿਆ ਇਹ ਸਾਰਿਆਂ ਦਾ ਹੀ ਫਾਇਦਾ ਚੁੱਕਿਆ ਗਿਆ ਜੀ ਛੋਟੀ ਉਮਰ ਦਾ ਹਲੜਪੁਣੇ ਦਾ ਤੇ ਫਾਈਨੈਂਸ਼ੀਅਲ ਸਟਰੋਂਗ ਨਹੀਂ ਸੀ ਮੈਂ ਤੇ ਕਿਉਂਕਿ ਇੱਕ ਜਿਹੜਾ ਗਰੀਬ ਬੰਦਾ ਹੁੰਦਾ ਨਾ ਉਹਨੂੰ ਉਹਦੀ ਗਰੀਬੀ ਲੈ ਲੈਂਦੀ ਆ ਉਹਨੂੰ ਉਹਦੇ ਘਰ ਦੇ ਹਾਲਾਤ ਲੈ ਲੈਂਦੇ ਆ ਉਹਨੂੰ ਉਹਦਾ ਮਾਪਾਪ ਜਦੋਂ ਉਹਨੂੰ ਆਪਣਾ ਮਾਪਾਪ ਦੱਸਦਾ ਵੀ ਯਾਰ ਸਾਡੇ ਘਰੇ ਅੱਜ ਸ਼ਾਇਦ ਰੋਟੀ ਖਾਣ ਨੂੰ ਕੁਝ ਹੈ ਨਹੀਂ ਉਹਨੂੰ ਉਹਦੀਆਂ ਟੈਨਸ਼ਨਾਂ ਲੈ ਲੈਂਦੀਆਂ ਤੇ ਜਦੋਂ ਬੰਦਾ ਇੱਕ ਗਰੀਬ ਹੁੰਦਾ ਇੱਕ ਮਜਬੂਰੀ ਚ ਹੁੰਦਾ ਉਦੋਂ ਉਹਨੂੰ ਕੁਛ ਕੈਦਾਂ ਦੇ ਉਹਦੀ ਜ਼ਿੰਦਗੀ 'ਚ ਫੈਸਲੇ ਲੈਣੇ ਪੈਂਦੇ ਆ ਵੀ ਜਿਹੜਾ ਉਹਨੇ ਖੁਦ ਨੇ ਵੀ ਉਹ ਚੀਜ਼ਾਂ ਨੂੰ ਸੋਚਿਆ ਨਹੀਂ ਸੀ ਵੀ ਜਾਂ ਉਹਨਾਂ ਨੂੰ ਡਿਸਕਸ਼ਨ ਨਹੀਂ ਸੀ ਕੀਤਾ ਆਪਣੇ ਆਪ ਨਾਲ ਵੀਰ ਮੈਂ ਆਪਣੀ ਜ਼ਿੰਦਗੀ 'ਚ ਇਹ ਫੈਸਲੇ ਲਾਉਂਗਾ ਜਾਂ ਮੈਂ ਆਪਣੇ ਲਈ ਇਹ ਚੀਜ਼ਾਂ ਸੋਚੂੰਗਾ ਜਾਂ ਮੈਂ ਇਹ ਕੰਮ ਕਰੂੰਗਾ ਤਾਂ ਉਹ ਤਾਂ ਮਜਬੂਰੀ ਮਜਬੂਰੀ ਇੱਕ ਐਸੀ ਚੀਜ਼ ਹੈ ਜੀ ਜੋ ਬੰਦੇ ਨੂੰ ਉਹ ਕੁਛ ਕਰਨ ਤੇ ਮਜਬੂਰ ਕਰ ਦਿੰਦੀ ਆ ਜੋ ਮਜਬੂਰੀ ਉਹਨੇ ਜ਼ਿੰਦਗੀ 'ਚ ਸੋਚੀ ਵੀ ਨਹੀਂ ਸੀ ਆ ਇਹ ਬਿਲਕੁਲ ਸਹੀ ਗੱਲ ਹੈ ਬਟ ਆਮ ਤੌਰ ਤੇ ਹੁਣ ਕਲਾਕਾਰ ਜਦੋਂ ਪਬਲਿਕ ਫਿਗਰ ਬਣ ਜਾਂਦਾ ਨਾ ਤੇ ਉਹਨੂੰ ਇਹ ਹੁੰਦਾ ਵੀ ਅਸੀਂ ਆਪਣੀ ਲਾਈਫ ਦੇ ਨਾ ਸਟਰਗਲ ਪੀਰੀਅਡ ਦੀ ਗੱਲ ਨਹੀਂ ਕਰਾਂਗੇ ਅਸੀਂ ਆਪਣੀ ਜ਼ਿੰਦਗੀ ਦੇ ਉਹਨਾਂ ਜਿਹੜੇ ਮੁਸ਼ਕਲ ਸਮਾਸਥਿਵ ਦੇ ਗੱਲ ਨਹੀਂ ਕਰਾਂਗੇ ਤੇ ਸਾਹਮਣੇ ਵਾਲਾ ਸੋਚੂਗਾ ਵੀ ਸਿੰਪਥੀ ਲੈ ਰਹੇ ਨੇ ਹਨ ਬਟ ਮੈਨੂੰ ਇਹ ਲੱਗਦਾ ਹੈ ਕਿ ਸਿੰਪਥੀ ਦੇ ਕੇ ਕਦੀ ਕੋਈ ਕਿਸੇ ਦਾ ਭਲਾ ਨਹੀਂ ਕਰ ਸਕਦਾ ਨਾ ਸਟਰਗਲ ਤੁਹਾਡੀ ਹੀ ਰਹੀ ਹੈ ਸੋ ਅੱਜ ਮੈਂ ਚਾਹਾਂਗੀ ਕਿ ਤੁਸੀਂ ਖੁੱਲ ਕੇ ਸਾਡੇ ਨਾਲ ਗੱਲਬਾਤ ਕਰੋ ਪਹਿਲਾਂ ਤਾਂ ਮੈਂ ਇੱਕ ਗੱਲ ਕਰਨੀ ਚਾਹਾਂਗੀ ਸਾਡੀ ਪਹਿਲਾਂ ਵੀ ਗੱਲ ਹੋਈ ਸੀ ਜੋ ਕਿ ਅੱਛੀ ਗੱਲ ਹੈ ਤੁਹਾਨੂੰ ਪਿਆਰ ਕਰਨ ਵਾਲਿਆਂ ਲਈ ਕਿ ਤੁਸੀਂ ਵਿੱਕੀ ਦੇ ਨਾਲ ਕੰਮ ਕਰ ਰਹੇ ਹੋ ਸੋ ਟੌਪ ਨੋਚ ਕਬੂ ਸਾਰੇ ਜਾਣਦੇ ਆਂ ਸੀ ਸਾਡਾ ਵਿੱਕੀ ਵੀਰ ਬਹੁਤ ਹੀ ਜ਼ਿਆਦਾ ਕਮਾਲ ਦਾ ਕਲਾਕਾਰ ਹੈ ਮੈਂ ਨਾ ਉਹਨਾਂ ਦੇ ਇੰਟਰਵਿਊ ਕੀਤੀ ਵੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਤੁਹਾਡੀ ਡ्रेसਿੰਗ ਸੈਂਸ ਬੜੀ ਘੈਂਟ ਆ ਮੈਨੂੰ ਕਹਿੰਦੇ ਵੀ ਜਦੋਂ ਮੈਂ ਵੱਡੇ ਵੱਡੇ ਕਲਾਕਾਰਾਂ ਦੇ ਪਿੱਛੇ ਖੜ ਕੇ ਸਹਾਜ਼ ਵਜਾਉਂਦਾ ਸੀਗਾ ਮੈਨੂੰ ਉਹ ਵੀ ਇਹੀ ਕੰਪਲੀਮੈਂਟ ਕਰਦੇ ਸੀ ਵੀ ਮੈਂ ਘਰੋਂ ਜਿਹੋ ਜਿਹਾ ਮਰਜ਼ੀ ਸੀ ਤੰਗ ਸੀਗਾ ਜਿਵੇਂ ਪਰ ਮੈਂ ਕੱਪੜਿਆਂ ਨਾਲ ਨਹੀਂ ਕਦੀ ਕੰਪਰੋਮਾਈਜ਼ ਕਰਦਾ ਸੀ ਮੈਂ ਅੱਜ ਦੇਖ ਕੇ ਤੁਹਾਨੂੰ ਮੇਰੇ ਦਿਲ 'ਚ ਉਹੀ ਗੱਲ ਆ ਜਿਹੜੀ ਤੁਸੀਂ ਉਹਨਾਂ ਦੀ ਗੱਲ ਕੀਤੀ ਨਾ ਵੀ ਮੈਂ ਉਹਨਾਂ ਦੇ ਨਾਲ ਅੱবি ਛੇਤੀ ਕੰਮ ਕਰ ਰਹੇ ਆਂ ਤੇ ਮੈਂ ਦਿਲ 'ਚ ਆਇਆ ਵੀ ਮੈਂ ਕਿਹਾ ਦੇਖ ਲਓ ਕਲਾਕਾਰ ਪਰਮਾਤਮਾ ਬਣਾ ਕੇ ਭੇਜਦਾ ਜੀ ਤੇ ਉਹ ਤੁਹਾਡੀ ਡ्रेसਿੰਗ ਸੈਂਸ ਮੈਨੂੰ ਅੱਛੀ ਲੱਗ ਰਹੀ ਐ ਸੋ ਉਹ ਤੰਗ ਤੋਂ ਜ਼ਾਰਾ ਤੱਕ ਦਾ ਸਫ਼ਰ ਵੀ ਮਾੜਾ ਜਾਂ ਮੈਨੂੰ ਦੱਸੋ ਇੱਕ ਵੇਲਾ ਹੁੰਦਾ ਸੀ ਜੀ ਮੇਰੇ ਕੋਲੇ ਇੱਕ ਨੀਕਰ ਸੂਟ ਹੁੰਦਾ ਸੀ ਅੱਛਾ ਤੇ ਇੱਕ ਪੈਂਟ ਹੁੰਦੀ ਸੀ ਦੋ ਉਹਦੇ ਨਾਲ ਸ਼ਰਟਾਂ ਹੁੰਦੀਆਂ ਸੀ ਤੇ ਮੈਨੂੰ ਮੇਰੀ ਸ਼ੁਰੂ ਤੋਂ ਹੀ ਆਦਤ ਆ ਵੀ ਮੈਂ ਨਾ ਥੋੜਾ ਕੌਜ਼ੀ ਕੌਜ਼ੀ ਜਿਆ ਰਹਿਣਾ ਪਸੰਦ ਕਰਦਾ ਮੇਰਾ ਈਪੀ ਦਾ ਗਾਣਾ ਵੀ ਕੌਜ਼ੀ ਕੌਜ਼ੀ ਆ ਅੱਛਾ ਉਹ ਆ ਰਿਹਾ ਜੀ ਤੇ ਮੈਂ ਇਦਾਂ ਕੰਫਰਟੇਬਲ ਜਿਹਾ ਰਹਿਣਾ ਪਸੰਦ ਕਰਦਾ ਮੈਂ ਸ਼ੁਰੂ ਤੋਂ ਹੀ ਕਪੜਾ ਇਦਾਂ ਪਾਇਆ ਹਨਾ ਤੇ ਮੈਂ ਮੇਰੇ ਸ਼ੁਰੂ ਤੋਂ ਹੀ ਜਦੋਂ ਦਾ ਮੈਂ ਜਰਨੀ ਸਟਾਰਟ ਕਰੀ ਸੀ ਸਾਡਾ ਆਪ ਦਾ ਹੀ ਘਰਾਣਾ ਸਾਡੇ ਸਾਰੇ ਨੇ ਗਾਉਂਦੇ ਨੇ ਵਜਾਉਂਦੇ ਨੇ ਲਿਖਦੇ ਨੇ ਹਨਾ ਤੇ ਮੈਂ ਉਹਨਾਂ ਚ ਹੀ ਰਿਹਾ ਉਹਨਾਂ ਨੂੰ ਉਹਨਾਂ ਦਾ ਕੰਮ ਵਧੀਆ ਚੱਲਦਾ ਸੀ ਉਹ ਵਧੀਆ ਕੱਪੜਾ ਲੀਡਾ ਪਾਉਂਦੇ ਸੀਗੇ ਪਰ ਮੇਰੇ ਪਾਪਾ ਹਰ ਇੱਕ ਦੇ ਪਾਪਾ ਹਰ ਇੱਕ ਨੂੰ ਬਹੁਤ ਪਿਆਰ ਕਰਦੇ ਨੇ ਮੇਰੇ ਪਾਪਾ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ ਕੀ ਕਰਦੇ ਹੋ ਤੁਹਾਡੇ ਪਾਪਾ ਮੇਰੇ ਪਾਪਾ ਜੀ ਦਲਾਲੀ ਦਾ ਕੰਮ ਕਰਦੇ ਨੇ ਮੱਝਾਂ ਘਾਵਾਂ ਨੂੰ ਸੇਲ ਕਰਦੇ ਨੇ ਅੱਛਾ ਜੀ ਹੁਣ ਇਹ ਵੀ ਨਾ ਹੰਨੀ ਕਰਦੇ ਹੁਣ ਤਾਂ ਉਹਨਾਂ ਨੂੰ ਮੈਂ ਕੀ ਵੀ ਤੁਸੀ ਘਰੇ ਬੈਠੋ ਜੀ ਤੇ ਕਿਉਂਕਿ ਜਿੰਨਾ ਟਾਈਮ ਉਹਨਾਂ ਨੇ ਕਰਨਾ ਸੀ ਉਹਨਾਂ ਟਾਈਮ ਕਰ ਲਿਆ ਹਨਾ ਮੈਨੂੰ ਵੱਡਾ ਕਰਤਾ ਇਹੀ ਉਹਨਾਂ ਲਈ ਬਹੁਤ ਵੱਡੀ ਗੱਲ ਆ ਜਾਂ ਮੇਰੇ ਲਈ ਬਹੁਤ ਵੱਡੀ ਗੱਲ ਆ ਵੀ ਉਹਨਾਂ ਨੇ ਮੈਨੂੰ ਇੰਨਾ ਪਾਲ ਪੋਸ ਕੇ ਮੇਰੀ ਹਰ ਇੱਕ ਮੂੰਹ ਦੀ ਗੱਲ ਪਗਾਈ ਜੋ ਮੈਂ ਮੂੰਹ ਚੋਂ ਕੱਢਿਆ ਹਰ ਇੱਕ ਚੀਜ਼ ਮੇਰੇ ਲਈ ਉਹ ਅਵੇਲੇਬਲ ਕੀਤੀ ਵੀ ਮੇਰੇ ਪੁੱਤ ਨਹੀਂ ਕਿਹਾ ਤਦ ਮੇਰਾ ਵੀ ਫਰਜ਼ ਬਣਦਾ ਵੀ ਜੋ ਉਹ ਮੂੰਹ ਚੋਂ ਕੱਢਣ ਮੈਂ ਉਹਨਾਂ ਲਈ ਉਹ ਪੂਰਾ ਕਰਾਂ ਹਮ ਤੇ ਬਸ ਕੱਪੜੇ ਕਪੜੇ ਲੀੜੇ ਤਾਂ ਜੀ ਫਾਈ ਗੁਰੂ ਦੀ ਮੇਰ ਆ ਜੀ ਬੰਦਾ ਕੁਛ ਨਹੀਂ ਕਰ ਸਕਦਾ ਜੀ ਸਭ ਕੁਝ ਉਹ ਕਰਦਾ ਜੀ ਉਹਦੀ ਮੇਰ ਤੱਕ ਪਤਾ ਹੈ ਲਪੂ ਜੇ ਉਹਦੀ ਮੇਰ ਨਹੀਂ ਹੈਗੀ ਤਾਂ ਜੀ ਕੋਈ ਇਨਸਾਨ ਦਾ ਐਡੀ ਹਸਤੀ ਨਹੀਂ ਹੈਗੀ ਵੀ ਮੈਂ ਇਥੋਂ ਇੱਕ ਕਦਮ ਚੱਕ ਕੇ ਉੱਥੇ ਰੱਖ ਲਾਂ ਜੀ ਵੀਰੇ ਇੰਨਾ ਸਟਰਗਲ ਰਿਆ ਤੁਹਾਡਾ ਹੈਨਾ ਤੇ ਫਿਰ ਇਹੋ ਜੀ ਨੋਬਤ ਮਤਲਬ ਨੋਬਤ ਤਾਂ ਨਹੀਂ ਮੈਂ ਕਹਾਂਗੀ ਕਿਉਂ ਲੱਗਦਾ ਤੁਹਾਨੂੰ ਕਿ ਜਿਹੜੇ ਵੀ ਕਹਿੰਦੇ ਹੋਣਗੇ ਵੀ ਇਹ ਤਾਂ ਫੁਕਰ ਹੈ ਕਿਉਂ ਕਹਿੰਦੇ ਹੋਣਗੇ ਆ ਮੈਂ ਤੁਹਾਡਾ ਤੁਹਾਡਾ ਜਜਮੈਂਟ ਤੁਹਾਡਾ ਥੌਟ ਪ੍ਰੋਸੈਸ ਕੀ ਲੱਗਦਾ ਜਦੋਂ ਕੋਈ ਕਹਿੰਦਾ ਹੈ ਵੀ ਇਹ ਤਾਂ ਫੁਕਰ ਹੈ ਉਹ ਫੁਕਰ ਦੇ ਪਿੱਛੇ ਵੀ ਕਿੰਨੀਆਂ ਬਾਹੜ ਇੱਕ ਫੇਸਿਸ ਰਹੇ ਨੇ ਹੈਨਾ ਯਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਦੇ ਬਾਰੇ ਇਹੀ ਕਹਿਣਾ ਚਾਹੂੰਗਾ ਜੀ ਵੀ ਮੈਂ ਦੁਨੀਆ ਦੀ ਪ੍ਰਵਾਹ ਨਹੀਂ ਕਰਦਾ ਜੋ ਲੋਕ ਸੋਚਦੇ ਆ ਕਿਉਂਕਿ ਉਹਨਾਂ ਦੀ ਥਿੰਕ ਇਹ ਹੈ ਵੀ ਉਹਨਾਂ ਨੇ ਸੋਚਣਾ ਘਰੇ ਬੈਠਾ ਨੇ ਸੋਚੀ ਜਾਣਾ ਤੇ ਸੋਚ-ਸੋਚ ਕੇ ਆਪਣੀ ਸੋਚ ਨੂੰ ਹੀ ਅੰਦਰੇ-ਅੰਦਰ ਆਪਦੀ ਸੋਚ ਹੀ ਰਹਿ ਜਾਣਾ ਰਾਈਟ ਮੈਂ ਇੱਕ ਚੀਜ਼ ਜ਼ਿੰਦਗੀ ਚ ਸਿੱਖੀ ਆ ਮੇਰੇ ਪਾਪਾ ਨੇ ਮੈਨੂੰ ਚਾਰ ਚੀਜ਼ਾਂ ਸਿਖਾਈਆਂ ਸੀ ਕਹਿੰਦਾ ਰਹਿਣੀ ਬਹਿਣੀ ਸਹਿਣੀ ਤੇ ਚੌਥੀ ਗੱਲ ਆਪਦੇ ਕੋਲੋਂ ਪਾਣੀ ਤੇ ਉਹ ਮੈਂ ਚੌਥੀ ਗੱਲ ਆਪਦੇ ਕੋਲੋਂ ਪਾਈ ਸੀ ਕਹਿਣੀ ਅੱਛਾ ਵੀ ਜੇ ਮੈਂ ਆਪਾਂ ਕਿਸੇ ਲਈ ਕੁੰਗਲ ਕਰ ਦੇਣਾ ਤਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਤਿੰਨ ਸਾਡੇ ਵੱਲ ਆ ਰਹੀਆਂ ਹਾਂ ਹਾਂਜੀ ਤਾਂ ਮੈਂ ਕਦੇ ਕਿਸੇ ਦੀ ਪਰਵਾਹ ਨਹੀਂ ਕਰਦਾ ਜੀ ਵੀ ਜੋ ਮੈਨੂੰ ਕੁਝ ਕਹਿੰਦਾ ਫੁਕਰੀ ਵੀ ਉਹ ਮਾਰਦਾ ਜੀ ਨੂੰ ਜੱਜਦੀ ਹੋਵੇ ਹੂੰ ਮੇਰਾ ਇੱਕ ਗਾਣਾ ਵੀ ਆ ਵੀ ਮੈਂ ਗਾਣਾ ਵੀ ਉਹ ਜਲਦੀ ਆਪਾਂ ਰਿਲੀਜ਼ ਕਰਾਂਗੇ ਇਨਸ਼ਾਅੱਲਾ ਤੁਸੀਂ ਸਾਰੇ ਉਹਨਾ ਗਾਣਿਆਂ ਦੀ ਗੱਲ ਕਰ ਰਹੇ ਜਿਹੜੇ ਆਣੇ ਐ ਜਿਹੜੇ ਆਏ ਮੈਨੂੰ ਉਹ ਸੁਣਾਓ ਮੇਰਾ ਇੱਕ ਗਾਣਾ ਆਇਆ ਸੀਗਾ ਜੀ ਮੇਰੀ ਇੱਕ ਕਵਾਲੀ ਆਈ ਸੀ ਮੇਰਾ ਉਹ ਤੇ ਵੀ ਆਉਂਗੀ ਮੈਂ ਤੁਸੀਂ ਕਦੋਂ ਤੁਹਾਡਾ ਕਵਾਲੀਆਂ ਵੱਲ ਕਿਵੇਂ ਇੰਟਰਸਟ ਪੈ ਗਿਆ ਪਹਿਲੇ ਤਾਂ ਮੈਨੂੰ ਇਹ ਦੱਸੋ ਤੁਹਾਡਾ ਜਨਰ ਹੋ ਰਿਹਾ ਹੈ ਮੇਰਾ ਤੁਹਾਡਾ ਟੇਸਟ ਹੋ ਰਿਹਾ ਹੈ ਲਿਖ ਦੇ ਤੁਸੀਂ ਹੋਰ ਹੋ ਫਿਰ ਕਵਾਲੀ ਕਿੱਦਾਂ ਗਾ ਲਈ ਤੁਸੀਂ ਮਜਬੂਰੀ ਹੈ ਜੀ ਕੁੱਛ ਕੁੱਛ ਜ਼ਿੰਦਗੀ ਵਿੱਚ ਐਦਾਂ ਦੇ ਬੰਦੇ ਆਪਾਂ ਨੂੰ ਮਿਲ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲੇ ਆਪਾਂ ਨੂੰ ਕਈ ਥਾਵਾਂ ਤੇ ਬੰਦਾ ਇਦਾਂ ਕਈ ਥਾਵਾਂ ਤੇ ਇਦਾਂ ਬੰਦਾ ਖੜਾ ਹੁੰਦਾ ਜਿੱਥੇ ਉਹਨੂੰ ਇਜਾਜ਼ਤ ਨਹੀਂ ਹੁੰਦੀ ਵੀ ਉਹ ਖੁਦ ਫੈਸਲੇ ਲੈ ਸਕੇ ਕੌਜ਼ ਥੋੜੀ ਉਹੀ ਗੱਲ ਮਜਬੂਰੀ ਬੰਦੇ ਨੂੰ ਮਜਬੂਰੀ ਸਭ ਕੁਝ ਕਰਾਉਂਦੀ ਹੈ ਮਜਬੂਰੀ ਸੀ ਵੀ ਮੇਰੀ ਵੀ ਮੈਂ ਆਪਣੀ ਜ਼ੁਬਾਨ ਚੱਕ ਕੇ ਜਾਂ ਮੈਂ ਆਪਣਾ ਪੱਖ ਰੱਖ ਕੇ ਕਹਿ ਨਹੀਂ ਸਕਦਾ ਵੀ ਮੈਂ ਇਹ ਨਹੀਂ ਕਰਨਾ ਜੀ ਕਿਉਂਕਿ ਉਹ ਮੇਰੀ ਜੌਬ ਨਹੀਂ ਹੈਗੀ ਮੈਂ ਆਪਣਾ ਕੁਝ ਲਿਖਦਾ ਅਲੱਗਾਂ ਗਾਉਣਾ ਅਲੱਗਾਂ ਮੇਰੇ ਗਾਣੇ ਅਲੱਗਾਂ ਮੈਨੂੰ ਇਹ ਆ ਵੀ ਮੈਂ ਜੋ ਮੇਰਾ ਠੀਕ ਆ ਮੈਂ ਮੀਰ ਆਲਮ ਘਰਾਣੇ ਚਾਹਾਂ ਮੈਂ ਉਹਨਾਂ ਚ ਪਲਿਆ ਪੜਿਆ ਵੱਡਾ ਹੋਇਆ ਹਨਾ ਪਰ ਮੈਂ ਮੈਨੂੰ ਇਹ ਆ ਵੀ ਮੈਂ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੁੰਦਾ ਜੋ ਕਰਦੇ ਨੇ ਮੈਂ ਉਹਨਾਂ ਚੀਜ਼ਾਂ ਤੋਂ ਕਰੂੰਗਾ ਇੱਕ ਵਕਤ ਆਊਗਾ ਉਹ ਵੀ ਕਰਾਂਗੇ ਵੀ ਜਦੋਂ ਲੋਕ ਕਹਿਣਗੇ ਵੀ ਅੱਛਾ ਇਹਨੂੰ ਗਾਉਣਾ ਵੀ ਆਉਂਦਾ ਉਹ ਵੀ ਕਰਾਂਗੇ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਮੈਨੂੰ ਲੱਗਦਾ ਵੀ ਤੇ ਇਹ ਲੋਕ ਇਦਾਂ ਵੀ ਗਾਉਣਾ ਤਾਂ ਆਂਦਾ ਨਹੀਂ ਇਹ ਵੱਡਾ ਸਿੰਗਰ ਬਣਨ ਚੱਲਿਆ ਹੈ ਆਹ ਕਈ ਕਹਿ ਦਿੰਦੇ ਜੀ ਅੱਛਾ ਹਾਂਜੀ ਕਈ ਲੋਕ ਹੈਗੇ ਆ ਜਿਹੜੇ ਕਹਿ ਦਿੰਦੇ ਆ ਵੀ ਇਹਨੋਂ ਤੱਕ ਕੱਖਾਉਂਦਾ ਹੀ ਨਹੀਂ ਹੈਗਾ ਇਹ ਤਾਂ ਪੱਲੇ ਕੱਖ ਹੈ ਨਹੀਂ ਇਹ ਤਾਂ ਇਹਨੇ ਇੱਥੇ ਹੀ ਰਹਿ ਜਾਣਾ ਇਹਦੇ ਪੱਲੇ ਹੈ ਹੀ ਨਹੀਂ ਕੱਖ ਇਹ ਜ਼ੀਰੋ ਬੰਦਾ ਇਹਦੇ ਪੱਲੇ ਕੀ ਆ ਗਰੀਬ ਜਿਹਾ ਬੰਦਾ ਨਾ ਇਹਦੇ ਅੱਲੇ ਕੱਖ ਨਾ ਇਹਦੇ ਪੱਲੇ ਕੱਖ ਕਲਾ ਦਾ ਗਰੀਬੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਗੱਲ ਨਹੀਂ ਇਸ ਗੱਲ ਤੇ ਮੈਂ ਵਾਪਸ ਆਵਾਂਗੀ ਹੈਨਾ ਜਿਹੜੇ ਕਹਿੰਦੇ ਨੇ ਵੀ ਜ਼ੀਰੋ ਬੰਦਾ ਹੈ ਉਹਦੇ ਤੇ ਵੀ ਆਵਾਂਗੀ ਕਿਸੇ ਦੀ ਯਕੀਨ ਦੀ ਵੀ ਗੱਲ ਕਰਾਂਗੇ ਬਟ ਉਸ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਤੁਹਾਡੇ ਦਿਲ ਦੇ ਨਜ਼ਦੀਕੀ ਚੋ ਗਾਣਾ ਹੈ ਉਹ ਪਲੀਜ਼ ਤੁਸੀਂ ਸਾਨੂੰ ਸੁਣਾਓ ਮੇਰੇ ਦਿਲ ਦੀ ਨਸ ਦੀ ਕੀ ਸੀਗੀ ਜੀ ਹ ਹ ਮੇਰਾ ਹੀ ਇੱਕ ਗਾਣਾ ਐ ਹਜੇ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਜੀ ਉਹ ਹਾਂਜੀ ਵੀਰੇ ਅੱਲਾ ਵੇ ਅੱਲਾ ਹਾਂ ਹਾਂ ਬਹੁਤ ਤੁਹਾਡਾ ਅੱਛਾ ਰਿਸਪੌਂਸ ਆਇਆ ਸੀਗਾ ਪਾਣੀ ਅੱਖੀਆਂ ਦਾ ਵਗਦਾ ਵੇ ਮੇਰਾ ਦਿਲ ਨਹੀਂ ਲੱਗਦਾ ਵੇ ਹੋ ਕਾ ਤੂੰ ਦੇ ਖਿਆਲ ਤੈਨੂੰ ਆਉਣ ਨਾ ਸੱਜਣਾ ਕਿਉਂ ਆਏ ਤੂੰ بے ਪਰਵਾਹ ਅੱਲਾ ਵੇ ਅੱਲਾ ਦੱਸ ਕੀ ਵਜਾ ਕਾ ਤੂੰ ਜਰਨੀਓ ਜਾਂਦੇ ਰੱਬ ਦਿੱਥੋਂ ਮੇਰੇ ਚਾ ਅੱਲਾ ਵੇ ਅੱਲਾ ਦੱਸ ਕੀ ਵਜਾ ਕਾ ਤੂੰ ਜਰਨੀਓ ਜਾਂਦੇ ਰੱਬ ਦਿੱਥੋਂ ਮੇਰੇ ਚਾ ਥੈਂਕ ਯੂ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੁਹਾਡਾ ਗਾਣਾ ਤੁਸੀਂ ਬਹੁਤ ਸੋਹਣਾ ਗਾਇਆ ਵੀ ਮੈਨੂੰ ਤਾਂ ਲੱਗਦਾ ਹੈ ਕਿ ਤੁਹਾਨੂੰ ਅੱਲਾਹ ਤਾਲਾ ਨੇ ਬਹੁਤ ਸੋਹਣੀ ਆਵਾਜ਼ ਦੇ ਨਾਲ نوازਿਆ ਹੈ ਸ਼ੁਕਰੀਆ ਜੀ ਸ਼ੁਕਰੀਆ ਸੋ ਅਚਾ ਲੋ ਉੱਥੇ ਗੱਲ ਹੋਈ ਨਾ ਉਹਨਾਂ ਦੇ ਜਿਹੜੇ ਕਹਿੰਦੇ ਸੀਗੇ ਵੀ ਜ਼ੀਰੋ ਹੈ ਇਹ ਤਾਂ ਪੱਲੇ ਖੱਕ ਨਹੀਂ ਆ ਇਹ ਕੀ ਕਰੂਗਾ ਹੈਨਾ ਉੱਥੇ ਤੁਹਾਡੇ ਮम्मा ਵੀ ਸੀਗੇ ਜਿਨ੍ਹਾਂ ਨੇ ਆਪਦੇ ਗਹਿਣੇ ਵੇਚ ਕੇ ਤੇ ਤੁਹਾਨੂੰ ਦਿੱਤੇ ਔਰ ਕਿਆ ਕਿ ਤੁਸੀਂ ਗਾਓ ਮੈਨੂੰ ਤੁਹਾਡੀ ਕਲਾ ਤੇ ਯਕੀਨ ਹੈ ਤੁਹਾਡੇ ਸੁਪਨੇ ਪੂਰੇ ਹੋਣੇ ਚਾਹੀਦੇ ਆ ਸੋ ਸਾਰੀ ਦੁਨੀਆ ਇੱਕ ਪਾਸੇ ਜਿਹੜੀ ਮਾੜਾ ਕਹਿੰਦੀ ਸੀ ਉਹ ਮਾਂ ਦਾ ਯਕੀਨ ਇੱਕ ਪਾਸੇ ਉਹ ਸਮਾ ਦਾ ਜ਼ਿਕਰ ਕਰੋ ਮੈਂ ਜੀ 16 ਸਾਲ ਦਾ ਸੀ ਹੂੰ ਤੇ ਮੇਰੇ ਮੰਮਾ ਨੂੰ ਪ੍ਰੋਬਲਮ ਪੈ ਗਈ ਸੀ ਉਹਨਾਂ ਦੇ 6 ਐਮ ਐਮ ਦੀਆਂ ਲੀਵਰ ਚ ਗੰਢਾਂ ਹੋ ਗਈਆਂ ਸੀਗੇ ਓਕੇ ਤੇ ਉਹਨਾਂ ਨੂੰ ਲੀਵਰ ਦੀ ਪ੍ਰੋਬਲਮ ਪੈ ਗਈ ਸੀ ਉਹਨਾਂ ਦਾ ਡੀ ਐਮ ਸੀ ਲਾਸਟ ਚੱਲਦਾ ਸੀ ਤੇ ਮੈਂ ਉਦੋਂ 9ਥ ਕਲਾਸ ਪੜ ਰਿਹਾ ਸੀ ਤੇ ਮੈਂ ਆਪਣੀ 9ਥ ਕਲਾਸ ਛੱਡ ਕੇ ਆਪਦੇ ਕੰਮ ਤਾਂ ਦੇ ਲੱਗ ਗਿਆ ਜੀ ਕਰਨ ਓਕੇ ਮੈਂ ਮਜਬੂਰੀ ਲਈ ਤੋਨੂੰ 9ਵੀਂ ਕਲਾਸ ਛੱਡਣੀ ਪਈ ਛੱਡਣੀ ਪਈ ਜੀ ਮੈਨੂੰ ਤੇ ਮੈਂ ਛੱਡ ਕੇ ਉਹਨੂੰ ਕਿਤੇ ਮੈਂ ਲੈਮਨ ਜੀਰੇ ਦੀ ਰੇੜੀ ਲਾਈ ਕਿਤੇ ਮੈਂ ਕੀ ਕੰਮ ਕੀਤਾ ਕਿਤੇ ਮੈਂ ਗੰਨਿਆਂ ਦੀ ਖਿਲਾੜੀ ਲਾਈ ਮੈਂ ਫੌਜੀ ਬੈਂਡ 'ਚ ਕੰਮ ਕਰਦਾ ਰਿਹਾ ਤੇ ਮਲਵਈ ਗਿੱਧੇ ਤੇ ਪ੍ਰੋਗਰਾਮ ਕੀਤੇ ਤੇ ਮੈਂ ਇਹ ਗੱਲਾਂ ਲੋਕਾਂ ਨੂੰ ਦੱਸਦਾ ਨਹੀਂ ਬਹੁਤ ਰੀਅਰ ਮੈਂ ਆਪਣੇ ਆਪ ਨੂੰ ਬਿਆਨ ਕਰਦਾ ਲੋਕਾਂ ਦੇ ਸਾਹਮਣੇ ਕਿਉਂਕਿ ਮੈਨੂੰ ਲੱਗਦਾ ਵੀ ਹਰ ਇੱਕ ਬੰਦੇ ਦਾ ਸਟਰਗਲ ਆ ਲੋਕਾਂ ਨੂੰ ਇਹ ਲੱਗਦਾ ਵੀ ਇਹ ਸ਼ਾਇਦ ਸਿੰਪਥੀ ਆ ਜਾਂ ਕੁਝ ਵੀ ਐਕਸ ਵਾਈ ਜ਼ेड ਲਾ ਲਓ इमोशनल ਬਲੈਕਮੇਲਿੰਗ ਆ ਬਟ ਨਾਥਿੰਗ ਜੋ ਮੇਰੇ ਨਾਲ ਗੁਜ਼ਰਿਆ ਉਹਨੂੰ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਜਾਂ ਮੇਰੀ ਮਾਂ ਜਾਣਦੀ ਜੀ ਤੇ ਮੈਂ ਉਸ ਟਾਈਮ ਦੀ ਸਟਰਗਲ ਕਰਿਆ ਬਹੁਤ ਕੀਤਾ ਮੈਂ ਢਾਬੇ ਤੇ ਭਾਂਡੇ ਮਾਹਿੰਦਾ ਰਿਹਾ ਮੇਰੇ ਪਾਪਾ ਅਧਿਆਦੀ ਕਰਦੇ ਰਹਿੰਦੇ ਸੀ ਮੈਂ ਕੰਟੀਨ ਤੇ ਕਾਲਜ ਚ ਜਿਹੜੇ ਕਾਲਜ ਚ ਮੇਰੇ ਪਾਪਾ ਨੇ ਸੁਪਨਾ ਲਿਆ ਸੀ ਵੀ ਮੇਰਾ ਪੁੱਤ ਕਾਲਜ ਚ ਜਾਇਆ ਕਰੂਗਾ ਹਣਾ ਵੀ ਉਹ ਕਾਲਜ ਪੜ੍ਹਾ ਕਰੂ ਉਹ ਉਹ ਬੋਲਟ ਤੇ ਜਾਇਆ ਕਰੂ ਮੇਰੇ ਵੀ ਉਹਦੇ ਮੇਰੇ ਲਈ ਉਹਨਾਂ ਦੇ ਜੋ ਸੁਪਨੇ ਸੀਗੇ ਹਨਾ ਤੇ ਉਹਨਾਂ ਨੇ ਬਹੁਤ ਵੱਡੇ ਸੁਪਨੇ ਲਈ ਸੀ ਮੇਰੇ ਲਈ ਵੀ ਮੇਰਾ ਪੁੱਤ ਜਾਇਆ ਕਰੂ ਉਹ ਐਂ ਕਰਿਆ ਕਰੂ ਪਰ ਮੈਂ ਉਸੇ ਕੋ ਉਹੀ ਕਾਲਜ ਵਿੱਚ ਮੈਂ ਕੰਟੇਨ ਚ ਕੰਮ ਕਰਦਾ ਸੀ ਹਨਾ ਤੇ ਤੇ ਆ ਤੁਸੀਂ ਬਹੁਤ ਸਟਰੋਂਗ ਐਂਡ ਬਰੇਵ ਹੋ ਤੁਸੀਂ ਮੈਨੂੰ ਬਹੁਤ ਲੋਕ ਫਿਰ ਮੈਂ ਪੀਟਰ ਰੇੜਾ ਜਿਹਾ ਲੈ ਲਿਆ ਇੱਕ ਇੱਕ ਮੈਂ ਆਟੋ ਰਿਕਸ਼ਾ ਨਹੀਂ ਹੁੰਦਾ ਜਿਹੜਾ ਉਹ ਫਿਰ ਮੈਂ ਆਟੋ ਰਿਕਸ਼ਾ ਚਲਾਉਂਦਾ ਹੁੰਦਾ ਸੀਗਾ ਮੈਂ ਜਿਹਨਾਂ ਆਪਦੇ ਪਿੰਡ ਮੇਰਾ ਭਗਤਾ ਭਾਈ ਦਾ ਪਿੰਡ ਆ ਜੀ ਤੇ ਭਗਤੇ ਭਾਈ ਤੋਂ ਬਠਿੰਡੇ ਜਾਣਾ ਮੈਂ ਆਟੋ ਰਿਕਸ਼ਾ ਚਲਾਉਣਾ ਸਵਾਰੀਆਂ ਢੋਣੀਆਂ ਹਨਾ ਜਿਹੜੇ ਬੱਚੇ ਮੇਰੇ ਨਾਲ ਵੱਢਦੇ ਸੀ ਉਹੀ ਬੱਚੇ ਮੈਨੂੰ ਟੱਚ ਲਾ ਕਰਨੀਆਂ ਉਹਨਾਂ ਨੇ ਮੈਨੂੰ ਮਜ਼ਾਕ ਡਾਉਣਾ ਫਿਰ ਉਸ ਤੋਂ ਬਾਅਦ ਇੱਕ ਮੇਰੇ ਕੋਲੇ ਪੀਟਰ ਜਿਹੜਾ ਸੀਗਾ ਹੋਰ ਜਿਹੜਾ ਚਾਰ ਟੈਰਾਂ ਜੇ ਵਾਲਾ ਹੁੰਦਾ ਉਹਤੇ ਖਲਾੜੀ ਵੀ ਲੱਗੀ ਹੁੰਦੀ ਗੰਨੇ ਦੀ ਅੱਛਾ ਜੀ ਤੇ ਉਹਦੇ ਉੱਤੇ ਮੈਂ ਠੰਡੇ ਵੇਚਨੇ ਹਨਾ ਆ ਅਲੱਗ-ਅਲੱਗ ਮੇਲਿਆਂ ਤੇ ਜਾ ਕੇ ਕੰਮ ਤਾਂਤੇ ਕਰਨੇ ਤੇ ਫਿਰ ਮੈਂ ਇਦਾਂ ਇਦਾਂ ਕੰਮ ਕਰਦਾ ਕਰਦਾ ਮੇਰੀ ਫਿਰ ਅਸੀਂ ਇੱਕ ਢਾਬਾ ਜਿਹਾ ਖੋਲ ਲਿਆ ਕਿਉਂਕਿ ਮੇਰੀ ਮੰਮਾ ਨੂੰ ਕਰਦੇ 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 ਡਾਕਟਰ ਨੇ ਕੈਂਸਰ ਦੀ ਸ਼ਿਕਾਇਤ ਦੱਸਦੀ। ਓ ਮਾਈ ਗੋਡ ਉਹ ਕਹਿੰਦੇ ਵੀ ਤੁਹਾਡੀ ਮੰਮਾ ਨੂੰ ਟਿਊਮਰ ਆ ਉਹਨਾਂ ਦੀ 3rd 3rd ਸਟੇਜ ਆ ਹਨਾ ਤੇ ਮੈਂ ਉਸ ਚੀਜ਼ ਨੂੰ ਲੈ ਕੇ ਬਹੁਤ ਅਫਸੈਟ ਹੋਇਆ ਵੀ ਯਾਰ ਮੇਰੀ ਮੰਮਾ ਇਦਾਂ ਐਡੀ ਗੱਲ ਹੋ ਗਈ ਮੈਨੂੰ ਦੱਸਿਆ ਵੀ ਨਹੀਂ ਸੀ ਕਿੱਥੇ ਨੇ ਵੀ ਮੈਂ ਛੋਟਾ ਸੀਗਾ ਵੀ ਟੈਂਸ਼ਨ ਲੈ ਜੀ ਫਿਰ ਮੈਂ ਢਾਬੇ ਤੇ ਕੰਮ ਕਰਦਾ ਸੀ ਭਾਂਡੇ ਭੁੰਡੇ ਮਾਂਦਾ ਹੁੰਦਾ ਸੀ ਆਪੀ ਢਾਬਾ ਚਲਾਉਂਦਾ ਸੀ ਆਪੀ ਸਾਰਾ ਕੁਝ ਕਰਦਾ ਸੀ ਜਿੰਨੀ ਦਿਹਾੜੀ ਬੰਦੀ ਸੀ ਮੈਂ ਉਸ ਦਿਹਾੜੀ ਨਾਲ ਆਪਦੀ ਮੰਮਾ ਨੂੰ ਲਾਜ ਕਰਾਉਂਦਾ ਸੀਗਾ ਮੇਰੇ ਪਾਪਾ ਮੇਰੇ ਨਾਲ ਕੰਮ ਕਰਦੇ ਸੀਗੇ ਤੇ ਸਾਰੀਆਂ ਚੀਜ਼ਾਂ ਜੀ ਇਦਾਂ ਚੱਲਦੀਆਂ ਆਈਆਂ ਚੱਲਦੀਆਂ ਆਈਆਂ ਹੌਲੀ-ਹੌਲੀ ਮੈਂ ਸਿੰਗਿੰਗ ਲਾਈਨ 'ਚ ਪੈਰ ਰੱਖਿਆ ਵੀ ਮੈਂ ਕਿਹਾ ਚੱਲ ਮੈਂ ਗਾਉਣ ਲੱਗਦਾ ਉਦੋਂ ਮੇਰੀ ਮੰਮਾ ਮੇਰੀ ਮੰਮਾ ਨੇ ਮੈਨੂੰ ਆਪਣੇ ਜੇਵਰਾਤ ਲਾ ਕੇ ਦਿੱਤੇ ਜੋ ਉਹਨਾਂ ਨੇ ਰੱਖੇ ਹੋਏ ਸੀ ਸਾਮਕੇ ਉਹਨਾਂ ਨੂੰ ਇਹ ਸੀਗਾ ਕਿਉਂਕਿ ਮੇਰੀ ਮਾਂ ਮੈਨੂੰ ਇਦਾਂ ਕਹਿੰਦੀ ਹੁੰਦੀ ਸੀ ਨਾਲੇ ਤਾਂ ਮੇਰੀ ਮਾਂ ਨੇ ਮੈਨੂੰ ਕੰਮ ਸਿਖਾਉਂਦੀ ਬੀ ਪਤਾ ਆਹੀ ਪਰ ਵਾਹੀ ਬੋਕਰ ਮਾਰੇ ਇਦਾਂ ਆਟਾ ਗੋਨ ਇਦਾਂ ਸਬਜੀ ਬਣਾ ਇਦਾਂ ਦਾਲ ਬਣਾ ਤੇ ਉਹਨਾਂ ਦੇ ਵਾਲ ਵੀ ਸਾਰੇ ਸਿਰ ਤੋਂ ਝੜ ਗਏ ਸੀ ਜਿੰਨੇ ਮੇਰੇ ਵਾਲ ਆ ਇਹ ਤਾਂ ਥੋੜੇ ਵੱਧਾ ਉਹਨਾਂ ਦੇ ਇਦੋਂ ਵੀ ਕੱਟ ਰਹੇ ਸੀ ਹਨਾ ਜੀ 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 ਤੇ ਉਹਨਾਂ ਨੇ ਮੈਨੂੰ ਸਾਰਾ ਕੰਮ ਸਿਖਾਉਣਾ ਤੇ ਮੇਰੀ ਮਾਂ ਨੇ ਕਹਿਣਾ ਮੈਨੂੰ ਵੀ ਪੁੱਤ ਵੀ ਤੂੰ ਆਪਦੇ ਛੋਟੇ ਭਰਾ ਦਾ ਖਿਆਲ ਰੱਖੀ ਤੇ ਆਪਦੇ ਪਾਪਾ ਦਾ ਖਿਆਲ ਰੱਖੀ ਤੂੰ ਘਰ ਦਾ ਖਿਆਲ ਰੱਖੀ ਤੇ ਮੇਰੀ ਮਾਂ ਜਦੋਂ ਮੈਨੂੰ ਇਦਾਂ ਕਹਿੰਦੀ ਸੀ ਮੈਨੂੰ 100% ਯਕੀਨ ਨਹੀਂ ਸੀ ਉਹਦੇ ਤੇ ਵੀ ਮੇਰੀ ਮਾਂ ਸੱਚ ਬੋਲ ਰਹੀ ਮੈਨੂੰ 500% ਯਕੀਨ ਸੀ ਵੀ ਮੇਰੀ ਮਾਂ ਜੋ ਕਹਿ ਰਹੀ ਉਹ ਸੱਚ ਹੀ ਕਹਿ ਰਹੀ ਆ ਵੀ ਪੁੱਤ ਤੂੰ ਆਪਦੇ ਭਰਾ ਦਾ ਖਿਆਲ ਰੱਖੀ ਕਿਉਂਕਿ ਮੈਨੂੰ ਦੀਂਦਾ ਸੀ ਮੇਰੀ ਮਾਂ ਦਾ ਰੰਗ ਕਾਲਾ ਪੈ ਗਿਆ ਹਨਾ ਕੈਂਸਰ ਨਾਲ 4th ਸਟੇਜ ਹੋ ਗਈ ਵੀ ਹੁਣ ਤਾਂ ਡਾਕਟਰਾਂ ਨੇ ਵੀ ਜ ਲੁਧਿਆਣੇੋਂ ਇਲਾਜ ਦਾ ਜਵਾਬ ਦੇਤਾ ਫਿਰ ਉਹ ਤੋਂ ਬਾਅਦ ਚੋਂ ਬੀਕਾਨੇਰ ਅਸੀਂ ਗਏ ਕੀਮੋ ਲੱਗੀਆਂ ਮੰਮੀ ਦੇ ਛੇ ਤੇ ਬਹੁਤ ਦੇਖਿਆ ਸਟਰਗਲ ਤੇ ਮੈਂ ਮੈਂ ਫੌਜੀ ਬੈਂਡ ਦੇ ਪ੍ਰੋਗਰਾਮ ਤੇ ਚੱਲ ਜਾਂਦਾ ਹੁੰਦਾ ਸੀ ਜੀ 350 ਰੁਪਏ ਮੈਨੂੰ ਡਹਾੜੀ ਮਿਲਦੀ ਹੁੰਦੀ ਸੀ ਤੇ ਮੇਰੇ ਆ ਇਦਾਂ ਪਾਇਆ ਹੁੰਦਾ ਤੇ ਮੈਂ ਮੇਰਾ ਮੋਢਾ ਸੁੱਜ ਗਿਆ ਸੀਗਾ ਮੈਂ ਮਹੀਨਾ ਕੰਮ ਕਰਕੇ ਆਇਆ ਸੀਗਾ 350 ਰੁਪਏ ਤੇ ਉਹਨਾਂ ਇਦਾਂ ਤੋਰਦੇ ਸੀਗੇ ਘੱਟੋ ਘੱਟ ਨਹੀਂ ਤਾਂ ਵੀ 20 ਕਿਲੋਮੀਟਰ ਵੱਟ ਤੁਰ ਕੇ ਜਾਣਾ ਪੈਂਦਾ ਸੀ ਉਹ ਫੌਜੀ ਬੈਂਡ ਨੂੰ ਇਦਾਂ ਵਜਾਵ ਜਾ ਕੇ ਹੌਲੀ ਹੌਲੀ ਤੁਰ ਕੇ ਤੇ 20 20 ਕਿਲੋਮੀਟਰ ਵਾਟੀ ਵਾਪਸ ਆਉਣਾ ਪੈਂਦਾ ਸੀ ਮੈਂ ਮਹੀਨਾ ਕੰਮ ਕੀਤਾ 4000 ਰੁਪਏ ਲਾਇਆ ਸੀਗਾ ਮੈਂ ਤੇ ਮੇਰੀ ਮੰਮੀ ਦਾ ਟੈਸਟ ਸੀ 70000 ਦਾ ਤੇ ਮੇਰੀ ਮਾਂ ਨੇ ਮੈਨੂੰ ਆਪਣੇ ਕਾਂਟੇ ਵੇਚ ਕੇ ਦਿੱਤੇ ਵੀ ਪੁੱਤ ਮੇਰਾ ਇੱਕ ਗਾਣਾ ਸੀ ਜੀ ਆਪਾਂ ਉਸ ਟੌਪਿਕ ਤੇ ਆਉਣੇ ਆ ਵੀ ਮੇਰਾ ਇੱਕ ਗਾਣਾ ਸੀਗਾ ਉਹ ਗੱਲਾਂ ਕਿੱਥੇ ਰਹਿ ਗਈਆਂ ਜਿਹੜੀਆਂ ਅਸੀਂ ਕਰਦੀ ਮੈਂ ਤੁਹਾਨੂੰ ਦੋ ਕੁ ਲੈਣਾ ਉਹਦੀਆਂ ਸੁਣਾਉਣਾ ਜੀ ਹੋ ਯਾਰਾਨੇ ਪੱਕੇ ਤੋੜ ਗਈ ਫੜਾ ਗਈ ਲਾ ਕੇ ਗੁੱਠੀਆਂ ਨੀ ਸਭ ਗੱਲਾਂ ਪੈ ਗਈਆਂ ਤੇਰੀਆਂ ਤਾਂ ਝੂਠੀਆਂ ਉਹ ਵਾਦੇ ਫੋਕੇ ਨਿਕਲੇ ਤੇ ਸੋਹਾਂ ਵੀ ਸੀ ਫਰਜ਼ੀ ਉਹ ਗੱਲਾਂ ਕਿੱਥੇ ਰਹਿ ਗਈਆਂ ਨੀ ਜਿਹੜੀਆਂ ਸੀ ਕਰਦੀ ਉਹ ਇਹ ਗਾਣਾ ਸੀ ਜੀ ਮੇਰਾ ਦੋਸਤ ਸੀਗਾ ਤੇ ਉਹ ਉਹ ਤੋਂ ਉਹਦਾ ਗਾਣਾ ਲਿਖਿਆ ਹੋਇਆ ਸੀ ਜੀ ਤੇ ਮੈਂ ਮੰਮੀ ਦੇ ਜੇਵਰਾਤ ਵੇਚ ਕੇ ਇਸ ਗਾਣੇ ਦੀ ਆਡੀਓ ਤੇ ਪੈਸੇ ਲਾਏ ਪੈਸੇ ਲਾ ਕੇ ਜੀ ਮੈਂ ਗਾਣੇ ਦਾ ਮਿਊਜ਼ਿਕ ਕਰਵਾ ਲਿਆ ਮੇਰੇ ਪਾਪਾ ਨੇ ਦਿਹਾੜੀਆਂ ਲਾਈਆਂ ਉਸ ਦੌਰਾਨ ਜਦੋਂ ਮम्मी ਵੀ ਹਾਂ ਜੀ ਮम्मी ਬਿਮਾਰ ਸੀ ਵੀ ਮੇਰੀ ਮੰਮਾ ਨੂੰ ਇਹ ਸੀ ਵੀ ਮੈਂ ਆਪਦੇ ਪੁੱਤ ਨੂੰ ਸਿੰਗਰ ਬਣਾ ਦੇਖਣਾ ਚਾਹਣੀ ਹੈ ਮੇਰੀ ਮਾਂ ਨੇ ਸੁਪਨਾ ਲਿਆ ਸੀ ਉਹਨਾਂ ਨੂੰ ਇਹ ਸੀ ਵੀ ਮੈਂ ਮਰ ਜਾਣਾ ਮੈਨੂੰ ਖਬਰ ਹੈ ਮੈਂ 10 ਦਿਨਾਂ ਦੀਆਂ ਜਿਵੇਂ 15 ਦਿਨਾਂ ਦੀ ਵੀ ਮੇਰੇ ਪੁੱਤ ਦਾ ਹੁੰਦਾ ਹੀ ਹੈ ਜੀ ਮਾਪਾ ਨੂੰ ਆਪਣੇ ਪੁੱਤ ਪ੍ਰਤੀ ਸੁਪਨੇ ਤਾਂ ਉਹਨਾਂ ਦੇ ਬਹੁਤ ਹਾਂ ਜੀ ਮੈਂ ਕਰ ਸਕਦੀ ਹਾਂ ਮੈਂ ਕਰਾਂ ਤੇ ਉਹਨਾਂ ਨੇ ਜੀ ਮੇਰੇ ਲਈ ਇਹ ਕੀਤਾ ਸੈਕਰੀਫਾਈਸ ਕੀਤਾ ਮੇਰੇ ਪਾਪਾ ਨੇ ਦਿਹਾੜੀਆਂ ਲਾ ਕੇ ਮੈਨੂੰ ਆਡੀਓ ਕਰਾਉਣ ਨੂੰ ਪੈਸੇ ਦਿੱਤੇ ਮੈਂ ਆਡੀਓ ਤੇਰੀ ਮੈਂ ਉਹਦਾ ਆਡੀਓ ਕਰਵਾ ਕੇ ਰੱਖ ਲੈ ਜੀ ਮੇਰੇ ਮੈਂ ਗਰੀਬ ਬੰਦਾ ਜੀ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਵੀ ਵੀ ਤੂੰ ਗਾਣੀ ਦੀ ਅਸੀਂ ਤੁਹਾਨੂੰ ਵੀਡੀਓ ਕਰ ਦਿੰਦੇ ਆ ਜਾਂ ਤੇਰਾ ਕੁਛ ਕਰ ਦਿੰਦੇ ਆ ਜਾਂ ਅਸੀਂ ਤੇਰਾ ਆ ਕਰ ਦਿੰਦੇ ਆ ਮੈਂ ਐਸੇ ਬੰਦਿਆਂ ਨਾਲ ਵੀ ਬੌਂਡ ਸਾਈਨ ਹੋ ਗਿਆ ਸੀ ਜੀ ਵਿਚ ਦੀ ਗੈਂਗਸਟਰ ਬੰਦੇ ਸੀਗੇ ਉਹਨਾਂ ਦੇ ਨਾਲ ਮੁੰਡਾ ਸਿੰਗਰ ਰਹਿਣਾ ਹੁੰਦਾ ਸੀ ਮੈਨੂੰ ਪਿੰਡੋਂ ਲੈ ਗਿਆ ਵੀ ਤੇਰੀ ਜ਼ਿੰਦਗੀ ਆਏ ਹੋ ਮੈਂ 1 ਸਾਲ 7 ਮਹੀਨੇ ਜੀ ਆਪਣੀ ਨੌਕਰਾਂ ਦੀ ਜ਼ਿੰਦਗੀ ਬਤੀਤ ਕਰੀ ਮੈਂ ਜਾਣ ਸਰ ਪਹਿਲੇ ਦਿਨ ਜਿੱਦਣ ਉਹਨਾਂ ਦੇ ਘਰੇ ਗਿਆ ਜੀ ਜਾਣ ਸਰ ਮੈਂ ਉਹਨਾਂ ਦੀਆਂ 7 ਬੰਦਿਆਂ ਦੀਆਂ ਰੋਟੀਆਂ ਬਣਾਈਆਂ ਉਹਨਾਂ ਦੇ ਭਾਂਡੇ ਮਾਂਜਦਾ ਰਿਹਾ ਉਸ ਟਾਈਮ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਸੀਗਾ ਵੀ ਮੇਰੀ ਮਾਂ ਮੈਨੂੰ ਸਿਖਾਉਂਦੀ ਸੀ ਇਸ ਕਰਕੇ ਕਿ ਮੈਂ ਘਰ ਸੰਭਾਲਾਂ ਉਹਨਾਂ ਦੇ ਮਗਰੋਂ ਤੇ ਮੈਨੂੰ ਇੱਥੇ ਆ ਕੇ ਬਗਾਨਿਆਂ ਦੇ ਥੱਲੇ ਕੰਮ ਕਰਨਾ ਪੈ ਰਿਹਾ ਹੈ ਨਾਲੇ ਮੈਨੂੰ ਮਿਲਦਾ ਵੀ ਕੁਝ ਨਹੀਂ ਸੀ ਜੀ ਜਤੈ ਹੋਵੇ ਵੀ ਉਹਨਾਂ ਦੇ ਭਾਂਡੇ ਮਾਂਜਣਾ ਤਾਂ ਮੈਨੂੰ 5-10000 ਦਿੰਦੇ ਸੀ ਖਰਚਾ ਨਹੀਂ ਜੀ ਉਹ ਮੇਰਾ ਫਾਇਦਾ ਚੱਕ ਰਹੇ ਸੀ ਵੀ ਇਹ ਜਵਾਕ ਹੈਗਾ ਤਾਂ ਤੁਸੀਂ ਮਤਲਬ ਆਲਮੋਸਟ ਆਲਮੋਸਟ ਪੌਣੇ 2 ਸਾਲ ਹੋ ਗਏ ਹੈਨਾ ਤੇ ਤੁਸੀਂ ਕਿਦਾਂ ਸਰਵਾਈਵ ਕੀਤਾ ਫਿਰ ਮੈਂ ਜਦੋਂੋਂ ਨਾਲ ਰਹਿ ਰਿਹਾ ਸੀ ਜੀ ਮੈਂ ਮੈਨੂੰ ਆਇ ਸੀ ਵੀ ਜੇ ਮੈਂ ਵਾਪਸ ਮੁੜ ਗਿਆ ਮੇਰੀ ਮਾਂ ਦੇ ਸੁਪਨੇ ਟੁੱਟ ਜਾਣਗੇ ਵੀ ਮੇਰਾ ਪੁੱਤ ਚੰਡੀਗੜ੍ਹੋਂ ਵਾਪਸ ਮੁੜ ਆਇਆ ਬਟ ਤੁਸੀਂ ਆਪਦੀ ਮੰਮਾ ਨਾਲ ਫੋਨ ਤੇ ਗਲਤ ਕਰਦੇ ਹੋ ਮੈਂ ਤੁਹਾਨੂੰ ਕਦੇ ਕੁਝ ਨਹੀਂ ਸੀ ਦੱਸਦਾ ਮੈਂ ਅੱਜ ਤੱਕ ਮੇਰੀ ਮਾਂ ਨੂੰ ਸੱਚ ਨਹੀਂ ਦੱਸਿਆ ਸ਼ਾਇਦ ਉਹ ਮੇਰੀ ਇੰਟਰਵਿਊ ਸੁਣ ਕੇ ਬਹੁਤ ਰੋਣਗੇ ਵੀ ਮੇਰੇ ਪੁੱਤ ਦਾ ਸਟਰਗਲ ਇਹ ਸੀ ਇੱਕ ਸੈਕਿੰਡ ਮੈਂ ਨਾ ਇੱਕ ਚੀਜ਼ ਸੋਚ ਰਿਹਾ ਤੁਹਾਡੀ ਗੱਲ ਕਰਦੇ ਕਦੇ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਵੀ ਗਰੀਬੀ ਤੋਂ ਅਮੀਰੀ ਤੇ ਆਉਣ ਵਾਲੇ ਲੋਕੀ ਬਹੁਤ ਦੇਖਿਆ ਅਮੀਰ ਹੋ ਕੇ ਗਰੀਬ ਹੋਣਾ ਗਰੀਬੀ ਦੇ ਵਿੱਚ ਹੈਨਾ ਆਪਣੇ ਆਪ ਨੂੰ ਲੋਕਾਂ ਤੋਂ ਯੂਜ਼ ਕਰਵਾਣਾ ਉਸ ਤੋਂ ਬਾਅਦ ਫਿਰ ਪੈਰਾਂ ਤੇ ਆਉਂਦੇ-ਉਂਦੇ ਸਦਿਆਂ ਲੱਗਣੀਆਂ ਤੇ ਇਹ ਬਹੁਤ ਔਖਾ ਹੈ ਸੋ ਤੁਸੀਂ ਅੱਛਾ ਟਾਈਮ ਵੀ ਦੇਖਿਆ ਅੱਜ ਤੁਸੀਂ ਲੋਕਾਂ ਲਈ ਕੰਮ ਕਰ ਰਹੇ ਹੋ ਤੁਸੀਂ ਹੋਟੈਲਸ ਦੇ ਵਿੱਚ ਕੰਮ ਕੀਤਾ ਤੁਸੀਂ ਰੇੜੀਆਂ ਤੱਕ ਲਗਾਈਆਂ ਹੈਨਾ ਬੈਂਕਸ ਦੇ ਵਿੱਚ ਕੰਮ ਕੀਤਾ ਜਦੋਂ ਤੁਹਾਡੇ ਪਾਪਾ ਦਲਾਲੀ ਕਰਦੇ ਸੀਗੇ ਤੁਸੀਂ ਆ ਜ਼ਿਕਰ ਕਰ ਰਹੇ ਸੀ ਵੀ ਉਦੋਂ ਘਰ ਸੌਖਾ ਹੁੰਦਾ ਸੀਗਾ ਉਦੋਂ ਜੀ ਮੇਰੇ ਪਾਪਾ ਇੱਕ ਮੰਡੀ ਦਾ 17 17000 ਰੁਪਿਆ ਲੈ ਕੇ ਆਉਂਦੇ ਤੁਸੀਂ ਹਫ਼ਤੇ ਦਾ ਹਾਂ ਤਾਂ ਹੀ ਸੁਪਨਾ ਵੇਖਿਆ ਹੈ ਕਿ ਨਾ ਚੰਗੀ ਜਗ੍ਹਾ ਤੇ ਪੜਾਉਂਦਾ ਤੁਹਾਨੂੰ ਤੇ ਮੈਂ ਅੱਜ ਤੱਕ 7ਵੀਂ 9ਵੀਂ ਕਲਾਸ ਤੱਕ ਮੈਂ CBSE ਬੋਰਡ ICSE ਬੋਰਡ ਚ ਹੀ ਪੜਿਆ ਜੀ ਜੀ 9ਵੀਂ ਕਲਾਸ ਤੱਕ ਮੈਂ ਵੱਡੇ ਸਕੂਲ ਚ ਹੀ ਵਧੀਆ ਕੀ ਪ੍ਰਾਈਵੇਟ ਕਹਿੰਦੇ ਸ਼ਾਇਦ ਉਹਨੂੰ ਪਤਾ ਨਹੀਂ ਕਿਹੜਾ ਹਾਂਜੀ ਉਹ ਚ ਕੀਤੀ ਹੈ ਜੀ ਤੇ ਮੇਰੇ ਪਾਪਾ ਨੇ ਮੇਰੇ ਲਈ ਬਹੁਤ ਵਧੀਆ ਸੁਪਨੇ ਲਾਈ ਸੀ ਆਪਣੀਆਂ ਸਾਡੇ ਕੋਲ ਤਿੰਨ ਗੱਡੀਆਂ ਸੀ ਸਕੋਰਪੀਓ ਤਿੰਨੇ ਸਟੈਂਡ ਚ ਸੀਗੀਆਂ ਬਟ ਫਿਰ ਇੱਕੋ ਦਮ ਕਿਸ ਤਰ੍ਹਾਂ ਫਿਰ ਚੇਂਜ ਆਇਆ ਮੇਰੇ ਪਾਪਾ ਦੀ ਮੇਰੇ ਮੰਮਾ ਦੀ ਨਾ ਇੱਕ ਆਦਤ ਸੀ ਜੀ ਉਹ ਨਾ ਸਾਡੇ ਜਿੰਨੇ ਸਾਡੇ ਸਾਰੇ ਰਿਸ਼ਤੇਦਾਰ ਆ ਜਿੰਨੀਆਂ ਉਹਨਾਂ ਦੀਆਂ ਕੁੜੀਆਂ ਸੀ ਮੇਰੇ ਭੈਣ ਨਹੀਂ ਹੈਗੀ ਮੇਰੇ ਭਰਾ ਹੀ ਆ ਉਹਨਾਂ ਦੀਆਂ ਜਿੰਨੀਆਂ ਸਾਡੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਸੀ ਨਾ ਅਸੀਂ ਉਹਨਾਂ ਦਾ ਇਦਾਂ ਵਿਆਹ ਕੀਤਾ ਵੀ ਜਿੱਦਾਂ ਉਹ ਮੇਰੇ ਨਾਲ ਦੀਆਂ ਜਮਣਾਂ ਪਰ ਵਕਤ ਐਸੀ ਚੀਜ਼ ਆ ਜੀ ਵੀ ਇੱਕ ਸ਼ਾਇਰ ਆ ਸ਼ੇਰ ਆ ਕਹਿੰਦਾ ਵਕਤਾਂ ਦੇ ਮਾਨ ਨਾ ਕਿਤੇ ਕਰੀ ਇਹ ਵਕਤ ਪੁਰਾਣੇ ਹੁੰਦੇ ਜਿਹੜੇ ਮਹਿਲ ਜਿਹੜੇ ਮਹਿਲ ਮੋਨਾਰੇ ਹਸਾਰ ਲਗੇ ਉਹ ਆਖਰ ਟਾਣੀ ਪੈਂਦੀ ਨੇ ਵੀ ਵਕਤ ਕੈਸੀ ਚੀਜ਼ ਆ ਵੀ ਜਦੋਂ ਬੰਦੇ ਦੀ ਵਕਤ ਦੀ ਬਾਰ ਬਾਰ ਬੰਦੇ ਨੂੰ ਪੈਂਦੀ ਹੈ ਨਾ ਜੀ 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 ਉਹ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ਆਪਾਂ ਰੱਬ ਕਹਿੰਦਾ ਵੀ ਜੇ ਤੈਨੂੰ ਮੈਂ ਇੰਨਾ ਟਾਈਮ ਸੌਖਾ ਦਿੱਤਾ ਸਾਲ ਸੌਖਾ ਦਿੱਤਾ ਤਾਂ ਉਹ ਕਹੂ ਉਹ ਓਬਵੀਅਸਲੀ ਇਹ ਚੀਜ਼ ਚਾਹੂਗਾ ਵੀ ਮੈਂ ਤੈਨੂੰ ਦੋ ਸਾਲ ਔਖੇ ਦਿਖਾ ਦਿਖਾਉਣਾ ਵੀ ਦੇਖਦਾ ਤੂੰ ਇਸ ਚੀਜ਼ ਚ ਸਟਿਲ ਰਹਿਣਾ ਜਾਂ ਨਹੀਂ ਰਹਿੰਦਾ ਸ਼ਾਇਦ ਜੀ ਅੱਜ ਮੇਰੀ ਮਾਂ ਚੌਥੀ ਸਟੇਜ ਤੋਂ ਵਾਪਸ ਮੁੜੀ ਆ ਜੱਜ ਅਸੀਂ ਜਿਹੜੇ ਥਾਂ ਤੇ ਲਿਖਿਆ ਸੀ ਇਹ ਥਾਂ ਬਕਾਉ ਹੈ ਅੱਜ ਅਸੀਂ ਉਸ ਥਾਂ ਤੇ ਕੋਠੀ ਪਾਈ ਆ ਆਪਣੀ ਤਾਂ ਸ਼ਾਇਦ ਵੀ ਇਹ ਸਾਡਾ ਸਬਰ ਸੀ ਮੇਰੇ ਪਾਪਾ ਦਾ ਸਬਰ ਸੀ ਤੇ ਮੇਰਾ ਸਬਰ ਸੀ ਸਾਡੇ ਸਾਰੇ ਪਰਿਵਾਰ ਦਾ ਸਬਰ ਸੀ ਵੀ ਇੱਕ ਦਿਨ ਅਸੀਂ ਸਟਿਲ ਅਫੇਅਰ ਉਸੇ ਥਾਂ ਤੇ ਆਵਾਂਗੇ ਜਿਸ ਥਾਂ ਤੋਂ ਸਾਨੂੰ ਰੱਬ ਨੇ ਐਦਾਂ ਚੁੱਕ ਕੇ ਸੱਟਿਆ ਸੀ ਇੱਕ ਟਾਈਮ ਆ ਗਿਆ ਸੀ ਜੀ ਵੀ ਮੈਂ ਅਸੀਂ ਆਪਦੇ ਘਰ ਦੇ ਥਾਂ ਤੇ ਐਦਾਂ ਲਿਖਤਾ ਸੀ ਮੇਰੀ ਮਾਂ ਵੀ ਕਹਿੰਨੇ ਰਦਾਖਲ ਸੀ ਤੇ ਮੇਰੀ ਮਾਂ ਦੀ ਅਗਲੀ ਕੀਮੋ ਲਵਾਉਣ ਨੂੰ ਮੇਰੇ ਸਾਡੇ ਕੋਲ ਪੈਸੇ ਨਹੀਂ ਸੀ ਮੇਰੇ ਪਾਪਾ 15 ਕਿਲੋਮੀਟਰ ਵੱਟ ਤੁਰ ਕੇ ਹਸਪਤਾਲ ਚ ਗਏ ਵੀ ਜੇ ਮੈਂ 10 ਰੁਪਏ ਦਾ ਜਾਂ 20 ਰੁਪਏ ਦਾ ਆਟੋ ਕਰਾ ਲਿਆ ਨਾ ਤੇ ਉਹ ਲਾਂਚੋਂ ਪੈਸੇ ਘਟ ਜਾਣਗੇ ਨਹੀਂ 1 ਮਿੰਟ ਅਮਨ ਸੱਚੀ ਇਹ ਬਹੁਤ ਔਖਾ ਹੈ ਬਟ ਮੈਨੂੰ ਪਲੀਜ਼ ਇੱਕ ਗੱਲ ਦੱਸੋ ਵੀ ਤੁਹਾਡੇ ਘਰਦਿਆਂ ਨੇ ਇੰਨੇ ਚੰਗੇ ਦਿਨਾਂ ਤੋਂ ਹੈ ਨਾ ਉਹਨਾਂ ਨੂੰ ਕੀ ਕਹਿੰਦੇ ਆ ਬਾਅਦ ਵਿੱਚ ਆਤਰ ਹੋਣਾ ਪਿਆ ਬਟ ਔਰ ਰਿਸ਼ਤੇਦਾਰ ਕਿੱਥੇ ਗਏ ਸਾਰੇ ਜਿਨ੍ਹਾਂ ਦੀ ਕੁੜੀਆਂ ਦੇ ਵਿਆਹ ਉਹਨਾਂ ਨੇ ਆਪਣੀ ਕੁੜੀਆਂ ਸਮਝ ਕੇ ਕਰਤੇ ਇਲਾਜ ਵੇਲੇ ਉਹ ਕਿੱਥੇ ਗਏ ਤੁਹਾਡੀ ਪੜ੍ਹਾਈ ਵੇਲੇ ਕਿੱਥੇ ਗਏ ਕਿ ਤੁਹਾਨੂੰ 9ਵੀਂ ਕਲਾਸ ਤੋਂ ਬਾਅਦ ਫੀਸ ਤੱਕ ਉਹ ਨਹੀਂ ਅਫੋਰਡ ਕਰ ਸਕੇ ਜਿੰਨੇ ਵੀ ਤੁਹਾਡੇ ਰਿਲੇਟਿਵ ਸੀਗੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਇਹ ਹੋ ਜਾਂਦਾ ਵੀ ਜਦੋਂ ਜੇ ਅੱਜ ਮੇਰਾ ਕੋਈ ਦੋਸਤ ਆ ਨਾ ਜੀ ਮੇਰਾ ਕੋਈ ਸਾਕਾ ਭਰਾ ਮੇਰਾ ਸਾਕਾ ਭਰਾ ਹੀ ਲਾ ਲਓ ਹੂੰ ਕਹਿੰਦੇ ਭਰਾ ਸ਼ਰੀਕ ਹੁੰਦਾ ਸ਼ਰੀਕੀ ਬਾਜੀ ਸ਼ੁਰੂ ਤੋਂ ਬਣੀ ਆਈ ਹੈ ਪੁਰਾਣੇ ਟਾਈਮ ਤੋਂ ਹੀ ਬਣੀ ਆਈ ਹੈ ਉਹ ਗੱਲ ਤਾਂ ਸੱਚੀ ਵੀ ਹੈ ਜੀ ਜੇ ਅੱਜ ਮੇਰੇ ਤੇ ਵਕਤ ਪੈ ਗਿਆ ਮਤਲਬ ਤੁਸੀਂ ਦੇ ਰਹੇ ਹੋ ਤਾਂ ਚੰਗੇ ਹੋ ਜੇ ਅਸੀਂ ਦੇ ਰਹੇ ਆ ਜੇ ਅਸੀਂ ਕਿਸੇ ਲਈ ਖੜ ਰਹੇ ਆ ਤਾਂ ਅਸੀਂ ਬੈਸਟ ਆ ਜਦੋਂ ਸਾਡੇ ਕੋਲ ਕਿਤੇ ਅਸੀਂ ਇੱਕ ਇੱਕ ਵਾਰੀ ਅੱਜ ਦੇ ਟਾਈਮ 'ਚ ਲੋਕ ਇਦਾਂ ਦੇ ਆ ਜੀ ਜੇ ਤੁਸੀਂ ਉਹਨਾਂ ਦਾ 100% ਸਹੀ ਕਰਤਾ ਜੇ ਤੁਹਾਡੇ ਤੋਂ ਕਦੇ ਨਾ ਕਦੇ ਜਾਣੇ ਅਣਜਾਣੇ 'ਚ ਤੁਹਾਡੀ ਮਜਬੂਰੀ ਕਰਨ ਤੁਹਾਡੇ ਤੋਂ 1% ਵੀ ਗਲਤ ਹੋ ਗਿਆ ਨਾ ਤੁਹਾਡਾ ਉਹ 99% ਨਹੀਂ ਫਲਾ ਹੂੰ ਤੁਹਾਡਾ 99% ਕਿਤੇ ਨਹੀਂ ਗਿਣਿਆ ਜਾਣਾ ਵੀ ਤੁਸੀਂ 99% ਕੀਤਾ ਜਦੋਂ ਮੇਰੀ ਮਾਂ ਬਿਮਾਰ ਹੋਈ ਨਾ ਸਾਡਾ ਕੋਈ ਰਿਸ਼ਤੇਦਾਰ ਖੜਾ ਜਿੰਨਾ ਤੋਂ ਅਸੀਂ 2.5 ਲੱਖ ਰਿਸੈਂਟਲੀ ਅੱਜ ਵੀ ਲੈਣਾ ਜੀ ਕਿੱਥੇ ਗਏ ਹੁਣ ਉਹ ਕਿੱਥੇ ਨਹੀਂ ਉਹ ਕੁਝ ਕੁ ਸਾਡੇ ਰਿਸ਼ਤੇਦਾਰ ਤਾਂ ਇਦਾਂ ਦੇ ਵੀ ਸੀਗੇ ਜੀ ਮੈਂ ਰਾਤ ਹੀ ਗੱਲ ਕਰ ਰਿਹਾ ਸੀਗਾ ਆਪਣੇ ਬ੍ਰਦਰ ਨਾਲ ਵੀ ਕੁਝ ਕੁ ਰਿਸ਼ਤੇਦਾਰ ਸਾਡੇ ਇਦਾਂ ਦੇ ਵੀ ਸੀ ਮੇਰੀ ਮਾਂ ਫਰੀਦਕੋਟ ਦਾਖਲ ਸੀ ਵੀ ਕਨੇਰ ਤੋਂ ਵੀ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਮੇਰੀ ਮੰਮਾ ਫਰੀਦਕੋਟ ਆ ਗਏ ਉਹਨਾਂ ਨੇ ਦਾਖਲਾ ਫਰੀਦਕੋਟ ਕਰਾਤਾ ਹੂੰ ਉਹਨਾਂ ਨੂੰ ਉਹ ਕਰਤਾ ਸੀ ਫਰੀਦਕੋਟ ਰੈਫਰ ਕਰਤਾ ਸੀ ਉਹਨਾਂ ਨੂੰ ਜਦੋਂ ਰਿਸ਼ਤੇਦਾਰ ਚੱਲ ਸਾਡਾ ਵਕਤ ਕਟਾਉਣ ਆਏ ਨਾ ਸਾਨੂੰ ਪਤਾ ਲੱਗਿਆ ਵੀ ਉਹ ਸਾਡੀਆਂ ਦਵਾਈਆਂ 'ਚੋਂ ਵੀ ਪੈਸੇ ਖਾ ਰਹੇ ਸੀਗੇ ਕੱਢ ਕੇ ਵੀ ਜਦੋਂ ਦਵਾਈ ਲੈਣਗੇ ਮੈਡੀਸਨ ਮੈਡੀਕਲ ਤੇ ਉਹ ਦਵਾਈ 'ਚੋਂ ਵੀ ਕੁੰਡੀ ਲਾ ਰਹੇ ਸੀ ਵੀ ਜੇ 700 ਰੁਪਏ ਦੀ ਦਵਾਈ ਆ ਤਾਂ ਉਹ ਸਾਨੂੰ 1000 ਰੁਪਏ ਦੀ ਦਵਾਈ ਦੱਸਦੇ ਸੀ ਵੀ ਲੋਕ ਰਿਸ਼ਤੇਦਾਰ ਕਹਿੰਦਾ ਇੱਕ ਇੱਕ ਮੈਂ ਮੇਰਾ ਇੱਕ ਸ਼ੇਰ ਸੀ ਆ ਵੀ ਇੱਕ ਮੈਂ ਗੱਲ ਲਿਖੀ ਸੀ ਕਹਿੰਦਾ ਲੋਕ ਕਾਂਟੋਂ ਸੇ ਬਚ ਕੇ ਚੱਲਦੇ ਹਨ ਅਸੀਂ ਫੁੱਲਾਂ 'ਚੋਂ ਜ਼ਖਮ ਖਾਏ ਹੈ ਇਹ ਸੱਚੀ ਗੱਲਾਂ ਜੀ ਵੀ ਆਪਾਂ 11 ਤੋਂ ਬਚਦੇ ਆ ਵੀ ਸਾਨੂੰ ਗੈਰ ਤੋਂ ਦੁੱਖ ਹੋ ਪਰ ਸਾਨੂੰ ਐ ਨਹੀਂ ਪਤਾ ਸਾਡਾ ਦੁਸ਼ਮਣ ਸਾਡੇ ਘਰੇ ਬੈਠਾ ਤੇ ਸਾਡਾ ਦੁਸ਼ਮਣ ਸਾਡੇ ਨਾਲ ਰੋਟੀ ਖਾ ਰਿਹਾ ਬਟ ਆਈ ਮਸਟ ਸੇ ਤੁਸੀਂ ਸਾਰੀ ਫੈਮਲੀ ਬਟ ਤੁਸੀਂ ਬਹੁਤ ਸਟਰੋਂਗ ਹੋ ਹੁਣ ਕਮਿੰਗ ਟੂ 댓 ਪੁਆਇੰਟ ਉਹ ਤਾਂ ਮੈਂ ਸਮਝ ਕੇ ਕਿ ਹਾਂ ਰਿਸ਼ਤੇਦਾਰੀ ਵੀ ਅੱਜਕੱਲ ਨਾਮ ਦੀ ਹੀ ਰਿਸ਼ਤੇਦਾਰੀ ਹੈ ਸਭ ਤੋਂ ਬਾਅਦ ਸਭ ਤੋਂ ਵੱਧ ਵੱਡਣ ਵਾਲੇ ਆਪਣੇ ਹੀ ਹੁੰਦੇ ਨੇ ਹੈਨਾ ਸੋ ਚਲੋ ਵਾਹਿਗੁਰੂ ਨੇ ਉਹ ਦਿਨ ਫੇਰ ਦਿੱਤੇ ਨੇ ਫਾਈਨਲੀ ਬਟ ਔਰ ਪੌਣੇ ਦੋ ਸਾਲਾਂ ਬਾਰੇ ਮੈਨੂੰ ਜ਼ਰੂਰ ਦੱਸੋ ਗਾਣਾ ਉਸ ਦੌਰਾਨ ਆਇਆ ਨਹੀਂ ਆਇਆ ਉਸ ਤੋਂ ਬਾਅਦ ਜੀ ਮੈਂ ਐਦਾਂ ਹੀ ਮੇਰਾ ਸਫਰ ਚੱਲਦਾ ਹੈ ਕਿਤੇ ਮੈਂ ਕਿਹਦੇ ਕੋਲੇ ਦਿਨ ਕੱਟੀਆਂ ਕਰਨ ਲੱਗ ਜਾਂਦਾ ਸੀ ਚੰਡੀਗੜ੍ਹ ਤੇ ਕਿਤੇ ਮੈਂ ਕਿਹਦੇ ਕੋਲੇ ਦਿਨ ਕੱਟਿਆ ਇੱਕ ਬੰਦਾ ਮੈਨੂੰ ਐਦਾਂ ਦਾ ਮਿਲ ਗਿਆ ਸੀ ਵੇਚਦੀ ਪ੍ਰੋਡਿਊਸਰ ਉਹ ਬੰਦਾ ਉਹ ਕੀ ਕਹਿੰਦੇ ਕੋਕੀਨ ਸਮਥਿੰਗ ਕੁਛ ਪਤਾ ਨਹੀਂ ਕੀ ਕਹਿੰਦਾ ਮੈਨੂੰ ਤਾਂ ਪਤਾ ਵੀ ਨਹੀਂ ਇਹ ਜਿਹੇ ਨਸ਼ੇ ਦਾ ਨਾਮ ਉਹ ਐਦਾਂ ਸਨੀਫਲ ਕਰਦਾ ਸੀਗਾ ਉਹ ਮੈਨੂੰ ਦਿਨੇ ਬੁਲਾਉਂਦਾ ਹੀ ਨਹੀਂ ਹੁੰਦਾ ਸੀਗਾ ਵੀ ਮੈਂ ਉਹਦੇ ਲਈ ਪਰਾਇਆ ਹੁੰਦਾ ਸੀ ਉਹਦੇ ਘਰੇ ਰਿਹਾ ਮੈਂ ਡੇਢ ਸਾਲ ਅੱਛਾ ਜੀ ਉਹ ਮੈਨੂੰ ਰਾਤ ਨੂੰ ਜਦੋਂ ਉਹ ਪੂਰਾ ਉਹਦਾ ਮਾਹੌਲ ਬਣਿਆ ਹੁੰਦਾ ਸੀ ਨਾ ਜੋ ਪਤਾ ਕੀਤਾ ਹੁੰਦਾ ਫਿਰ ਉਹਨੂੰ ਫੇਰ ਬੁਲਾਉਂਦਾ ਸੀਗਾ ਮੇਰਾ ਡੇਢ ਸਾਲ ਉਹਨੇ ਖਰਾਬ ਕੀਤਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਵੀਰੇ ਆਪਣਾ ਥੈਂਕ ਯੂ ਜੀ ਮੈਂ ਆਪਦਾ ਕਿਰਾਇਆ ਪੱਟ ਕੇ ਉਹਨੂੰ ਬੁਲਾਉਂਦਾ ਕੀ ਮਤਲਬ ਹਾਂਜੀ ਰਾਤ ਨੂੰ ਬੁਲਾਉਂਦੇ ਕੀ ਰਾਤ ਨੂੰ ਬੁਲਾਉਂਦਾ ਮਤਲਬ ਵੀ ਜੀ ਬਸ ਉਹਨੂੰ ਵੀ ਐ ਸੀ ਵੀ ਇਹ ਗਰੀਬ ਜਿਹਾ ਬੰਦਾ ਵੀ ਯਾਰ ਇਹਨੂੰ ਕੀ ਮੈਂ ਇੰਨੀ ਇੰਪੋਰਟੈਂਸ ਦੇ ਰਿਆਂ ਮੈਂ ਕੰਨ ਵਿੱਚ ਇਹਨੂੰ ਰੱਖ ਰਿਆਂ ਆ ਮੈਂ ਕਿਸੇ ਮਤਲਬ ਲਈ ਬੁਲਾਉਂਦੇ ਸੀ ਕੰਮ ਲਈ ਮਤਲਬ ਲਈ ਤਾਂ ਨਹੀਂ ਜੀ ਬਸ ਉਹੀ ਬਿਨਾ ਮਤਲਬ ਤੋਂ ਬਸ ਬੇਲਾ ਬਿਠਾਈ ਰੱਖਣਾ ਜੀ ਮੈਨੂੰ ਮੇਰਾ ਮੈਂ ਕਿਰਾਇਆ ਪੱਟ ਕੇ ਆਉਂਦੀ ਜੇਬ ਚੋਂ ਆਉਂਦਾ ਸੀ ਚੰਡੀਗੜ੍ਹ ਮੈਨੂੰ ਹਫਤਾ ਰੱਖਣਾ ਜੀ ਉਸ ਤੋਂ ਬਾਅਦ ਚ ਮੇਰੇ ਨਾਲ ਕਿਵੇਂ ਨਾ ਕਿਵੇਂ ਲੜ ਕੇ ਭਜਾ ਦਿੰਦਾ ਸੀ ਫਿਰ ਫੇਰ ਮੇਰੇ ਨਾਲ ਪਿਆਰ ਨਾਲ ਗੱਲ ਕਰਨ ਲੱਗ ਜਾਂਦਾ ਸੀ ਜੀ ਵੀ ਆ ਜਾ ਆਪਾਂ ਹੁਣ ਕੰਮ ਕਰਦੇ ਆਂ ਐ ਕਰਦੇ ਆਂ ਜੋ ਕਰਦੇ ਆਂ ਮੈਂ ਫੇਰ ਜੀ ਕਿਉਂਕਿ ਇੱਕ ਬੰਦਾ ਜਦੋਂ ਮਜਬੂਰ ਹੁੰਦਾ ਨਾ ਉਦੋਂ ਐ ਹੁੰਦਾ ਵੀ ਯਾਰ ਕਿਸੇ ਨਾ ਕਿਸੇ ਪਾਸੋਂ ਮੇਰਾ ਕੋਈ ਰਾਹ ਖੁੱਲ ਜੇ ਤੇ ਮੈਂ ਉਸ ਰਾਹ ਤੇ ਚੱਲ ਪਾਂ ਚਾਹੇ ਉਹ ਗਲਤੀ ਕਿਉਂ ਨਹੀਂ ਤਾਂ ਉਸ ਤੋਂ ਬਾਅਦ ਚ ਫਿਰ ਫਿਰ ਮੈਂ ਸਾਈਨ ਹੋਇਆ ਪ੍ਰਮੋਤ ਸ਼ਰਮਾ ਰਾਣਾ ਜੀ ਦਾ ਹੂੰ ਤੇ ਅਜ ਉਹਨਾਂ ਨਾਲ ਵੀ ਠੀਕ ਆ ਆਪਣਾ ਪਿਆਰ ਆ ਪਰ ਹੁਣ ਆਪਣਾ ਕੋਈ ਉਹਨਾਂ ਨਾਲ ਉਹਦਾ ਫਾਊਂਡੇਸ਼ਨ ਵਾਲਾ ਨਹੀਂ ਆਪਣਾ ਐਜ਼ ਅ ਬ੍ਰਦਰਲੀ ਉਹਨਾਂ ਨਾਲ ਵਧੀਆ ਹਨਾ ਉਸ ਤੋਂ ਬਾਅਦ ਚੋ ਵੀ ਜੀ ਬਸ ਕੰਮ ਤਾਂ ਦਾ ਚੱਜਣਾ ਹੋਇਆ ਨਹੀਂ ਉੱਥੇ ਵੀ ਹੂੰ ਤੇ ਸ਼ਾਇਦ ਕੁਝ ਕੋਨਾਂ ਦੀਆਂ ਪ੍ਰੋਬਲਮਸ ਹੋਣਗੀਆਂ ਜਾਂ ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ ਜਾਂ ਉਹ ਖੁਦ ਆਪਣੇ ਆਪ ਨੂੰ ਦੇਖ ਰਹੀ ਸੀ ਜਾਂ ਕੁਝ ਵੀ ਲਾ ਲੋ ਹਰ ਇੱਕ ਬੰਦੇ ਦੀ ਇੱਕ ਆਪਣੀ ਆਪਣੀ ਹੁੰਦੀ ਆ ਉਹ ਕਵਾਲੀ ਮੈਨੂੰ ਸੁਣਾਓ ਜ਼ਰੂਰ ਜਿਹੜੀ ਤੁਸੀਂ ਮਜਬੂਰੀ ਚ ਕਰਨੀ ਪਈ ਤੁਹਾਨੂੰ ਕਿਉਂਕਿ ਮੈਂ ਵੀ ਇਹ ਮੰਨਦੀ ਆ ਤੁਹਾਡਾ ਤਾਂ ਘਰ ਆਣਾ ਹੀ ਇਹੋ ਜਿਹਾ ਕਵਾਲੀ ਤਾਂ ਤੁਸੀਂ ਜਦੋਂ ਚਾਹੋ ਉਦੋਂ ਕਰ ਸਕਦੇ ਹੋ ਹੈਨਾ ਪਰ ਜਿਹੜੇ ਸੁਪਨੇ ਦੇਖੇ ਨੇ ਉਹਦੇ ਤੇ ਪੈਸੇ ਲਾਉਣ ਵਾਲਾ ਕੋਈ ਅੱਛਾ ਪ੍ਰੋਡਿਊਸਰ ਚਾਹੀਦਾ ਹੈ ਜਾਂ ਕੋਈ ਅੱਛਾ ਪ੍ਰਭਾਵ ਫੜਨ ਵਾਲਾ ਚਾਹੀਦਾ ਹੈ ਜੀ ਸੋ ਉਹਦੇ ਬਾਰੇ ਵੀ ਦੱਸੋ ਕਿਉਂਕਿ ਤੁਸੀਂ ਖਾਸ ਗੱਲ ਛੇੜੀ ਹੈ ਤੇ ਕਿਉਂਕਿ ਕਵਾਲੀ ਤੁਸੀਂ ਉਸ ਦੌਰਾਨ ਕੀਤੀ ਹੈ ਜੀ ਮੈਨੂੰ ਵੈਸੇ ਨਹੀਂ ਪਤਾ ਕਿ ਕਿਉਂ ਕੀਤੀ ਗਈ ਤੇ ਕਿਉਂ ਕਰਵਾਈ ਗਈ ਕਿਉਂਕਿ ਪ੍ਰੋਡਿਊਸਰ ਵੀ ਬੰਦੇ ਤੋਂ ਉਹੀ ਕਰਵਾਉਂਦਾ ਜਿਹਦੇ ਵਿੱਚ ਉਹਨੂੰ ਫਾਇਦਾ ਹੋਵੇ ਤੇ ਜਿਹਦੇ ਵਿੱਚ ਬੰਦੇ ਦੀ ਮਾਹਰ ਮਾਹਿਰ ਹੋਵੇ ਹੈ ਨਾ ਜਿਸ ਦੇ ਵਿੱਚ ਉਹ ਉਹਦੀ ਐਕਸਪਰਟੀ ਹੋਵੇ ਸੋ ਗਾਣੇ ਤੁਹਾਡੇ ਲਿਖੇ ਗਏ ਹੋਰ ਅچھے ਕਲਾਕਾਰਾਂ ਨੇ ਗਾਏ ਵੀ ਤੇ ਅچھے ਤੁਹਾਡੇ ਗਾਣੇ ਹੈਗੇ ਵੀ ਹੈ ਅੱਲਾ ਵੀ ਅੱਲਾ ਵੀ ਬਹੁਤ ਸੋਹਣਾ ਚੱਲਿਆ ਅਨੂ ਨੇ ਗਾਇਆ ਹੈ ਨਾ ਆਪਣੀ ਕੁੜੀ ਇਹ ਤੇ ਚਲੋ ਕਵਾਲੀ ਸੁਣਦੇ ਆ ਤੇਰਾ ਸ਼ੁ크ਰੀਆ ਜੋ ਐਸਾ ਤੂੰ ਨੇ ਕਰ ਦਿਆ ਕਰੂੰ ਮੇਰੇ ਜੈਸੇ ਗਰੀਬ ਪੇ तेरी रहमतों के सदके मौला दुख दूर ने मेरे सुख ही करीब ने जो कभी सोचा नहीं था मुझे वो भी मिला सब तेरा ही है मौला मुझे जो भी मिला जो कभी सोचा नहीं था ਮੁਝੇ ਉਹ ਵੀ ਮਿਲਾਂ ਸਭ ਤੇਰਾ ਹੀ ਹੈ ਮੋਲਾ ਮੁਝੇ ਜੋ ਵੀ ਮਿਲਾਂ ਅਰੇ ਵਾ ਮੈਨ ਲੱਗਦਾ ਜੋ ਹੁੰਦਾ ਵਧੀਆ ਲਈ ਹੁੰਦਾ ਆ ਮੈਨ ਠੀਕ ਹੈ ਤੁਹਾਡੇ ਕੈਰੀਅਰ ਦੇ ਨਾਲ ਅਜੇ ਇਸ ਚੀਜ਼ ਦਾ ਕੋਈ ਫਿਲਹਾਲ ਲੈਣਾ ਦੇਣਾ ਨਹੀਂ ਆਉਣ ਵਾਲੇ ਸਮੇਂ ਚ ਹੋ ਸਕਦਾ ਬਟ ਤੁਸੀਂ ਬਹੁਤ ਸੋਹਣਾ ਗਾਉਨੇ ਹੋ ਥੈਂਕ ਯੂ ਜੀ ਸ਼ੁਕਰ ਹੈ ਰੱਬ ਦਾ ਸੀਰੀਅਸਲੀ ਆ ਮੈਂ ਸੱਚੀ ਆਪਾਂ ਕਹਿੰਦੇ ਨਾ ਇਬਾਦਤ ਸੋ ਨਜ਼ਰ ਆਉਂਦੀ ਹੈ ਜੀ ਬਹੁਤ ਸੋਹਣੀ ਗਾਇਕੀ ਹੈ ਤੁਹਾਡੇ ਮਮਾ ਨੇ ਸੁਣੀ ਇਹ ਕਵਾਲੀ ਹਾਂਜੀ ਮਮਾ ਨੇ ਸੁਣੀ ਹੈ ਸੁਣੀ ਕਿੱਦਾਂ ਦੀ ਲੱਗੀ ਉਹਨਾਂ ਨੂੰ ਉਹਨਾਂ ਨੂੰ ਬਹੁਤ ਵਧੀਆ ਲੱਗੀ ਸੀਗੀ ਪਰ ਜਦੋਂ ਉਹਨਾਂ ਨੂੰ ਮੈਂ ਨਹੀਂ ਦਿਸਾਇਆ ਕਵਾਲੀ 'ਚ ਤੇ ਉਸ ਚੀਜ਼ ਦਾ ਉਹਨਾਂ ਨੂੰ ਫਿਰ ਥੋੜਾ ਜਿਹਾ ਹੁੰਦਾ ਹੀ ਆ ਆਪਣੇ ਬੱਚੇ ਦਾ ਹਰ ਇੱਕ ਬੰਦੇ ਨੂੰ ਦੁੱਖ ਹੁੰਦਾ ਤੇ ਉਹ ਕਿਹੜਾ ਪੋਸਟਰ ਸੀ ਜਿਹੜੂ ਦੇਖ ਕੇ ਮੰਮੀ ਪਾਪਾ ਦੋਨੋਂ ਭਾਵੁਕ ਹੋ ਗਏ ਦੇਖੋ ਜੀ ਮੈਂ ਪਹਿਲਾਂ ਹੀ ਕਲੀਅਰ ਕਰਨੀ ਚਾਹਣਾ ਮੈਨੂੰ ਅੱਜ ਉਹਦੇ ਟਾਈਮ 'ਚ ਵਾਹਿਗੁਰੂ ਨੇ ਸਭ ਮਿਹਰ ਕੀਤੀ ਆ ਚੰਗੇ ਭਰਾ ਦਿੱਤੇ ਆ ਚੰਗੇ ਪਿਆਰ ਕਰਨ ਵਾਲੇ ਦਿੱਤੇ ਆ ਜ਼ਿੰਦਗੀ 'ਚ ਇੱਕ ਥੋੜੀ ਚ ਮਖਸ ਬੰਦਾ ਕਿਦਾਂ ਦਾ ਆਉਂਦਾ ਵੀ ਜਿਹੜਾ ਤੁਹਾਨੂੰ ਜਾਂ ਤਾਂ ਪਾਰ ਲਾ ਦਿੰਦਾ ਤੇ ਜਾਂ ਉਹ ਤੁਹਾਨੂੰ ਜ਼ਿੰਦਗੀ ਦਾ ਸਬਕ ਦੇਣਾ ਹੈ ਨਾ ਜਾਂ ਬੰਦਾ ਸਿਰਫ ਜ਼ਿੰਦਗੀ ਦਾ ਸਬਕ ਸਿਖਾ ਦਿੰਦਾ ਪਰ ਮੇਰੀ ਜ਼ਿੰਦਗੀ 'ਚ ਕੁਝ ਕੁ ਇੱਕ ਜਿਹਾਂ ਪਰਸਨ ਆ ਵੀ ਜਿਹੜਾ ਮੈਨੂੰ ਜਿਹਦੇ ਕਰਕੇ ਮੈਂ ਚੰਗੇ ਬੰਦਿਆਂ ਨੂੰ ਮਿਲਿਆ ਅੱਜ ਦੇ ਟਾਈਮ 'ਚ ਜਿਹੜੇ ਮੇਰੇ ਭਰਾ ਜਿਹਨਾਂ ਨੂੰ ਮੈਂ ਮਿਲਿਆ ਜਿਹਨਾਂ ਨਾਲ ਮੈਂ ਰੀਸੈਂਟਲੀ ਕੰਮ ਕਰ ਰਿਹਾ ਉਹ ਉਹਨਾਂ ਦੀ ਬਦੌਲਤ ਮਿਲਿਆ ਪਰ ਮੈਂ ਨਾਮ ਨਹੀਂ ਰਿਵੀਲ ਕਰੂੰਗਾ ਉਹ ਖੁਦ ਸਮਝ ਜਾਣਗੇ ਪਰ ਉਹਨਾਂ ਨੂੰ ਮੈਂ ਬਹੁਤ ਪਿਆਰ ਕਰਦਾ ਉਹ ਵੀ ਮੇਰਾ ਬਹੁਤ ਪਿਆਰ ਕਰਦੇ ਆ ਅੱਛਾ ਜੀ ਤੇ ਬਸ ਮੇਰੇ ਗਾਣੇ ਆਉਣਗੇ ਈਪੀ ਆਊਗੀ ਸਾਰਿਆਂ ਨੂੰ ਪਤਾ ਲੱਗੂਗਾ ਵੀ ਕਿੱਦਾਂ ਆ ਰਹੀ ਹੈ ਕਿਹੜੇ ਲੇਬਲ ਤੋਂ ਆ ਰਹੀ ਹੈ ਕਿੱਦਾਂ ਹੋ ਰਿਹਾ ਵਧੀਆ ਇਨਸ਼ਾਅੱਲਾ ਵਧੀਆ-ਵਧੀਆ ਗਾਣੇ ਤੁਹਾਡੇ ਲਈ ਲੈ ਕੇ ਆ ਰਹੇ ਆ ਤੁਸੀਂ ਮੇਰੇ ਗਾਣੇ ਸਾਰੇ ਜਣੇ ਜਰੂਰ ਸੁਣਿਓ ਹਨਾ ਮੈਂ ਰਿਕਵੈਸਟ ਕਰਦਾ ਤੇ ਬਸ ਉਹ ਗਾਣਾ ਸੀਗਾ ਜੀ ਮੇਰਾ ਆਹ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾਇਆ ਸੀ ਨਾ ਗੱਲਾਂ ਕਿੱਥੇ ਰਹਿ ਗਈਆਂ ਜਿਹੜੀਆਂ ਚ ਕਰਦੀ ਮੇਰੇ ਮੰਮਾ ਨੇ ਜਿਹਦੇ ਪਿੱਛੇ ਮੇਰੇ ਪਾਪਾ ਨੇ ਖੂਨ ਪਸੀਨੇ ਦੀ ਮੇਰੇ ਪਿਆਉਣੇ ਤੇ ਮੇਰੀ ਮਾਂ ਨੇ ਕਮਾਈ ਜਿਹੜੇ ਪੈਸਿਆਂ ਦੀ ਦਿੱਤੀ ਸੀ ਮੈਨੂੰ ਮੈਂ ਉਹ ਮੈਂ ਇਦਾਂ ਕਰਨੀ ਨਹੀਂ ਸੀ ਚਾਹੁੰਦਾ ਵੀ ਮੈਂ ਇਸ ਚੀਜ਼ ਬਾਰੇ ਇਸ ਟੌਪਿਕ ਤੇ ਗੱਲ ਕਰਾਂ ਜਾਂ ਮੈਂ ਛੇੜਨੀ ਨਹੀਂ ਸੀ ਚਾਹੁੰਦਾ ਪਰ ਜਦੋਂ ਕਿਸੇ ਬੰਦੇ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਲਈ ਹੁੰਦੇ ਨਾ ਮੇਰਾ ਮਾਂ ਮੇਰਾ ਬਾਪ ਮੈਨੂੰ ਇਦਾਂ ਰੋਇਆ ਵੀ ਪੁੱਤ ਤੇਰਾ ਤੇਰੀ ਮਿਹਨਤ ਸੀ ਉਹ ਤੇਰੀ ਕੰਪੋਜੀਸ਼ਨ ਸੀ ਉਹ ਤੇਰਾ ਗਾਣਾ ਸੀ ਮੇਰਾ ਉਹ ਗਾਣਾ 2022 ਚ ਰਿਲੀਜ਼ ਹੋਇਆ ਸੀ ਜੀ ਉਹ ਗਾਣਾ ਅੱਜ ਜੀ ਖਾਨ ਦਾ ਪੋਸਟਰ ਆ ਰਿਲੀਜ਼ ਹੋਇਆ ਜੀ ਖਾਨ ਨੇ ਪੋਸਟਰ ਰਿਲੀਜ਼ ਕੀਤਾ ਤੇ ਗਾਣਾ ਉਹਦਾ ਆ ਜਾਣਾ ਕੱਲ ਤੱਕ ਓਕੇ ਤੇ ਉਹਦਾ ਗਾਣਾ ਉਹ ਕਰ ਰਿਆ ਉਹਨੇ ਪਤਾ ਨਹੀਂ ਤਾਂ ਇੱਕ ਬੰਦੇ ਨੂੰ ਹੁੰਦਾ ਵੀ ਹੁਣ ਗੈਰੀ ਸੰਧੂ ਬਾਈ ਹੈ ਜੀ ਆਪਾਂ ਉਹਨਾਂ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਉਹ ਵੱਡੇ ਨੇ ਹਨਾ ਲੈਜੈਂਡ ਬੰਦਿਆਂ ਚ ਨਾਮ ਆਉਂਦਾ ਉਹਨਾਂ ਦਾ ਵਧੀਆ ਬੰਦੇ ਨੇ ਉਹ ਹਨਾ ਤੇ ਆਪਾਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਉਹ ਆਪਣਾ ਆਪਾਂ ਨੂੰ ਵੀ ਜਾਣਦੇ ਆ ਜੀ ਆਪਾਂ ਉਹਨਾਂ ਨੂੰ ਵਧੀਆ ਆਪਾਂ ਉਹਨਾਂ ਦਾ ਪਿਆਰ ਕਰਦੇ ਆ ਉਹ ਵੀਰ ਸਾਡਾ ਹੀਰਾ ਬੰਦਾ ਹੈ ਹਨ ਤੇ ਉਹਨਾਂ ਨਾਲ ਮੇਰਾ ਵਧੀਆ ਪਿਆਰ ਆ ਉਹ ਬੰਦੇ ਐਦਾਂ ਦਾ ਪਰਸਨ ਨੇ ਉਹ ਉਹ ਹਰੇਕ ਇੱਕ ਸਟਰਗਲਰ ਬੰਦੇ ਦੀ ਹੈਲਪ ਕਰਦੇ ਨੇ ਹਰ ਇੱਕ ਜਦੋਂ ਉਹਨਾਂ ਨੂੰ ਕੋਈ ਸਟਰਗਲਰਾਂ ਬੰਦਾ ਮਿਲਦਾ ਜੇ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਬੰਦਾ ਮਿਹਨਤੀ ਆ ਯਾਰ ਇਹਦੇ ਵਿੱਚ ਟੈਲੈਂਟ ਹੈ ਇਹਨੂੰ ਅੱਗੇ ਆਉਣਾ ਚਾਹੀਦਾ ਹੈਨਾ ਇਹਨੂੰ ਆਪਾਂ ਅੱਗੇ ਲੈ ਗਏ ਤੇ ਉਹ ਬੰਦੇ ਹਰੇਕ ਬੰਦੇ ਨੂੰ ਥੱਲੋਂ ਚੁੱਕਦੇ ਤਾਂ ਲਿਆਉਂਦੇ ਆ ਜੀ ਖਾਨ ਨੂੰ ਵੀ ਉਹੀ ਲੈ ਕੇ ਆਏ ਸੀ ਪਰ ਬੰਦਾ ਜਦੋਂ ਕੁਝ ਬਣ ਜਾਂਦਾ ਨਾ ਜੀ ਉਹਨੂੰ ਆਪਣਾ ਵਕਤ ਨਹੀਂ ਭੁੱਲਣਾ ਚਾਹੀਦਾ ਵੀ ਮੈਂ ਕਿੱਥੋਂ ਆਇਆ ਸੀ ਮੈਂ ਆਪਣੀ ਜ਼ਿੰਦਗੀ ਚ ਕੀ ਕੀਤਾ ਤੇ ਮੈਂ ਅੱਜ ਕਿੱਥੇ ਹਾਂ ਜਦੋਂ ਬੰਦਾ ਵਕਤ ਭੁੱਲ ਜਾਂਦਾ ਨਾ ਜੀ ਜਦੋਂ ਕਹਿੰਦੇ ਨਹੀਂ ਹੁੰਦੇ ਵੀ ਜਿਹਦਾ ਕੋਈ ਵਾਲੀ ਨਹੀਂ ਉਹਦਾ ਅੱਲਾ ਵਾਲੀ ਹੁੰਦਾ ਜੀ ਹਨਾ ਤੇ ਮੇਰਾ ਜੀ ਉਹ ਗਾਣਾ ਉਹ ਕੋਈ ਰਾਈਟਰ ਸੀਗਾ ਜਿਨੇ ਉਹ ਬੰਦਾ ਮੇਰਾ ਭਰਾ ਹੀ ਸੀਗਾ ਉਹਦੇ ਨਾਲ ਮੇਰਾ ਵਧੀਆ ਪਿਆਰ ਹੁੰਦਾ ਸੀ ਕਿਸੇ ਵੇਲੇ ਹਾਂ ਉਹ ਤੋਂ ਮੈਗਾਨੀ ਦੀ ਐਨਓਸੀ ਲਈ ਆਪਣੇ ਕੋਲ ਸਾਰੇ ਰਾਈਟਸ ਪਾਇਆ ਗਾਣੇ ਦੇ ਮੇਰਾ 2022 ਚ ਗਾਣਾ ਰਿਲੀਜ਼ ਹੋਇਆ Spotify ਤੇ ਜ਼ਿਕਰ ਦੇ ਨਾਮ ਤੋਂ ਇਹ ਰਾਨੇ ਗਾਣਾ ਪਿਆ Instagram ਦੇ ਉੱਤੇ ਆਡੀਓ ਪਲੈਟਫਾਰਮ ਤੇ ਪਿਆ ਇਹ ਤੋਂ ਲੈ ਕੇ ਜਦ ਤੱਕ ਸਾਰੇ ਆਡੀਓ ਪਲੈਟਫਾਰਮ ਦੇ ਉੱਤੇ ਪਿਆ YouTube ਦੇ ਉੱਤੇ ਜ਼ਿਕਰ ਟਾਪਿਕ ਦੇ ਉੱਤੇ ਗਾਣਾ ਰਿਲੀਜ਼ ਪਿਆ ਮੈਰਾ ਯਾਰ ਆਣਾ ਗਾਣਾ ਕਿਸੇ ਨੇ ਲਿਖਿਆ ਸੀ ਉਹ ਉਹਦਾ ਕੀ ਕਹਿੰਦੇ ਆ ਤੁਹਾਡੇ ਕੋਲ ਸਾਰਾ ਕੁਝ ਹੈਗਾ ਹਾਂਜੀ ਬਟ ਉਹ ਗਾਣਾ Spotify ਤੇ ਵੀ Insta ਤੇ ਵੀ ਹਾਂਜੀ ਸਾਰੇ ਪਾਸੇ ਆਡੀਓ ਹਾਂਜੀ ਆਡੀਓ ਤਾਂ ਫਿਰ ਉਹ ਗਾਣੇ ਦਾ ਪੋਸਟਰ ਜੀ ਖਾਨ ਦਾ ਕਿਵੇਂ ਆ ਗਿਆ ਆਪਾਂ ਕੁਝ ਵੀ ਕਹਿ ਸਕਦੇ ਹਾਂ ਓਕੇ ਕਿ ਮੈਂ ਜਾ ਉਹ ਨੂੰ ਖਬਰ ਨਹੀਂ ਪ੍ਰੋਬਲਮ ਹੋਣੀ ਮੇਰੇ ਤੋਂ ਕੋਈ ਤੁਹਾਨੂੰ ਇਸ ਗੱਲ ਦਾ ਪਤਾ ਕਦੋਂ ਲੱਗਿਆ ਤੁਹਾਨੂੰ ਮੈਨੂੰ ਪਤਾ ਜੀ ਮੈਨੂੰ ਕੁਝ ਕਿ ਮੇਰੇ ਆਪਣੇ ਆਣੇ ਸਾਡੇ ਕਿਉਂਕਿ ਸਾਡੇ ਉਹ ਸਾਡੀ ਘਰਾਣੇ ਦਾ ਹਨਾ ਸਾਨੂੰ ਸਾ ਨੂੰ ਇੱਕ ਦੂਜੇ ਬਾਰੇ ਤੋਂ ਲੈ ਕੇ ਜੈਡ ਤੱਕ ਸਾਰੀ ਗੱਲ ਪਤਾ ਵੀ ਇਹ ਕਿੱਥੇ ਖੇਡਦਾ ਕੀ ਗੱਲ ਕਰਦਾ ਕਿਵੇਂ ਨਹੀਂ ਕਰਦਾ ਚਾਹੇ ਅਸੀਂ ਉਹਦਾ ਨਾ ਬੋਲਦੇ ਚਾਹੀ ਨਹੀਂ ਬੋਲਦੇ ਮੈਨੂੰ ਦੋ ਤਿੰਨ ਬੰਦਿਆਂ ਨੂੰ ਫੋਨ ਵੀ ਕਰਾਏ ਹੁਣੇ ਵੀ ਉਹਨੂੰ ਕਹਿ ਗਾਣਾ ਡਿਲੀਟ ਕਰ ਦੇ ਫਲਾਨਾ ਕਰ ਦੇ ਢਮਕਾ ਕਰ ਦੇ ਤੇ ਉਹਨੇ ਕੋ ਕੁਛਕ ਮੇਰੇ ਅਜ਼ੀਜ਼ ਬੰਦਿਆਂ ਨੂੰ ਵੀ ਇਹ ਗੱਲ ਕਹੀ ਵੀ ਉਹਦੇ ਤੇ ਅਸੀਂ ਲੀਗਲੀ ਐਕਸ਼ਨ ਕਰਾਂਗੇ ਫਲਾਨਾ ਕਰਾਂਗੇ ਟੰਕਾ ਕਰਾਂਗੇ ਮੇਰੇ ਤੇ ਕਾਹਦਾ ਲੀਗਲੀ ਐਕਸ਼ਨ ਕਰਨਗੇ ਉਹ ਮੈਂ ਗਾਣਾ ਕੰਪੋਜ਼ ਕੀਤਾ ਮੈਂ ਗਾਇਆ ਮੇਰੇ ਮਾਂ ਬਾਪ ਦੇ ਯਾਰ ਖੂਨ ਪਸੀਨੇ ਦੀ ਕਮਾਈ ਉਸ ਗਾਣੇ ਦੇ ਉੱਤੇ ਲੱਗੀ ਵੀ ਆ ਮੇਰੀ ਮਾਂ ਕੈਂਸਰ ਦੀ ਮਰੀਜ਼ ਸੀ ਜਦੋਂ ਉਸ ਬੈੱਡ ਤੇ ਪਈ ਨੇ ਮੈਨੂੰ ਆਪਦੇ ਕਾਂਟੇ ਦਿੱਤੇ ਵੀ ਪੁੱਤ ਇਹਨਾਂ ਨੂੰ ਵੇਚ ਕੇ ਤੂੰ ਆਪਦਾ ਗਾਣੇ ਦਾ 뮤직 ਕਰਾ ਮੇਰਾ ਪਿਆ ਉਹਦਾ ਢਿਹਾੜੀ ਦਿਹਾੜੀ ਕਰਕੇ ਮੇਰੇ ਪਿਆਉਣੇ ਮੈਨੂੰ ਪੈਸੇ ਦਿੱਤਾ ਸੀ ਵੀ ਪੁੱਤ ਤੂੰ ਇਸ ਗਾਣੇ ਦਾ 뮤직 ਕਰਾ ਇਹ ਗਾਣਾ ਸਾਡਾ ਫੇਵਰੇਟ ਗ ਸਪੋਰਟ ਕਰ ਰਿਹਾ ਸੀ ਉਹਦਾ ਵੀ ਮੈਂ ਪਿਆਰ ਕਰ ਰਿਹਾ ਸੀ ਉਹਦੀ ਮਾਂ ਨੂੰ ਵੀ ਮੈਂ ਮਾਂ ਕਹਿੰਦਾ ਮੈਂ ਅੱਜ ਜ਼ਿੰਦਗੀ ਚ ਇੱਕ ਚੀਜ਼ ਸਿੱਖੀ ਹੈ ਜੀ ਜਿਹਦੇ ਘਰੋਂ ਮੈਂ ਤੁਹਾਡੇ ਘਰੋਂ ਵੀ ਜੇ ਪਾਣੀ ਦਾ ਗਲਾਸ ਪੀ ਲਿਆ ਨਾ ਤਾਂ ਮੈਂ ਤੁਹਾਡਾ ਉਹ ਪਾਣੀ ਦਾ ਗਲਾਸ ساری ਜ਼ਿੰਦਗੀ ਹਰਾਮ ਨਹੀਂ ਕਰੂੰਗਾ ਚਾਹੇ ਤੁਸੀਂ ਮੇਰੇ ਨਾਲ ਜੋ ਮਰਜੀ ਕੋਈ ਬੰਦਾ ਮੇਰੇ ਨਾਲ ਕਰ ਜੇ ਮੇਰੇ ਪਾਪਾ ਨੇ ਸਿਖਾਇਆ ਕਿ ਅਗਲਾ ਕਰ ਜੇ ਆਪ ਕਦੇ ਕਿਸੇ ਦਾ ਮਾੜਾ ਨਾ ਕਰੋ ਹਾਂ ਵੀਰੇ ਤਾਂ ਗੱਲ ਹੈ ਹੀ ਹੈ ਕਿ ਜੋ ਅਗਲਾ ਕਰਦਾ ਉਹਨੂੰ ਕਰਨ ਦੋ ਉਹਦਾ ਜਵਾਬ ਤਾਂ ਪਰਮਾਤਮਾ ਦੇ ਹੀ ਦੇਗਾ ਤੁਹਾਨੂੰ ਲੋੜ ਨਹੀਂ ਹੈ ਬਟ ਫਿਰ ਤੁਹਾਡੇ ਪੇਰੈਂਟਸ ਨੂੰ ਹੁਣ ਇਹ ਗੱਲ ਪਤਾ ਹੈ ਕਿ ਉਹ ਗੀਤ ਉਹਨੂੰ ਤੁਹਾਡਾ ਨਹੀਂ ਰਿ ਮੈਂ ਮੈਨੂੰ ਇਹ ਗੱਲ ਪਤਾ ਲੱਗ ਗਈ ਸੀ ਜਦੋਂ ਮੈਨੂੰ ਫੋਨ ਕਰਾਇਆ ਵੀ ਇਹ ਗਾਣਾ ਡਿਲੀਟ ਕਰਾ ਦੇ ਐ ਕਰਦੇ ਜੋ ਕਰਦੇ ਫਲਾਨਾ ਕਰਦੇ ਅੱਜ ਪ੍ਰਮੋਦ ਭਾਜੀ ਦੇ ਤੁਹਾਨੂੰ ਪਤਾ ਹਾਲਤ ਕੀ ਆ ਹਣਾ ਉਹ ਉਸ ਚੀਜ਼ ਤੇ ਉਹ ਆਪਣਾ ਬ੍ਰੇਨ ਕਰਕੇ ਹਣਾ ਜੀ 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 ਤੇ ਪਤਾ ਨਹੀਂ ਤਾਂ ਸ਼ਾਇਦ ਬੰਦੇ ਉਹਨਾਂ ਦਾ ਫਾਇਦਾ ਚੱਕ ਰਹੇ ਆ ਵੀ ਜੇ ਅੱਜ ਉਹ ਬੰਦੇ ਕੋਲੇ ਸਾਰੇ ਵੀ ਉਹ ਬੰਦੇ ਦੀ ਕੰਪਨੀ ਤੋਂ ਗਾਣਾ ਆਇਆ ਸੀ ਵੀ ਆ ਜੋ ਬੰਦਾ ਤਾਂ ਪਿਆ ਉਹਦਾ ਫਾਇਦਾ ਚੱਕ ਲਈਏ ਹਣਾ ਹੂੰ ਤੇ ਪਰ ਮੇਰੀ ਮਿਹਨਤ ਤਾਂ ਲੱਗੀ ਵੀ ਮੈਂ ਇਸ ਗਾਣੇ ਲਈ ਗੱਲ ਨਹੀਂ ਸੀ ਕਰਨਾ ਚਾਹੁੰਦਾ ਮੈਂ ਪਹਿਲਾਂ ਅਵੋਇਡ ਕਰਤਾ ਸੀ ਵੀ ਕੋਈ ਚੱਕਰ ਨਹੀਂ ਯਾਰ ਛੱਡਣ ਦੋ ਮੇਰਾ ਆਪਦੇ ਮੈਂ ਮੈਨੂੰ ਅੱਲਾ ਨੇ ਕਲਮ ਦਿੱਤੀ ਹੈ ਜੀ ਮੈਨੂੰ ਅੱਲਾ ਨੇ ਗਾਉਣਾ ਦਿੱਤਾ ਮੈਨੂੰ ਰੱਬ ਨੇ ਉਸ ਵਾਹਿਗੁਰੂ ਨੇ ਹਨਾ ਚੰਗੇ ਬੰਦਿਆਂ ਨਾਲ ਮਿਲਾਇਆ ਅੱਜ ਮੈਂ ਵਧੀਆ ਕੰਮ ਕਰ ਰਿਹਾ ਵਧੀਆ ਚੰਗੇ ਵੱਡੇ ਮਿਊਜ਼ਿਕ ਰੈਕੋਰਡ ਹਾਲ 'ਚ ਕੰਮ ਕਰ ਰਹੇ ਹੋ ਅੱਜ ਤੁਸੀਂ ਹੁਣ ਤੁਸੀਂ ਮਤਲਬ ਕਿਹਨਾਂ ਨਾਲ ਮੈਂ ਆਪਣਾ ਇੱਕ ਪ੍ਰੋਜੈਕਟ ਆ ਰਿਹਾ ਜੀ ਐਜ਼ ਏ ਮੇਰਾ ਸਿੰਗਰ ਆ ਰਿਹਾ ਐਜ਼ ਏ ਸਿੰਗਰ ਲੇਅਰ ਸਿਸਟਾ ਤਹਿਜ਼ੀਬ ਹਾਫੀ ਸਾਹਿਬ ਨਾਲ अच्छा जी। ਉਹਨਾਂ ਨਾਲ ਕੰਮ ਕਰ ਰਹੇ ਹਾਂ ਜੀ ਤੇ ਜੇ ਵੀ ਆ ਮੁੰਡਾ 뮤ਜ਼ਿਕ ਡਾਇਰੈਕਟਰ ਉਹਨਾਂ ਨਾਲ ਕੰਮ ਕਰ ਰਹੇ ਆ। ਐਲ.ਡੀ. ਫਾਜ਼ਲ ਕਾ ਜੀ ਵਧੀਆ ਮੁੰਡੇ ਜਿਹੜੇ ਵਧੀਆ ਕੰਮ ਕਰ ਰਹੇ ਆ। ਕਿੱਦਾਂ ਮਿਲੇ ਤੁਹਾਨੂੰ? ਆਪਣਾ ਸ਼ੁਰੂ ਕੀ ਧਿਆਰ ਆ ਜੀ ਸਾਰਾ। ਕਿੱਦਾਂ ਪਹੁੰਚ ਗਏ ਤੁਸੀਂ ਚੰਗੇ ਬੰਦਿਆਂ ਦੇ ਕੋਲ? ਨਹੀਂ ਜੀ ਮੇਰੀ ਯਾਦ ਤਾਂ ਵੀ ਮੈਂ ਜਿੱਥੇ ਇੱਕ ਵਾਰ ਹੀ ਮਿਲ ਗਿਆ ਜੀ ਨੂੰ ਵੀ ਕਿਸੇ ਵੀ ਨਜ਼ਰੀ ਨਾ ਕਿਸੇ ਵੀ ਮਕਸਦ ਨਾਲ ਕਿਸੇ ਦੇ ਕੋਲ ਦੀ ਨੰਗ ਗਿਆ। ਜਿਵੇਂ ਕਿਸੇ ਨੂੰ ਇੱਕ ਵਾਰ ਹੀ ਪਿਆਰ ਨਾਲ ਹੈਲੋ ਵੀ ਕਹਿ ਲਈ ਨਾ ਪਤਾ ਨਹੀਂ ਮੇਰਾ ਮੁਕੱਦਰ ਅੱਲਾ ਪੱਕ ਨੇ ਜਾਂ ਰੱਬ ਨੇ ਕਹਿ ਜਾ ਲੈ ਕੇ ਭੇਜਿਆ। ਵੀ ਉਹ ਬੰਦੇ ਨੇ ਮੇਰਾ ਇੰਨਾ ਕਿ ਪਿਆਰ ਕਿਉਂਕਿ ਆਪਣੇ ਦਿਲ ਚ ਪਾਪ ਨਹੀਂ ਹੈਗਾ ਜੀ ਹੂੰ ਆਪਾਂ ਸੱਚੇ ਬੰਦੇ ਆ ਜੋ ਦਿਲ ਚ ਉਹ ਹੀ ਜ਼ੁਬਾਨ ਤੇ ਆ ਮੈਂ ਕਿਸੇ ਲਈ ਨਾ ਅੱਜ ਤੱਕ ਬਦਮੀ ਕਰੀਆ ਨਾ ਘਟਮੀ ਕਰੀਆ ਜੋ ਗੱਲ ਹੋਈ ਆ ਉਹੀ ਕਰੀਆ ਇਸੇ ਕਰਕੇ ਮੈਂ ਇਸ ਗਾਣੇ ਦਾ ਮੁੱਦਾ ਚੱਕਣਾ ਨਹੀਂ ਸੀ ਚਾਹੁੰਦਾ ਜੀ ਵੀ ਯਾਰ ਕੋਈ ਚੱਕਰ ਨਹੀਂ ਕਰਨ ਦੇ ਯਾਰ ਮੇਰੀ ਕਲਮ ਤਾਂ ਨਹੀਂ ਖੋਲੂਗਾ ਹਾਂ ਜੇ ਚੱਕਣਾ ਹੁੰਦਾ ਹੁਣ ਤੱਕ ਸਨੈਪਚੈਟ ਤੇ ਵੀਡੀਓ ਬਣ ਕੇ ਬਾਹਰ ਉਹਨੂੰ ਤਾਂ ਮੈਂ ਜੀ ਰੀਲਾਂ ਤੇ ਐਡ ਲਵਾ ਦਿੰਦਾ ਉਹਦੀ ਮੇਰਾ ਕੀ ਕਿਸੇ ਨੇ ਕੁਝ ਕਰ ਦੇਣਾ ਸੀ ਜੀ ਜੀ ਮੇਰਾ ਗਾਣਾ ਇੰਸਟਾਗ੍ਰam ਆਡੀਓ ਤੇ ਪਿਆ ਮੈਂ 1.5-2 ਲੱਖ ਰੁਪਈਆ ਲਵਾ ਕੇ ਰੀਲਾਂ ਦੇ ਉੱਤੇ ਮੈਂ ਰੀਲਾਂ ਤੇ ਗਾ ਬੱਡੇ ਬੱਡੇ ਡੈਕੋਰੇਟਰਾਂ ਤੋਂ ਕਲੈਬਰੇਸ਼ਨ ਕਰਾ ਲੈਂਦਾ ਤੇ ਗਾਣਾ ਉਹ ਆਟੋਮੈਟਿਕਲੀ ਮੈਨੂੰ ਪਤਾ ਸੀ ਹਿੱਟ ਆ ਪਰ ਮੈਂ ਉਹ ਮੁੱਦਾ ਚੱਕਣ ਨਜ਼ਯੋਦਾ ਜਦੋਂ ਮੇਰੀ ਮਾਂ ਰੋਈ ਨਾ ਮੇਰੇ ਕੋਲੇ ਰਾਤ ਨੂੰ ਮੇਰੇ ਪਾਪਾ ਮੈਨੂੰ ਫੋਨ ਕਰਕੇ ਰੋਏ ਵੀ ਪੁੱਤੇ ਤੇਰੇ ਨਾਲ ਥੱਕਾ ਹੋ ਰਿਹਾ ਸਬਰ ਬਹੁਤ ਵੱਡੀ ਚੀਜ਼ ਹੈ ਜਿਹੜੀ ਸਬਰ ਜਦੋਂ ਬੰਦੇ ਨੂੰ ਬੰਦੇ ਨੂੰ ਸਬਰ ਲੈ ਕੇ ਬਹਿ ਜਾਂਦਾ ਮੇਰੇ ਮਾਂ ਬਾਪ ਦੀਆਂ ਅੰਦਰਾਂ ਨੇ ਖਬਰਾਂ ਉਦੋਂ ਕੀ ਕੀ ਗੱਲਾਂ ਸੋਚੀਆਂ ਹੋਣਗੀਆਂ ਵੀ ਇਹ ਮੇਰੇ ਪੁੱਤ ਨਾਲ ਥੱਕਾ ਹੋਇਆ ਜੇ ਅੱਜ ਸਾਡੇ ਪਿੱਛੇ ਕੋਈ ਹੈ ਨਹੀਂ ਜਾਂ ਸਾਡੇ ਪਿੱਛੇ ਕੋਈ ਸਾਡੇ ਨਾਲ ਖੜਨ ਵਾਲਾ ਬੰਦਾ ਹੈ ਨਹੀਂ ਤੇ ਇਹਦਾ ਮਤਲਬ ਤਾਂ ਲੋਕ ਧੱਕਾ ਕਰ ਰਹੇ ਆ ਗੈਰੀ ਸੰਧੂ ਬਾਈ ਤਾਂ ਸਟ੍ਰਗਲਰ ਬੰਦਿਆਂ ਦੀ ਸਪੋਰਟ ਕਰਦੇ ਤੇ ਜਿਨ੍ਹਾਂ ਨੇ ਗੈਰੀ ਸੰਧੂ ਬਾਈ ਨੇ ਜਿਨ੍ਹਾਂ ਦੀ ਸਪੋਰਟ ਕਰਕੇ ਜਿਨ੍ਹਾਂ ਨੂੰ ਅੱਗੇ ਲਿਆਂਦਾ ਤੇ ਉਹ ਸਟ੍ਰਗਲਰ ਬੰਦਿਆਂ ਨਾਲ ਫਾਇਦਾ ਚੱਕ ਰਹੇ ਆ ਉਹ ਧੱਕਾ ਕਰ ਰਹੇ ਆ ਬੰਦਿਆਂ ਨਾਲ ਵੀ ਜਿਹੜੇ ਅੱਜ ਦੇ ਟਾਈਮ 'ਚ ਸਟ੍ਰਗਲ ਕਰਦੇ ਆ ਉਹ ਉਹਨਾਂ ਨਾਲ ਧੱਕਾ ਕਰਨ ਤੇ ਹੋਏ ਪਏ ਆ ਵੀ ਅਸੀਂ ਜਿਹੜਾ ਬੰਦਾ ਦਬਦਾ ਉਹਨੂੰ ਦਬਾਓ ਜੀ ਇਹ ਤਾਂ ਕੋਈ ਰੱਬ ਦੇ ਘਰ ਚ ਇਹ ਤਾਂ ਇਨਸਾਫ ਨਹੀਂ ਨਾ ਹੈਗਾ ਜੀ ਕੋਈ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੁਝ ਹੁੰਦਾ ਬੁਰਾ ਜ਼ਰੂਰ ਲੱਗਦਾ ਪਰ ਪਰਮਾਤਮਾ ਨੇ ਕੁਝ ਨਾ ਕੁਝ ਜ਼ਰੂਰ ਸੋਚਿਆ ਹੁੰਦਾ ਹੈ ਨਾ ਤੇ ਹੁਣ ਇਸ ਬਾਰੇ ਹੁਣ ਕੋਈ ਗੱਲ ਹੋਈ ਹੈ ਹੁਣ ਕੋਈ ਤੋੜ ਨਿਕਲੇ ਜਾਂ ਤੁਸੀਂ ਬੱਸ ਛੱਡਤਾ ਇਸ ਬਾਰੇ ਤਾਂ ਜੀ ਕੋਈ ਤੋੜ ਨਹੀਂ ਨਿਕਲਿਆ ਬਸ ਮੈਂ ਇਹੀ ਜੋ ਮੈਨੂੰ ਦੇਖ ਰਿਹਾ ਜੋ ਮੈਨੂੰ ਆਡੀਅנס ਦੇਖੂਗੀ ਜਾਂ ਜੋ ਮੈਨੂੰ ਪਿਆਰ ਕਰਨ ਵਾਲੇ ਹੋਣਗੇ ਜਾਂ ਜੋ ਮੈਨੂੰ ਪਿਆਰ ਕਰਦੇ ਨੇ ਮੈਂ ਜਿੰਨਾਂ ਨੂੰ ਉਹਨਾਂ ਦੀ ਇੱਜ਼ਤ ਬਹੁਤ ਕਰਦਾ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਕਿਉਂਕਿ ਆਰਟਿਸਟ ਨਹੀਂ ਹੁੰਦਾ ਆਰਟਿਸਟ ਦਾ ਵੱਡਾ ਆਡੀਅנס ਨਾਲ ਹੁੰਦਾ ਜੀ ਆਰਟਿਸਟ ਦੀ ਕੋਈ ਔਕਾਤ ਨਹੀਂ ਆਡੀਅנס ਹੀ ਉਹਨੂੰ ਜ਼ੀਰੋ ਬਣਾ ਸਕਦੀ ਹੈ ਤੇ ਜ਼ੀਰੋ ਤੋਂ ਹੀਰੋ ਬਣਾ ਸਕਦੀ ਹੈ ਤੇ ਹੀਰੋ ਤੋਂ ਜ਼ੀਰੋ ਬਣਦੇ ਵੀ ਮੈਂ ਬਹੁਤ ਦੇਖਿਆ ਤੁਸੀਂ ਵੀ ਦੇਖੇ ਹੋਣਗੇ ਪਰ ਮੈਂ ਉਹਨਾਂ ਨੂੰ ਇੱਕੋ ਹੀ ਰਿਕੁਐਸਟ ਕਰੂੰਗਾ ਮੇਰੀ ਉਸ ਗਾਣੇ ਤੇ ਮਿਹਨਤ ਲੱਗੀ ਹੋਈ ਹੈ ਮੇਰੀ ਉਸ ਗਾਣੇ ਦੀ ਇਹ ਕੰਪੋਜੀਸ਼ਨ ਮੇਰੀ ਆ ਮੈਂ ਉਸ ਗਾਣੇ ਨੂੰ ਆਪਣੇ ਮੇਰੇ ਮਾਪੇ ਨੇ ਉਹਨਾਂ ਵਕਤਾਂ 'ਚ ਮੇਰੇ ਤੋਂ ਰਿਕਾਰਡ ਕਰਵਾਇਆ ਸੀ ਜਿੰਨਾ ਵਕਤਾਂ 'ਚ ਸਾਨੂੰ ਐ ਪਤਾ ਸੀ ਵੀ ਯਾਰ ਰਾਤ ਦੀ ਰੋਟੀ ਹੈਗੀ ਆ ਸੁਪਾ ਦੀ ਰੋਟੀ ਤਾਂ ਸਾਨੂੰ ਫਿਕਰ ਪੈ ਜਾਂਦਾ ਸੀ ਵੀ ਅਸੀਂ ਸੁਪਾ ਦੀ ਰੋਟੀ ਕਿੱਥੋਂ ਖਾਵਾਂਗੇ ਤੇ ਜਦੋਂ ਐ ਏਦਾਂ ਫਿਰ ਤੱਕਾ ਹੁੰਦਾ ਨਾ ਜੀ ਉਹ ਬੰਦੇ ਤੋਂ ਜਰਿਆ ਨਹੀਂ ਜਾਂਦਾ ਪਰ ਆਪਣਾ ਤਾਂ ਸਬਰ ਆ ਜੀ ਵੀ ਸਬਰ ਪਤਾ ਜੀ ਅੱਲਾ ਵਾਲੀ ਹੈ ਸਾਰਿਆਂ ਦਾ ਹੁਣ ਸੂਖ ਹੈ ਹੁਣ ਤਾਂ ਜੀ ਸ਼ੁਕਰ ਆ ਰੱਬ ਦਾ ਘੈਂਟ ਆ ਹੂੰ ਹੁਣ ਕਿੱਥੇ ਘਰ ਤੁਹਾਡਾ ਉੱਥੇ ਹੀ ਹੈ ਪਿੰਡ 'ਚ ਹੀ ਹਾਂਜੀ ਹੁਣ ਜਿਹੜੇ ਥਾਂ ਤੇ ਆਪਾਂ ਇਹ ਥਾਂ ਵਕਾਉ ਲਿਖਿਆ ਸੀ ਹੂੰ ਉੱਥੇ ਆਪਾਂ ਹੁਣ ਵਾਈ ਗੁਰੂ ਨੇ ਮਿਹਰ ਕਰੀ ਹੈ ਜੀ ਆਪਾਂ ਵਧੀਆ ਕੋਠੀ ਪਾਈ ਹੈ ਜੀ ਹੈ ਹਾਂ ਜੀ ਮਿਹਨਤ ਕੀਤੀ ਹੈ ਜੀ ਬਸ ਮਿਹਨਤ ਹੈ ਜੀ ਓਕੇ ਬਹੁਤ ਅੱਛੀ ਗੱਲ ਹੈ ਸੇ ਪਰਮਾਤਮਾ ਨੇ ਉਹਦਾ ਹੀ ਪਰਿਨਾਮ ਦਿੱਤਾ ਜਿਹੜਾ ਤੁਸੀਂ ਇੰਨਾ ਸਾਲ ਯੂ نو ਕੱਪੜੇ ਪਾਏ ਆ ਜੀ ਕਿਸੇ ਵੇਲੇ ਐਦਾਂ ਦੇਖਦਾ ਹੁੰਦਾ ਸੀਗਾ ਮੈਂ ਵੱਡੇ ਵੱਡੇ ਸ਼ੋਰੂਮਾਂ ਚ ਉਹ ਕਿੱਡੇ ਸੋਹਣੇ ਜੀ ਕਿੱਡੀ ਸੋਹਣੀ ਸ਼ਰਟ ਕਿੱਡਾ ਸੋਹਣੀ ਟੀ-ਸ਼ਰਟ ਆ ਨਾ ਐਦਾਂ ਹੁੰਦਾ ਸੀ ਨਾ ਮੇਰੇ ਨਾਲ ਵੀ ਜਿੱਦਾਂ ਕੋਈ ਵੀ ਮੇਰਾ ਮੇਰਾ ਸ਼ੁਰੂ ਤੋਂ ਹੀ ਫਰੈਂਡ ਸਰਕਲ ਨਾ ਤਕੜੇ ਮੁੰਡਿਆਂ ਨਾਲ ਲਿਆ ਤਕੜੇ ਘਰ ਦੇ ਮੁੰਡਿਆਂ ਨਾਲ ਤੂੰ ਜਦੋਂ ਕੱਪੜੇ ਲਈਦਾ ਪਾ ਕੇ ਹੁੰਦੇ ਸੀ ਨਾ ਉਹਨਾਂ ਦੀ ਆਤ ਸੀ ਓਏ ਆ ਦੇਖੀ ਕਿਹੜਾ ਬ੍ਰਾਂਡ ਆ ਓਏ ਆ ਦੇਖੀ ਇਹ ਫਲਾਨਾ ਇਹ ਜ਼ਾਰਾ ਇਹ ਟੈਂਕਾ ਇਹ ਜੋ ਆ ਪਰ ਅੱਜ ਸ਼ੁਕਰ ਆ ਜੀ ਵਾਹਿਗੁਰੂ ਦਾ ਆਪਾਂ ਵੀ ਉਹ ਸੁਯੋਗ ਹੋਏ ਆ ਮਿਹਨਤ ਕਰਦੇ ਆ ਜੀ ਗਾਣੇ ਲਿਖਦੇ ਆ ਗਾਣਾ ਲਿਖਦੇ ਆ ਵਧੀਆ ਬੰਦਿਆਂ ਨੂੰ ਗਾਣਾ ਵੇਚਦੇ ਆ ਆਵਦੀ ਮਿਹਨਤ ਕਰਦੇ ਮੈਂ ਆਪਣੇ ਆਪ ਨੂੰ ਪਾਲਦਾ ਤੇ ਆਪਣੇ ਮਾਪੇ ਪਾਲਦਾ ਉਹ ਤਾਂ ਸਭ ਵਧੀਆ ਮੈਨੂੰ ਇੱਕ ਹੋਰ ਗੱਲ ਦੱਸੋ ਮੈਨੂੰ ਬੈਠੇ ਬੈਠੇ ਦਿਮਾਗ ਚਾਈ ਉਹਨਾਂ ਤੋਂ ਕਿੱਦਾਂ ਖੇੜਾ ਕਰਾਇਆ ਫਿਰ ਤੁਸੀਂ ਆਪਣਾ ਉਹ ਗੈਂਗਸਟਰਸ ਵਾਲੇ ਜਿਹੜੇ ਗਰੁੱਪ ਸੀ ਉਹ ਜੀ ਸੋਕਾ ਫਲੈਟ ਬਹੁਤ ਔਖਾ ਬਹੁਤ ਔਖਾ ਨਾ ਕਿੰਨੇ ਸਾਥ ਦਿੱਤਾ ਤੁਹਾਡਾ ਵਾਇਗੁਰੂ ਨੇ ਜਾਂ ਫਿਰ ਵਾਇਗੁਰੂ ਨੇ ਵੀ ਤੇ ਮੇਰੀ ਮਾਂ ਨੇ ਵੀ ਕਿੱਦਾਂ ਉਹਨਾਂ ਨੂੰ ਦੱਸਦਾ ਫਿਰ ਤੁਸੀਂ ਮੇਰੀ ਮੈਂ ਜਦੋਂ ਦੱਸਦਾ ਜੀ ਮੈਂ ਉਹ ਗੈਂਗਸਟਰ ਸੀਗਾ ਜਿਹੜਾ ਉਹਦਾ ਜਿਹੜਾ ਸਿੰਗਰ ਸੀ ਉਹਦੇ ਨਾਲ ਦਿੰਦਾ ਸੀ ਉਹ ਸਿੰਗਰ ਮੈਨੂੰ ਚੰਡੀਗੜ੍ਹ ਲਿਆ ਸੀ ਉਹ ਸਿੰਗਰ ਦੇ ਥਰੂ ਮੈਂ ਉਸ ਗੈਂਗਸਟਰ ਨੂੰ ਮਿਲਿਆ ਸੀ ਜਿਹੜਾ ਉਸ ਘਰੇ ਰਹਿੰਦਾ ਹੁੰਦਾ ਸੀ ਤੇ ਮੈਨੂੰ ਜੀ ਉਸ ਚ ਨਾ ਉਹਦਾ ਭਰਾ ਸਾਡੇ ਫਲੈਟ 'ਚ ਜਣੀ ਫਾਹਾ ਲੈ ਕੇ ਮਰ ਗਿਆ ਕਿਉਂਕਿ ਉਹ ਥੋੜਾ ਨਸ਼ਾ ਪੱਤਾ ਕਰਦਾ ਸੀ ਉਹ ਬਾਈ ਤੋਂ ਸਾਰੇ ਡਰਦੇ ਸੀਗੇ ਕਿਉਂਕਿ ਰਿਸਪੈਕਟ ਕਰਦੇ ਸੀਗੇ ਹਣਾ ਤੇ ਉਹ ਫਾਹ ਲਾ ਕੇ ਮਰ ਗਿਆ ਜੀ ਉਸ ਤੋਂ ਬਾਅਦ ਚ ਉਹ ਕੀ ਹੋਇਆ ਵੀ ਸਾਡੇ ਤੇ ਸਾਰਿਆਂ ਤੇ ਕੇਸ ਪੈ ਗਿਆ ਵੀ ਇਹਨਾਂ ਨੇ ਮਾਰਿਆ ਕਿਉਂਕਿ ਮੰਢੀਰ ਮਾਤਾਂ ਵਾਲਾ ਫਲੈਟ ਸੀਗਾ ਜੀ ਹੂੰ ਤੇ ਉਹ ਜਿਹੜਾ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਗੈਂਗਸਟਰ ਹਣਾ ਉਹ ਬੰਦਾ ਉਹਨੂੰ ਆਪਾਂ ਗੈਂਗਸਟਰ ਤਾਂ ਕਹਿ ਨਹੀਂ ਸਕਦੇ ਉਹ ਵਧੀਆ ਬੰਦਾ ਸੀ ਚੰਗਾ ਬੰਦਾ ਸੀ ਹਣਾ ਇਹ ਤਾਂ ਕਿਤੇ ਲਿਖਿਆ ਹੀ ਨਹੀਂ ਕਿ ਗੈਂਗਸਟਰ ਮਾੜਾ ਹੀ ਹੁੰਦਾ ਹਣਾ ਉਹ ਉਹ ਮੇਰੀ ਨਜ਼ਰ ਚ ਉਹ ਚੰਗਾ ਬੰਦਾ ਸੀ ਵਧੀਆ ਬੰਦਾ ਸੀ ਯਾਰ ਉਹ ਕਿਉਂਕਿ ਉਹਨੇ ਪੌਣੇ 2 ਸਾਲ ਗਾਣਾ ਕਿਉਂ ਨਹੀਂ ਆਇਆ ਕਿਉਂਕਿ ਉਹਨੇ ਮੈਨੂੰ ਉਹ ਨਹੀਂ ਸੀ ਮੈਨੂੰ ਚੰਡੀ ਕਟ ਲੈਗਾ ਜਿਉਂ ਉਹਨੇ ਮੈਨੂੰ ਸਾਈਨ ਨਹੀਂ ਸੀ ਕੀਤਾ ਰੈਂਟ ਤਾਂ ਤੁਸੀਂ ਉੱਥੇ ਸੀ ਉਹ ਜਸਟ ਆਕੇ ਫਲੈਟ ਚ ਰਹਿੰਦਾ ਸੀ ਜੀ ਓਕੇ ਹਾਂਜੀ ਵੀ ਜਿੱਦਾਂ ਇੱਕ ਹੁੰਦਾ ਨਹੀਂ ਇੱਕ ਦੋਸਤ ਨਹੀਂ ਦੋਸਤ ਦੇ ਫਲੈਟ ਚ ਰਹਿੰਦਾ ਸੀ ਤੇ ਉਹਨੇ ਦੋਸਤੀ ਨਾਤੇ ਕੀ ਕੀਤਾ ਤੁਹਾਡੇ ਲਈ ਉਹਨਾਂ ਨੇ ਦੋਸਤੀ ਨਾਤੇ ਜੀ ਮੇਰਾ ਖਹਿੜਾ ਛੁਵਾਇਆ ਉਹਨਾਂ ਨੇ ਛੁਵਾਇਆ ਹਾਂਜੀ ਉਹਨਾਂ ਨੇ ਮੇਰਾ ਨਾਮ ਨਹੀਂ ਆਉਣ ਦਿੱਤਾ ਪਰਚੇ 'ਚ ਓਕੇ ਮੈਨੂੰ ਦੂਰ ਰੱਖਿਆ ਵੀ ਇਹ ਤਾਂ ਫਲੈਟ 'ਚ ਹੀ ਹੈ ਨਹੀਂ ਸੀਗਾ ਫਿਰ ਕਿਤੇ ਕੁਦਰਤੀ ਜਦੋਂ ਮੈਂ ਉਸ ਫਲੈਟ 'ਚ ਕੱਲਾ ਰਿਆ ਜਸਟ ਫਲੈਟ ਮੈਨੂੰ ਉਸ ਮਰੇ ਵਾਲੀ ਰਾਤ ਇਕੱਲਾ ਰਹਿਣਾ ਪੈਜੀ ਤੇ ਮੈਂ ਬਾਲਕਨੀ ਤੇ ਬਹਿ ਕੇ ਇਦਾਂ ਝਾਕੀ ਗਿਆ ਕਿੱਥੇ ਉਹ ਫਲੈਟ ਲਈ ਬਾਥਰੂਮ ਲਈ ਮੈਨੂੰ ਇਦਾਂ ਦਿਸ ਰਿਹਾ ਸੀ ਵਾਸ਼ਰੂਮ ਉਹ ਵੀ ਹਾਏ ਹੁਣ ਵੀ ਆਇਆ ਫਲਾਨਾ ਹੁਣ ਵੀ ਆਇਆ ਤੁਸੀਂ ਸਾਨੂੰ ਕਿਉਂ ਡਰਾ ਰਹੇ ਹੋ ਤੇ ਮੈਂ ਜਿੱਦਾਂ ਵੀ ਮੈਂ ਉੱਥੇ ਦੋ ਕੁ ਦਿਨ ਬਤੀਤ ਕਰੇ ਤਾਂ ਮੇਰੇ ਨਾ ਕੁਦਰਤੀ ਮੰਮਾ ਦੀ ਵੀਡੀਓ ਕਾਲ ਆ ਗਈ ਤੇ ਕਿਤੇ ਮੇਥੋਂ ਨਾ ਬੈਕ ਕਾਲ ਕੈਮਰਾ ਬੈਕ ਕੈਮਰਾ ਨਾ ਪੈ ਗਿਆ ਤੇ ਇਦਾਂ ਭਾਂਡਿਆ ਤਾਂ ਉਹਨਾਂ ਨੂੰ ਗੁਜ਼ਾਰ ਦੇ ਸੀਗਾ ਮੈਂ ਮਾਝ ਰਿਆ ਸੀ ਜਿਹੜਾ ਓਕੇ ਤੁਰੋਂ ਲਾਗੇ ਕਹਿੰਦਾ ਸਾਨੂੰ ਤਰੀ ਕਮਾਈ ਨਹੀਂ ਚਾਹੀਦੀ ਜਾਂ ਸਾਨੂੰ ਤਰਾ ਕੋਈ ਪੈਸਾ ਨਹੀਂ ਚਾਹੀਦਾ ਤੂੰ ਆਪਦਾ ਘਰੇ ਆ ਤੇ ਉਹਨਾਂ ਨੇ ਫਿਰ ਉਹ ਵੀਰੇ ਨਾਲ ਗੱਲ ਕਰੀ ਜਿਹੜਾ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਹਮ 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 ਯੰਗਸਟਰ ਨਾਲ ਤੇ ਉਹਨੇ ਫਿਰ ਮੇਰਾ ਕਿਵੇਂ ਨਾ ਕਿਵੇਂ ਖਿਹੜਾ ਛੜਵਾਇਆ ਕਿਵੇਂ ਨਾ ਕਿਵੇਂ ਮੈਨੂੰ ਚੋਰੀਆਂ ਬੱਸ ਚੜਾਇਆ ਵੀਨਾ ਮੈਨੂੰ ਤਾਂ ਉਹ ਆਉਣ ਨਹੀਂ ਸੀ ਦੰਦੇ ਜੀ ਜਿਹੜੇ ਮੈਨੂੰ ਲੈ ਕੇ ਗਏ ਸੀ ਮੈਨੂੰ ਤਾਂ ਨਿਕਲਣ ਨਹੀਂ ਸੀ ਦੰਦੇ ਵੀ ਤੂੰ ਵੀ ਵਿੱਚ ਫਸ ਐ ਘਰ ਜੋ ਕਰ ਪਰ ਸ਼ੁਕਰ ਹੈ ਵਾਹਿਗੁਰੂ ਦਾ ਜੀ ਮੇਰੀ ਮਾਂ ਦੀਆਂ ਦੁਆਵਾਂ ਦਾ ਹਮ ਜਿਨ੍ਹਾਂ ਦੀ ਬਦੌਲਤ ਮੈਂ ਉਸ ਚੀਜ਼ ਤੋਂ ਨਿਕਲਿਆ ਉਸ ਡਿਪਰੈਸ਼ਨ ਚੋਂ ਨਿਕਲਿਆ ਪਰ ਮੋਂ ਤੋਂ ਬਾਅਦ ਚੋਂ 5-6 ਮਹੀਨੇ ਤਾਂ ਆਪਦੇ ਘਰੀ ਫਿਰਦਾ ਰਿਹਾ ਜੀ ਖਮ ਧੰਦੇ ਕਰਦਾ ਤੇ ਫਿਰ ਇਦਾਂ ਹੀ ਕਿਤੇ ਕੀ ਦੀ ਕੋਈ ਨਹੀਂ ਤਾਂ ਇਦਾਂ ਹੀ ਲੱਗਿਆ ਤੁਹਾਨੂੰ ਕੀ ਉਹ ਗਾਇਕੀ ਵਾਲਾ ਸੁਪਨਾ ਤਾਂ ਸੁਪਨਾ ਹੀ ਰਹਿ ਜਾਣਾ ਹੈ ਜਾਂ ਯਕੀਨ ਸੀ ਕਿ ਨਹੀਂ ਵਕਤਾਵਾਂਗਾ ਮੇਰੀ ਇਕਾਦਤਾ ਜੀ ਮੈਂ ਜਿਹੜੀ ਚੀਜ਼ ਨੂੰ ਠਾਨ ਲਾਂ ਵੀ ਮੈਂ ਇਹ ਕਰਨਾ ਹੂੰ ਤਾਂ ਮੈਂ ਕਰੂੰਗਾ ਇੱਕ ਕੰਮ ਤੁਹਾਡੇ ਮੰਮੀ ਨੇ ਬਹੁਤ ਅੱਛਾ ਕੀਤਾ ਕੀ ਜੀ ਜਿਹੜੇ ਤੁਹਾਨੂੰ ਗਾਲਾਂ ਕੱਢੀਆਂ ਕਿਉਂ ਕੱਢੀਆਂ ਦੱਸੋ ਉਹ ਜੀ ਮੈਂ ਤੁਹਾਨੂੰ ਦੱਸਣਾ ਜੀ ਮੇਰਾ ਕੌਜ਼ੀ ਕੌਜ਼ੀ ਗਾਣਾ ਜੀ ਉਹ ਵਿੱਕੀ ਵੀਰੇ ਨਾਲ ਕਲੈਬ ਆ ਹਮ ਵਿੱਕੀ ਵੀ ਆਪਣਾ ਵੱਡਾ ਭਰਾ ਚੰਗਾ ਬੰਦਾ ਉਹ ਬਹੁਤ ਘੈਂਟ ਬੰਦਾ ਚੰਗਾ ਪਰਸਨ ਆ ਬਹੁਤ ਤੇ ਲੋਕ ਜੋ ਮਰਜ਼ੀ ਕਹੀ ਜਾਣ ਪਰ ਉਹ ਵਧੀਆ ਬੰਦਾ ਘੈਂਟ ਬੰਦਾ ਕੁਝ ਤਾਂ ਲੋਕ ਕਹਿਣਗੇ ਲੋਕੋ ਦਾ ਕੰਮ ਹੈ ਤੇ ਹਾਂ ਲੋਕੋ ਦਾ ਕੰਮ ਹੀ ਕਹਿਣਾ ਹੈ ਨੇ ਬਿੱਕੀ ਬਹੁਤ ਬਹੁਤ ਚੰਗੇ ਬਹੁਤ ਘੈਂਟ ਬੰਦੇ ਨੇ ਤੇ ਉਹਨਾਂ ਨਾਲ ਜੀ ਮੇਰਾ ਗਾਣਾ ਆ ਰਿਹਾ ਕੋਜੀ ਕੋਜੀ ਤੇ ਉਹਨਾਂ ਨੇ ਲੇ ਕੇ ਕਿਹਾ ਵੀ ਵਾਲ ਅੱਦਾ ਕਰ ਲੈ ਉਹ ਗਾਣਿਆ ਥੋੜਾ ਜਿਹਾ ਨਾ ਮੈਂ ਏਦਾਂ ਏਦਾਂ ਕੋਜੀ ਕੋਜੀ ਜਿਹਾ ਰਹਿ ਕੇ ਪੋਸਟਰ ਸ਼ੂਟ ਕਰਨਾ ਸੀਗਾ ਵੀ ਥੋੜਾ ਥੋੜਾ ਏਦਾਂ ਫੰਕੀ ਜਿਹਾ ਹਣਾ ਉਹਦੇ ਕਰਕੇ ਜੀ ਫਿਰ ਮੇਰੀ ਮਜਬੂਰੀ ਕਰਕੇ ਮੈਨੂੰ ਇਹ ਵਾਲ ਰੰਗਾਉਣੇ ਪਏ ਉੱਤੇ ਕਹਣਾ ਨਾ ਮੈਂ ਵਾਲ ਦੇਖ ਰਿਹਾ ਨਾ ਚੱਕ ਕੇ ਇੱਕ ਤੇ ਮੈਂ ਆਉਂਦੇ ਆ ਏਦਾਂ ਅੱਖਾਂ ਨਾਲ ਵਾਲ ਦੇਖ ਰਿਹਾ ਵੀ ਰੰਗੇ ਵੀ ਇਹ ਕਿਤੇ ਉੱਡ ਤਾਂ ਨਹੀਂ ਗਏ ਤੁਹਾਡੇ ਸੁਭਾਲਾਂ ਤੋਂ ਡਰ ਕੇ ਹੈਨਾ ਵੀ ਕਿਤੇ ਕਾਲੇ ਪੈ ਗਏ ਹੁਣ ਫੇਰ ਅੱਛਾ ਡਰ ਕੇ ਹਾਂਜੀ ਇਹ ਡਰ ਜਾਂਦੇ ਆ ਵਿਚਾਰੇ ਗਰੀਬ ਆ ਇਹ ਮੇਰੇ ਅਰਗੇ ਤੇ ਉਸ ਤੋਂ ਬਾਅਦ ਜਦੋਂ ਮੰਮੀ ਨੇ ਦੇਖ ਲਈ ਕਹਿੰਦੀ ਇਹ ਕੀ ਕੁੱਕੜ ਬਣਿਆ ਤੂੰ ਹੈ ਇਹ ਕੀ ਤੂੰ ਕਹਿੰਦੀ ਜਲੂਸ ਕੱਢਿਆ ਕਰਤੀ ਉਹੀ ਗੱਲ ਕਹਿੰਦੀ ਹੂੰ ਤੂੰ ਪੁੱਤ ਕਹਿੰਦੀ ਸੁਧਰ ਨਹੀਂ ਸਕਦਾ ਕਹਿੰਦੀ ਸਾਰੀ ਜ਼ਿੰਦਗੀ ਹੂੰ ਪਰ ਮਮਾ ਮੈਨੂੰ ਗਾਲਾਂ ਕੱਢੀਆਂ ਪਾਪਾ ਨੇ ਗਾਲਾਂ ਕੱਢੀਆਂ ਹੁਣ ਮੈਂ ਗਾਲ ਨਹੀਂ ਕੱਢ ਸਕਦਾ ਜਿਹੜੀ ਪਾਪਾ ਨੇ ਕੱਢੀ ਹਾਂ ਤੇ ਫਿਰ ਮੈਂ ਕਹਾਂ ਮਮੀ ਪੁਲਿਸ ਮੇਰੀ ਮਜਬੂਰੀ ਹੈ ਹੁਣ ਜੀ ਮੈਂ ਅੱਜ ਇੱਕ ਅੱਧੇ ਦਿਨ ਚ ਪੋਸਟਰ ਸ਼ੂਟ ਕਰਾਉਣਾ ਉਸ ਤੋਂ ਬਾਅਦ ਜੋ ਮੈਂ ਤੁਹਾਨੂੰ ਕਾਲੇ ਵਾਲ ਕਰਾ ਕੇ ਫੋਟੋ ਭੇਜ ਦੂੰਗੀ ਗੁੱਡ ਵੈਰੀ ਗੁੱਡ ਮੱਥੇ ਤੁਚੱਕ ਕੇ ਹਾਂ ਉਹ ਮੈਂ ਅੱਜ ਵਾਲ ਖੜੇ ਨਹੀਂ ਕਰਕੇ ਆਇਆ ਕਿਉਂਕਿ ਮੈਨੂੰ ਐ ਸੀਗਾ ਵੀ ਯਾਰ ਮੈਂ ਥੋੜਾ ਫੁਕਰਾ ਜਾਣਾ ਲੱਗਾ ਪਰ ਮੈਂ ਫੁਕਰੀ ਤਾਂ ਆ ਸੌਰੀ ਮੈਂ ਹੁੱਕ ਲੈਣ ਇਸ ਬੋਲਣੀ ਗਾਣੇ ਦੀ ਮੇਰੇ ਦੀ ਇਹਦੇ ਵਿੱਚ ਹੁੱਕ ਲਾਈਨ ਕਿਹੜੀ ਸਾਨੂੰ ਹਜੇ ਪਤਾ ਨਹੀਂ ਲੱਗਾ ਮੇਰੇ ਇੱਕ ਗਾਣੇ ਦੀ ਹੁੱਕ ਲਾਈਨ ਹੈ ਜੀ ਮੇਰਾ ਗਾਣਾ ਇਹ ਜਲਦੀ ਆਊਗਾ ਓਕੇ ਅਮ ਫਿਰ ਸਾਨੂੰ ਕੀ ਸੁਣਾਓਗੇ ਇੱਕ ਮੈਂ ਗਾਣਾ ਕਰ ਰਿਹਾ ਜੀ ਮੇਰੀ ਜ਼ਿੰਦਗੀ ਦਾ ਸਟ੍ਰਗਲ ਆ ਉਹ ਬਹੁਤ ਛੇਤੀ ਗਾਣਾ ਰਿਲੀਜ਼ ਕਰ ਰਹੇ ਹਾਂ ਅਸੀਂ ਚੈਕ ਲਿਸਟ ਗਾਣੇ ਦਾ ਨਾਮ ਆ ਤੁਸੀਂ ਕੁਝ ਬੋਲੋ ਮੈਂ ਉਸ ਤੋਂ ਪਹਿਲੇ ਤੁਹਾਨੂੰ ਕਹਿਣਾ ਚਾਹੁੰਦੀ ਕਿਉਂਕਿ ਤੁਸੀਂ ਹਮੇਸ਼ਾ ਸੁਣਦੇ ਹੋ ਬਹੁਤ ਪਿਆਰ ਕਰਦੇ ਹੋ ਬਹੁਤ ਇੱਜ਼ਤ ਕਰਦੇ ਹੋ ਤੇ ਮੈਂ ਵੀ ਬਹੁਤ ਸਤਿਕਾਰ ਕਰਦੀ ਹਾਂ ਤੁਹਾਡੇ ਓਪੀਨੀਅਨਸ ਦਾ ਅਮ ਅਸੀਂ ਜਦੋਂ ਕਿਸੇ ਜਦੋਂ ਇਨਸਾਨ ਬਣ ਜਾਂਦਾ ਨਾ ਤਾਂ ਅਸੀਂ ਹਮੇਸ਼ਾ ਕਹਿੰਨੇ ਆ ਵੀ ਇਹ ਸਿੰਪਥੀ ਕਾਰਡ ਖੇਡ ਰਿਹਾ ਹੈ ਇਹ ਹੁਣ ਜਾਣ ਕੇ ਲੋਕਾਂ ਨੂੰ ਹੈਨਾ ਆਪਣੇ ਵੱਲ ਰੁਝਾਣਾ ਚਾਹੁੰਦਾ ਹੈ ਬਟ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਨੀ ਆ ਵੀ ਕੋਈ ਵੀ ਇਨਸਾਨ ਜਦੋਂ ਛੋਟੀ ਉਮਰੇ ਹੁੰਦਾ ਨਾ ਤੇ ਉਹ ਸੋਚਦਾ ਨਹੀਂ ਆ ਵੀ ਮੇਰੀ ਮਾਂ ਬਿਮਾਰ ਪੈ ਜੇ ਸਾਡੇ ਘਰੇ ਪੈਸੇ ਮੁੱਕ ਜਾਣ ਸਾਨੂੰ ਰੋਟੀ ਲਈ ਸੋਚਣਾ ਪਵੇ ਹੈਨਾ ਕੋਈ ਨਹੀਂ ਸੋਚਦਾ ਸਾਰੇ ਆਪਣੀ ਜ਼ਿੰਦਗੀ ਵਧੀਆ ਜਿੰਦੇ ਆ ਤੇ ਮੈਨੂੰ ਇਹ ਲੱਗਦਾ ਕਿ ਕੁਝ ਹਾਸਲ ਕਰਨ ਤੋਂ ਬਾਅਦ ਜੇ ਉਹ ਇਨਸਾਨ ਆਪਣੀ ਜ਼ਿੰਦਗੀ ਦੀ ਕਹਾਣੀ ਦੱਸਦਾ ਹੈ ਤੇਉ ਸਿੰਪਥੀ ਲੈਣ ਲਈ ਨਹੀਂ ਹੁੰਦਾ ਉਹ ਇਹ ਦੱਸਣ ਲਈ ਹੁੰਦਾ ਹੈ ਵੀ ਅਸੀਂ ਇਹਨਾਂ ਮੁਸ਼ਕਲਾਂ 'ਚ ਲੰਘ ਕੇ ਅਜਿੱਥੇ ਪਹੁੰਚਿਆ ਤੇ ਪਲੀਜ਼ ਰਿਸਪੈਕਟ ਕਰਿਆ ਕਰੋ ਤੇ ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਨਹੀਂ ਤੇ ਫਿਰ ਨੈਗੇਟਿਵ ਨਾ ਬੋਲਿਆ ਕਰੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਜਿਹੜਾ ਬੰਦਾ ਕਹਾਣੀ ਸੁਣਾ ਰਿਹਾ ਨਾ ਉਹ ਤਾਂ ਸ਼ਬਦਾ ਜ਼ਰੀਏ ਸੁਣਾ ਰਿਹਾ ਹੈ ਪਰ ਉਸ ਦੌਰ ਦੇ ਵਿੱਚ ਉਹਦੇ ਤੇ ਕੀ ਬੀਤੀ ਹੋਊਗੀ ਇਹ ਸਾਨੂੰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਸੋ ਇੰਨੀ ਕੁ ਮੇਰੀ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਬਾਕੀ ਹੁਣ ਮੇਰੇ ਤੁਸੀਂ ਆਪਣਾ ਗਾਣਾ ਸੁਣਾਓ ਔਰ ਮੈਂ ਵੀ ਇੱਕ ਗੱਲ ਕਹਿਣੀ ਚਾਹੂੰਗਾ ਜਦੋਂ ਕੋਈ ਵੀ ਬੰਦਾ ਆਪਣਾ ਸਟਰਗਲ ਦੱਸਦਾ ਆਪਣੀ ਜ਼ਿੰਦਗੀ ਦੀ ਕਹਾਣੀ ਦੱਸਦਾ ਉਹਦੇ ਚੋ सिंपथी ਗੇਨ ਨਹੀਂ ਕਰਦਾ ਜਾ ਉਹ ਕੋਈ इमोशनल ਬਲੈਕਮੇਲਿੰਗ ਕਾਰਡ ਨਹੀਂ ਖੇਡਦਾ ਉਹ ਲੋਕਾਂ ਨੂੰ ਮੋਟਿਵ ਕਰਦਾ ਵੀ ਜਿਹੜੇ ਬੰਦੇ ਐਦਾਂ ਦੇ ਵੀ ਮੈਂ ਬੰਦੇ ਦੇਖਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਟੈਲੈਂਟ ਆ ਵੀ ਮੈਸ਼ ਵੱਡੇ ਵੱਡੇ ਜਿਹੜੇ ਬੰਦੇ ਅੱਜ ਦੇ ਟਾਈਮ 'ਚ ਬਹੁਤ ਵੱਡੇ ਆਪਣੇ ਆਪ ਨੂੰ ਕਹਾਉਂਦੇ ਉਹ ਵੀ ਉਹਨਾਂ ਸਾਹਮਣੇ ਜ਼ੀਰੋ ਆ ਜਿਹੜੇ ਵਿਚਾਰੇ ਘਰਾਂ 'ਚ ਬੈਠੇ ਆ ਜਿਨ੍ਹਾਂ ਦੇ ਕੋਲੇ ਸਹਾਰਾ ਨਹੀਂ ਹੈਗਾ ਔਰ ਜਦੋਂ ਕੋਈ ਇੱਕ ਨਵਾਂ ਬੰਦਾ ਮੇਰੇ ਵਰਗਾ ਇੰਟਰਵਿਊ ਕਰਦਾ ਆਪਣੀ ਜ਼ਿੰਦਗੀ ਬਾਰੇ ਦੱਸਦਾ ਉਹ सिंपथी ਗੇਨ ਕਰਨ ਬਾਰੇ ਨਹੀਂ ਦੱਸਦਾ ਉਹ ਉਹਨਾਂ ਨੂੰ ਮੋਟਿਵ ਕਰਨ ਵਾਸਤੇ ਦੱਸਦਾ ਵੀ ਯਾਰ ਜੇ ਮੈਂ ਇੰਨਾ ਜ਼ਿੰਦਗੀ ਚ ਸਟਰਗਲ ਕਰਕੇ ਇਸ ਥਾਂ ਤੇ ਡਿਸਰਵ ਕਰ ਸਕਦਾ ਜਾਂ ਮੈਂ ਬੈਠ ਸਕਦਾ ਜਾਂ ਮੈਂ ਇਦਾਂ ਇੰਟਰਵਿਊ ਕਰ ਸਕਦਾ ਜਾਂ ਮੈਂ ਇਦਾਂ ਕੱਪੜਾ ਪਾ ਸਕਦਾ ਜਾਂ ਮੈਂ ਇਦਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ ਹੈਨਾ ਤੇ ਤੁਸੀਂ ਵੀ ਆਪਣੀ ਮਿਹਨਤ ਜਾਰੀ ਰੱਖੋ ਤੇ ਸਾਰੇ ਜਣੇ ਜੇ ਜੋ ਵੀ ਰੱਬ ਨੇ ਜਿਨ੍ਹਾਂ ਨੂੰ ਟੈਲੈਂਟ ਦਿੱਤਾ ਉਹ ਸਾ ਉਹ ਆਪਣੇ ਟੈਲੈਂਟ ਦੇ ਵਿੱਚ 100% ਜਾਂ 150 200 ਜਿੰਨਾ ਵੀ ਪਰਸੈਂਟ ਤੁਸੀਂ ਦੋਗੇ ਰੱਬ ਤੁਹਾਨੂੰ ਉਹਨੇ ਤੋਂ ਦੁੱਗਣਾ ਤਿੱਗਣਾ ਫਲ ਦੇਊਗਾ ਬਹੁਤ ਅੱਛੀ ਗੱਲ ਹੈ ਬਹੁਤ ਅੱਛੇ ਵਿਚਾਰ ਨੇ ਤੁਹਾਡੇ ਬਹੁਤ ਅੱਛੀ ਆਵਾਜ਼ ਹੈ ਤੁਹਾਡੀ ਹੁਣ ਉਹ ਆਵਾਜ਼ ਸਾਨੂੰ ਸੁਣਾ ਦਿਓ ਜਿਹੜਾ ਗੀਤ ਸੁਣਾਉਣ ਲੱਗੇ ਸੀ ਇੱਕ ਗਾਣਾ ਸੁਣਾਉਣਾ ਜੀ ਇਹ ਕੁਝ ਕੁ ਸੱਚੀਆਂ ਗੱਲਾਂ ਵੀ ਇਕੱਲੋਕ ਤੱਕ ਗਾਣਾ ਗਾ ਸਕਦੇ ਨੇ ਹਮਮ ਆਉਂ ਜਿੰਦਗੀ ਚ ਸਿੱਖਿਆ ਵੀ ਬੜਾ ਹਲੇ ਸਿੱਖ ਵੀ ਰਿਆਂ ਜੋ ਜੋ ਨਾਲ ਹੋਈ ਜਾਂਦਾ ਉਹ ਲਖ ਵੀ ਰਿਆ ਦਿਖ ਵੀ ਰਹਾ ਏ ਕਿਹੜਾ ਟੱਕ ਵੀ ਰਹਾ ਨਹੀਂ ਕਿਹੜਾ ਨਾਲ ਖੜਾ ਕਿਹੜਾ ਕਿਹੜਾ ਬੱਕ ਵੀ ਰਹਾ ਮੈਂ ਉਹਨੂੰ ਬੰਦਿਆਂ ਦੀ ਲੈਸਟ ਚ ਗਿਣਾ ਨਾ ਜੋ ਗੱਪ ਵੇ ਕੇ ਮੈਂ ਫਲਾਂਚ ਮਾਰਦਾ ਐਤੋਂ ਚੰਗਾ ਛੱਡੋ ਦਿਲੋਂ ਕੱਢੋ ਉਹਨੂੰ ਜਿਹੜਾ ਫਾਇਦਾ ਚੱਕਦਾ ਪਿਆਰ ਦਾ ਹੋ ਯਾਰ ਦਾ ਜੋ ਮਾੜਾ ਸੋਚੇ ਯਾਰ ਨਹੀਂ ਹੁੰਦਾ ਮਾ ਫਿੱਕਵਰੀ ਹੁੰਦਾ ਬਾਰ ਬਾਰ ਨਹੀਂ ਹੁੰਦਾ ਕਾਤਾ ਹੋ ਆਪਣਾ ਜੋ ਆਪਣੇ ਦੇ ਨਾਲ ਮਾੜੇ ਟੈਮ ਖੜਾ ਜਿਹੜਾ ਨਾਲ ਨਹੀਂ ਹੁੰਦਾ ਉਹਦੇ ਸਾਥ ਦੇ ਹੁੰਦੇ ਤੇ ਮਾਪੇ ਬਾਪ ਦੇ ਹੁੰਦੇ ਨਹੀਂ ਕਦੇ ਉਹਨਾਂ ਟੈਮ ਜ਼ਿੰਦਗੀ ਚ ਡੋਲਦਾ ਨਹੀਂ ਮੈਂ ਆਉ ਬੋਲਣ ਦੀ ਅਕਲ ਨਾ ਹੋਵੇ ਜੀ ਨੂੰ ਉਹਦੇ ਨਾਲ ਬੋਲਦਾ ਨਹੀਂ ਮੈਂ ਦਿਲ ਦੇ ਜੋ ਪੀਤ ਕੁੜੇ ਜਣੇ ਖੜੇ ਨਾਲ ਛੇਤੀ ਖੋਲਦਾ ਨਹੀਂ ਮੈਂ ਬੋਲਣ ਦੀ ਅਕਲ ਨਾ ਹੋਵੇ ਜੀ ਨੂੰ ਉਹਦੇ ਨਾਲ ਬੋਲਦਾ ਨਹੀਂ ਮੈਂ ਓ ਵੈਰੀ ਗੁੱਡ ਥੈਂਕ ਯੂ ਬਹੁਤ ਅੱਛਾ ਲਿਖਿਆ ਪਹਿਲੇ ਤੇ ਥੈਂਕ ਯੂ ਸੋ ਮੀ ਬੋਤ ਬਹੁਤ ਸੋਹਣੇ ਘੜੇ ਨੇ ਮੈਨੂੰ ਬੜਾ ਵਧੀਆ ਲੱਗਿਆ ਥੈਂਕ ਯੂ ਜੀ ਮੈਂ ਵੀ ਸ਼ੇਅਰ ਕਰਾਂਗੇ ਇਹ ਵਾਲਾ ਗਾਣਾ ਥੈਂਕ ਯੂ ਜੀ ਠੀਕ ਹੈ ਬਾਅਦ ਜਦੋਂ ਆਊਗਾ ਮੈਂ ਤੁਹਾਨੂੰ ਭੇਜ ਦੂੰ ਪੱਕਾ ਪੱਕਾ ਨਹੀਂ ਮੈਨੂੰ ਸੱਚੀ ਬਹੁਤ ਸੋਹਣਾ ਲੱਗਿਆ ਇਹ ਮੇਰੀ ਜ਼ਿੰਦਗੀ ਦੀ ਕਹਾਣੀ ਇਹ ਬਹੁਤ ਰਿਲੇਟੇਬਲ ਆ ਸਾਰਿਆਂ ਨਾਲ ਨਾਈਸ ਮੂ ਲਾਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਜਿਹਨਾਂ ਨੂੰ ਬੋਲਦੀ ਅਕਲ ਨਾ ਹੋਵੇ ਹੈਨਾ ਫੋਨ ਕਿਵੇਂ ਖਾਸ ਦਾ ਆਇਆ ਹੈ ਏ ਫੋਨ ਜੀ ਸ਼ਾਇਦ ਮਾਤਾ ਸ਼੍ਰੀ ਦਾ ਆ ਰਿਹਾ ਕਿਉਂਕਿ ਆਪਣੇ ਘਰ ਨਾ ਨਾ ਸ਼ਿ ਮਮੀ ਦਾ ਹੀ ਹੈ ਜੀ ਨਹੀਂ 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 ਜੀ ਮਮੀ ਦਾ ਹੀ ਹੈ ਜੀ ਨਹੀਂ ਨਹੀਂ ਪਹਿਲੇ ਕਿਦਾਂ ਸੀਗਾ ਪਹਿਲਾਂ ਤਾਂ ਜੀ ਸੀਗਾ ਵਾਹ ਇਹ ਜਿਹੜੀ ਪਰਮਾਤਮਾ ਨੇ ਤੁਹਾਨੂੰ ਬਹੁਤ ਸੋਹਣੀ ਮੁਸਕਰਾਹਟ ਦਿੱਤੀ ਹੈ ਮੇਰਾ ਮਕਸਦ ਇਹ ਸੀਗਾ ਕਿ ਤੁਸੀਂ ਹੱਸਦੇ ਮੁਸਕਰਾਉਂਦੇ ਰਹੋ ਜੇ ਇੰਨਾ ਮੁਸ਼ਕਿਲ ਸਮਾਂ ਕੱਢ-ਕੱਢ ਇੱਥੇ ਪਹੁੰਚਿਓ ਤਾਂ ਹੁਣ ਦੱਬਣਾ ਨਹੀਂ ਤਨਾ ਪਿੱਛੇ ਮੁੜ ਕੇ ਵੇਖਣਾ بس اونਾਈ ਮਾਪੇ ਪਿੱਛੇ ਹੁਣ ਤੁਸੀਂ ਜੋ ਆਪਣਾ ਹਾਰਡ ਵਰਕ ਹੈ ਜੀ ਹੈ ਨਾ ਉਹਨੂੰ ਉਹਦੇ ਤੇ ਫੋਕਸ ਕਰੋ ਕੌਣ ਕੀ ਕਰ ਰਿਹਾ ਹੈ ਕੌਣ ਕੀ ਕਹਿ ਰਿਹਾ ਹੈ ਉਹ ਉਹਨਾਂ ਦੀ ਗੱਲਾਂ ਸੁਣ ਕੇ ਦੱਬਨ ਦਾ ਹੁਣ ਕੋਈ ਮਤਲਬ ਨਹੀਂ ਬੰਦਾ ਜ਼ਿਕਰ ਜੀ ਥੈਂਕ ਯੂ ਸੋ ਦਬ ਨਾਣੀ ਨਾ ਜੀ ਆਪਾਂ ਦਬਦੇ ਰੱਖੋ ਕੰਮ ਨਾਲੇ ਦਬਦਾ ਉਹ ਇਨਸਾਨ ਹੈ ਜਿਹੜਾ ਮਹਤਾਜ ਹੁੰਦਾ ਹੈ ਕਿ ਮੈਨੂੰ ਕੋਈ ਗਾਣਾ ਦਵੇ ਹੁਣ ਮੇਰੇ ਕੋਈ 뮤직 ਕਰ ਦੇ ਐਨੀ ਐਚ ਟੀੀਮ ਤੁਹਾਨੂੰ ਮਿਲ ਗਈ ਹੈ ਹਾਂ ਬਿਲਕੁਲ ਪਰਿਵਾਰ ਤੁਹਾਨੂੰ ਮਿਲ ਗਿਆ ਸੋ ਲਿਖਦੇ ਤੁਸੀਂ ਖੁਦ ਸੋਹਣਾ ਹੋ ਗਾਂ ਦੇ ਤੁਸੀਂ ਵੈਸੇ ਬਹੁਤ ਸੋਹਣਾ ਹੋ ਸੋ ਮੈਨੂੰ ਲੱਗਦਾ ਸਭ ਕੁਝ ਆਪਣੇ ਆਪ ਦੇ ਵਿੱਚ ਮੁਕੰਮਲ ਹੈ ਜੀ ਹੁਣ ਵਾਹਿਗੁਰੂ ਨੇ ਚੱਕ ਕੇ ਰੱਖ ਦਿੱਤਾ ਹੈ ਹੁਣ ਮਿਹਨਤ ਤੁਸੀਂ ਮਾਰ ਲੀਏ ਹੁਣ ਆਪਣੀ ਗੱਡੀ ਸਟਾਰਟ ਹੈ ਜੀ ਗੇਅਰ ਆਪਾਂ ਪਾਉਣਾ ਹੂੰ ਕਿੰਨਾ ਪਾਣ ਲੱਗਿਓ ਪਹਿਲਾਂ ਮੈਂ ਜੇ ਟਾਪ ਹੀ ਪਾਉਂਗਾ ਜੀ ਅੱਛਾ ਠੀਕ ਹੈ ਬਹੁਤ ਵਧੀਆ ਬਹੁਤ ਖੂਬ ਹੋਰ ਕੋਈ ਗੱਲ ਦਿਲ ਚ ਰੈਂਦੀ ਹੋਵੇ ਜਿਹੜੀ ਕਰਨੀ ਹੋਵੇ ਤੁਹਾਡੇ ਚਾਹਣ ਵਾਲਿਆਂ ਦੇ ਨਾਲ ਤੁਸੀਂ ਕਰ ਸਕਦੇ ਹੋ ਬਸ ਮੈਂ ਇਹੀ ਕਹੂੰਗਾ ਜੀ ਵੀ ਹਰ ਇੱਕ ਬੰਦੇ ਨੂੰ ਸਪੋਰਟ ਕਰਿਆ ਕਰੋ ਹਰ ਇੱਕ ਬੰਦੇ ਨੂੰ ਸਪੋਰਟ ਕਰਿਆ ਕਰੋ ਹਰ ਇੱਕ ਬੰਦੇ ਨੂੰ ਮੇਰੇ ਅਰਗੇ ਨੂੰ ਤੁਹਾਡੀ ਸਪੋਰਟ ਦੀ ਲੋੜ ਆ ਸਾਰਿਆਂ ਦੀ ਤੁਹਾਡੀ ਇੱਕ ਸਪੋਰਟ ਨਾਲ ਬੰਦੇ ਦੀ ਜੋ ਬੰਦਾ ਫੇਸ ਕਰਕੇ ਆਇਆ ਹੁੰਦਾ ਜਾਂ ਜੋ ਬੰਦੇ ਨੇ ਦੁੱਖ ਦੇਖਿਆ ਜੋ ਬੰਦੇ ਜਾਂ ਜੋ ਬੰਦਾ ਦਰਦ ਫੇਸ ਕਰ ਰਿਹਾ ਅੱਜ ਦੇ ਟਾਈਮ 'ਚ ਸ਼ਾਇਦ ਉਹਨੂੰ ਉਹਨਾਂ ਤੋਂ ਰਾਹਤ ਮਿਲ ਸਕੇ ਤੇ ਉਹ ਆਪਣੇ ਇੱਕ ਮਾਂ-ਬਾਪ ਨੂੰ ਅੱਛੀ ਜ਼ਿੰਦਗੀ ਦੇ ਸਕੇ ਆਪਣੇ ਮਾਂ-ਬਾਪ ਨੂੰ ਅੱਛਾ ਕਰ ਦੇ ਸਕੇ ਆਪਣੇ ਮਾਂ-ਬਾਪ ਦੇ ਸੁਪਨੇ ਤੇ ਖਰਾ ਉਤਰ ਸਕੇ ਤਾਂ ਮੈਂ ਇਹੀ ਕਹੂੰਗਾ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਕਿਸੇ ਬਾਰੇ ਮਾੜਾ ਨਾ ਬੋਲਿਆ ਕਰੋ ਸਭ ਨੂੰ ਚੰਗਾ ਬੋਲਿਆ ਕਰੋ ਜਿਹਦੇ ਬਾਰੇ ਮਾੜਾ ਬੋਲਣਾ ਉਹਦੇ ਬਾਰੇ ਮਾੜਾ ਬੋਲੋ ਉਹਦੇ ਬਾਰੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੇ ਜਿਹਦੇ ਬਾਰੇ ਚੰਗਾ ਬੋਲਣਾ ਤੇ ਉਹਦੇ ਲਈ ਪਲੀਜ਼ ਚੰਗਾ ਬੋਲਿਆ ਕਰੋ ਥੈਂਕ ਯੂ ਬਿਲਕੁਲ ਸੋ ਤੁਹਾਨੂੰ ਵੀ ਬਹੁਤ ਸਾਰੀਆਂ ਦੁਆਵਾਂ ਜ਼ਿਕਰ ਥੈਂਕ ਯੂ so much ਜੀ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਮਮਾ ਜਾਣਦੇ ਨੇ ਦੇਖਦੇ ਨੇ ਸੋ ਉਹਨਾਂ ਨੂੰ ਵੀ ਬਹੁਤ ਸਾਰੀਆਂ ਦੁਆਵਾਂ ਬਹੁਤ ਸਤਕਾਰ ਪਿਆਰ ਤੇ ਇਸੇ ਤਰ੍ਹਾਂ ਦੁਆਵਾਂ ਦੇ ਨਾਲ ਅੱਗੇ ਵਧੀ ਚੱਲੋ ਜੀ ਜੀ ਤੇ ਵਾਹਿਗੁਰੂ ਤੁਹਾਡੇ ਨਾਲ ਹੀ ਹੈ ਉਹ ਬਹੁਤ ਖੁਸ਼ ਹੋਣਗੇ ਵੀ ਤੁਸੀਂ ਆਪਾਂ ਇੰਟਰਵਿਊ ਕੀਤੀ ਹੈ ਕਿਉਂਕਿ ਉਹ ਤੁਹਾਨੂੰ ਦੇਖਦੇ ਹੁੰਦੇ ਆ ਥੈਂਕ ਯੂ ਤੇ ਉਹ ਬਦਿਆ ਫੈਨ ਨੇ ਤੁਹਾਡੇ ਨਹੀਂ ਨਹੀਂ ਤੇ ਮਾਵਾ ਤਾਂ ਦੁਆਵਾਂ ਚ ਰੱਖਣ ਤਾਂ ਵਧੀਆ ਹੈ ਉਹ ਵਧੀਆ ਉਹਨਾਂ ਨੂੰ ਸਮਾਂ ਦੀ ਜਦੋਂ ਮੈਂ ਫੋਨ ਤੇ ਦੱਸਿਆ ਮਮਾ ਮੇਰੀ ਤੁਹਾਨੂੰ ਪਤਾ ਹੈ ਇੰਟਰਵਿਊ ਕੌਣ ਕਰ ਰਿਹਾ ਹੈ ਇਹਨਾਂ ਦੇ ਮੰਮੀ ਖੁਸ਼ ਹੋ ਗਿਆ ਜ ਜਿੰਨਾਂ ਨੂੰ ਇੰਨਾ ਸੋਹਣਾ ਡ्रेसਿੰਗ ਸੈਂਸ ਤੁਸੀਂ ਸੱਚੀ ਬਹੁਤ ਆਮ ਇਨ ਰੀਲੀ ਆਈ ਅਪਰੀਸ਼ੀਏਟ ਥੈਂਕ ਯੂ ਸੋ ਮਚੀ ਬਹੁਤ ਸੋਬਰ ਬਹੁਤ ਡੀਸੈਂਟ ਡ्रेसਿੰਗ ਸੈਂਸ ਕੈਰੀ ਕੀਤਾ ਹੋਇਆ ਆਈ ਰੀਲੀ ਲਾਈਕ ਇਟ ਤੇ ਮੈਂ ਸਾ ਰੋਜ਼ਾਨਾ ਸਪੋਕਸਮੈਨ ਟੀਵੀ ਦਾ ਥੈਂਕ ਯੂ ਕਰਦਾ ਉਹਨਾਂ ਦੀ ਸਾਰੀ ਟੀਮ ਦਾ ਇਹ ਸਾਰੇ ਬਹੁਤ ਅੱਛੇ ਨੇ ਯਾਰ ਤੇ ਹਾਂ ਦੱਸੋ ਇਹਨਾਂ ਨੂੰ ਇਹ ਬਹੁਤ ਚੰਗੇ ਨੇ ਮੈਂ ਕਹਿੰਦਾ ਵੀ ਇਹ ਇੰਨੇ ਕਿ ਫਰੈਂਡਲੀ ਨੇ ਵੀ ਮੈਂ ਆਉਣ ਤੋਂ ਪਹਿਲਾਂ ਨਾ ਮੈਂ ਇਦਾਂ ਮੈਂ ਇਦਾਂ ਬੈਠਾ ਤੇ ਮੈਂ ਇਦਾਂ ਡਰਨ ਰਿਹਾ ਸੀ ਵੀ ਮੈਨੂੰ ਇਦਾਂ ਲੱਗ ਰਿਹਾ ਮੈਨੂੰ ਨੀਂਦ ਆ ਰਹੀ ਸੀਗੀ ਵੀ ਹਾਏ ਯਾਰ ਮੈਨੂੰ ਵੀ ਪਤਾ ਨਹੀਂ ਮੇ ਤੋਂ ਕੀ ਕੀ ਸਵਾਲ ਪੁੱਛਿਆ ਜਾਣਾ ਡਰ ਚ ਤਾਂ ਨੀਂਦ ਉੱਡਦੀ ਐ ਮੈਨੂੰ ਨੀਂਦ ਆਉਣ ਲੱਗ ਜਾਂਦੀ ਐ ਡਰ ਚ ਤੇ ਮੈਂ ਡਰ ਰਿਹਾ ਸੀ ਬਹੁਤ ਜਿਆਦਾ ਤੇ ਪਰ ਇਹਨਾਂ ਨੇ ਆਉਣ ਸਰ ਨੂੰ ਮੇਰਾ ਮਾਹੌਲ ਇਦਾਂ ਕਰਤਾ ਵੀ ਇਹਨਾਂ ਨੂੰ ਮੈਂ 10 20 ਸਾਲਾਂ ਤੋਂ ਜਾਣਦਾ ਤੇ ਇਹ ਬਹੁਤ ਚੰਗੇ ਨੇ ਕਰਨ ਵੀਰਾ ਹਾਏ ਤੇ ਕਰਨ ਦੇ ਫੈਨ ਹੋ ਰਹੇ ਨੇ ਸਾਰੇ ਵਧੀਆ ਵੀਰਾ ਤੇ ਤੁਸੀਂ ਤਾਂ ਆਲਵੇਸ ਘੈਂਟ ਹੋ ਵਧੀਆ ਰੱਬ ਨੇ ਤੁਹਾਨੂੰ ਵਧੀਆ ਬਣਾਇਆ ਰੱਬ ਨੇ ਤੁਹਾਨੂੰ ਅੱਛੀ ਰੂਹ ਦੇ ਮਾਲਕ ਬਣਾਇਆ ਰੱਬ ਨੇ ਤੁਹਾਨੂੰ ਲੋਕਾਂ ਦੇ ਦਰਦ ਸੁਣਨ ਲਈ ਬਣਾਇਆ ਤੇ ਉਹ ਦਰਦਾਂ ਨੂੰ ਤੁਸੀਂ ਖੁਸ਼ੀ 'ਚ ਬਦਲਣ ਲਈ ਰੱਬ ਨੇ ਤੁਹਾਨੂੰ ਇੱਥੇ ਭੇਜਿਆ ਤੇ ਤੁਸੀਂ ਸ਼ਾਇਦ ਇਹ ਤੁਹਾਡੇ ਰੱਬ ਨੇ ਹੀ ਤੁਹਾਨੂੰ ਇਹ ਜੌਬ ਦਿੱਤੀ ਆ। ਥੈਂਕ ਯੂ। ਤੇ ਰੱਬ ਉਹਦਾ ਹੀ ਦਿੱਤਾ ਤੇ ਮੈਂ ਤੁਹਾਡਾ ਵੀ ਥੈਂਕ ਯੂ ਕਰਦਾ ਤੁਸੀਂ ਬਹੁਤ ਚੰਗੇ ਹੋ। ਤੁਹਾਡੇ ਚ ਕੋਈ ਐਦਾਂ ਐਟੀਟਿਊਡ ਜਾਂ ਉਹ ਚੀਜ਼ ਨਹੀਂ ਵੀ ਮੈਂ ਐਦਾਂ ਜਾਂ ਮੇਰਾ ਲੈਵਲ ਐਦਾਂ ਜਾਂ ਫਲਾਨਾ ਟਾਈਮ ਕਾ ਕਈ ਬੰਦੇ ਹੁੰਦੇ ਨਾ। ਰੱਬ ਤੇ ਬਣਾਇਆ ਅਸੀਂ ਸਾਰੇ ਆ। ਬਹੁਤ ਵਧੀਆ ਲੱਗਿਆ ਮੈਨੂੰ ਐਦਾਂ ਲੱਗਿਆ ਵੀ ਮੈਂ ਆਪਦੇ ਘਰੇ ਬੈਠਾ ਤੇ ਆਪਣੇ ਕਿਸੇ ਵੱਡੇ ਨਾਲ ਗੱਲ ਕਰ ਰਿਹਾ। ਥੈਂਕ ਯੂ ਸੋ ਮੱਚ। ਫੇਰ ਹੋਂ ਤੁਸੀਂ ਜੇ ਵੱਡੇ ਕਹਿ ਰਹੇ ਹੋ ਹੈਨਾ ਤੇ ਪਰਿਵਾਰ ਕਹਿ ਰਹੇ ਹੋ। ਫੇਰ ਅੱਜ ਤੋਂ ਬਾਅਦ ਥੈਂਕ ਯੂ ਨਹੀਂ ਕਹਿਣਾ। ਬਸ ਹਮੇਸ਼ਾ ਵਧੀਆ ਕੰਮ ਕਰਨਾ। ਜੀ ਤੇ ਕਿਸੇ ਨੂੰ ਕਦੀ ਹਰਟ ਨਹੀਂ ਕਰਨਾ ਠੀਕ ਹੈ ਜੋ ਹੋਇਆ ਹੈ ਨਾ ਤੁਹਾਡੇ ਨਾਲ ਮਾੜਾ ਉਹ ਤੁਸੀਂ ਕਦੀ ਨਾ ਕਰੋ ਇਹ ਜ਼ਰੂਰ ਕੋਸ਼ਿਸ਼ ਕਰਨਾ ਬਾਕੀ ਪਰਮਾਤਮਾ ਨੇ ਗੁੱਡੀ ਹੁਣ ਚੜਾ ਕੇ ਰੱਖਣੀ ਹੈ ਇਹ ਮੇਰੀ ਦੁਆ ਵੀ ਹੈ ਤੇ ਮੈਨੂੰ ਯਕੀਨ ਵੀ ਹੈ ਥੈਂਕ ਯੂ ਜੀ ਸੋ ਆਲ ધ 베ਰੀ ਬੈਸਟ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਤੁਹਾਡਾ ਸ਼ੁਕਰੀਆ ਵੀਰੇ ਤੁਸੀਂ ਆਏ ਦਿਲ ਖੋਲ ਕੇ ਗੱਲਬਾਤ ਕੀਤੀ ਸੋ ਇਸੇ ਪਿਆਰ ਸਤਕਾਰ ਦੇ ਨਾਲ ਅਗਲੀ ਵਾਰ ਮੁਲਾਕਾਤ ਹੋਏਗੀ ਨਵੇਂ ਗੀਤ ਦੇ ਨਾਲ ਰਾਈਟ ਸੋ ਆਲ ધ ਬੈਸਟ ਤੇ ਤੁਹਾਡਾ ਸਾਰਿਆਂ ਦਾ ਵੀ ਸ਼ੁਕਰੀਆ ਤੁਸੀਂ ਇੰਨਾ ਸਬਰ ਰੱਖ ਕੇ ਸਾਨੂੰ ਸੁਣਦੇ ਹੋ ਇੰਨਾ ਪਿਆਰ ਦਿੰਦੇ ਹੋ ਔਰ ਫਿਰ ਹਮੇਸ਼ਾ ਕੁਛ ਨਾ ਕੁਛ ਆਪਣਾ opinion ਵੀ ਰੱਖਦੇ ਹੋ ਸੋ ਆਪਣਾ ਫੀਡਬੈਕ ਹਮੇਸ਼ਾ ਦਿਆ ਕਰੋ ਕਿਉਂਕਿ ਜਿਹੜਾ ਸਾਡਾ ਪਰਿਵਾਰ ਹੁੰਦਾ ਯਾਨੀ ਕਿ ਤੁਸੀਂ ਜਦੋਂ ਕੁਝ ਵੀ ਸਾਨੂੰ ਦੱਸਦੇ ਹੋ ਤੇ ਅੱਛਾ ਲੱਗਦਾ ਔਰ ਇਸੇ ਪਿਆਰ ਕਰ ਪਿਆਰ ਸਤਕਾਰ ਦੇ ਨਾਲ ਤੁਸੀਂ ਵਿਗਦੇ ਰਹੋ ਜੇ ਨੇ ਪੰਜਾਬੀ ਬਾਕੀ ਮੈਂ ਤਾਂ ਇਹੀ ਕਹੂੰਗੀ ਆਪਣਾ ਤੇ ਆਪਣੇ ਦਾ ਰੱਖੋ ਖਿਆਲ ਕਿਸੇ ਨੂੰ ਹਰਟ ਨਹੀਂ ਕਰਨਾ ਖੁਦ ਵੀ ਖੁਸ਼ ਖੁਸ਼ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਐਂਡ ਪੋਜ਼ਿਟਿਵ ਰਹੋ ਫਿਰ ਹਾ ਦੇ ਲਈ ਨਾਈਟ ਦਿਵਿਜਾਸ ਸਤਿ ਸ਼੍ਰੀ ਅਕਾਲ